ਦੋਸਤੋ ਅੱਜ ਦੀ ਵੀਡੀਓ ਹੋ ਜਾਣੀ ਆ ਲੰਬੀ ਜਰਾ ਕੱਢ ਕੇ ਦੇਖਿਓ ਟਾਈਮ ਉਹ ਜਰਾ ਕੱਢ ਕੇ ਦੇਖਿਓ ਟਾਈਮ ਕਿਉਂਕਿ ਜਿਸ ਮਾਂ ਨਾਲ ਤੁਹਾਨੂੰ ਮਿਲਾਉਣ ਲੱਗੇ ਉਹਦਾ ਪੁੱਤ ਕੱਟਦਾ ਵੱਡੇ ਵੱਡਿਆਂ ਦੇ ਵਹਿਮ ਵੱਡੇ ਵੱਡਿਆਂ ਦੇ ਵਹਿਮ ਜ਼ਿਲ੍ਹਾ ਕਪੂਰਥਲਾ ਤਹਿਸੀਲ ਫਗਵਾੜਾ ਅਤੇ ਪਾਂਸ਼ਟੇ ਕੋਲ ਵੱਸਦਾ ਪਿੰਡ ਨਰੂੜ ਅਤੇ ਪਾਂਸ਼ਟੇ ਕੋਲ ਵੱਸਦਾ ਪਿੰਡ ਨਰੂੜ ਇੱਥੋਂ ਦਾ ਇੱਕ ਗੱਭਰੂ ਉਹ ਇੰਦੀ ਬੜਾ ਮਸ਼ਹੂਰ ਉਹ ਇੰਦੀ ਬੜਾ ਮਸ਼ਹੂਰ ਆਪਣਾ ਨਾਂ ਬਣਾਉਣਾ ਅਤੇ ਪਿੰਡ ਦਾ ਨਾਂ ਚਮਕਾਉਣਾ ਸੌਖਾ ਨਹੀਂ ਹੁੰਦਾ ਸੌਖਾ ਨਹੀਂ ਹੁੰਦਾ ਇਕੱਲਾ ਹੀ ਭੇਡਾਂ ਦੀ ਰੇਲ ਬਣਾਈ ਰੱਖਦਾ ਇਕੱਲਾ ਹੀ ਭੇਡਾਂ ਦੀ ਰੇਲ ਬਣਾਈ ਰੱਖਦਾ ਉਹ ਇਕੱਲਾ ਹੀ ਭਗਤਾਂ ਦੀਆਂ ਪੂਛਾਂ ਚੁਕਾਈ ਰੱਖਦਾ ਡੱਬਿਆਂ ਦਾ ਮੁੰਡਾ ਡੱਬਿਆਂ ਦਾ ਮੁੰਡਾ ਲਓ ਵੀ ਦੋਸਤੋ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਅਤੇ ਅਸੀਂ ਅੱਜ ਤੁਹਾਡੀ ਡਿਮਾਂਡ 'ਤੇ ਅੱਜ ਫਿਰ ਪਹੁੰਚੇ ਹਾਂ ਜੀ ਪਿੰਡ ਨਰੂੜ ਅਤੇ ਜਿਹੜਾ ਨਰੂੜ ਅਤੇ ਹੁਣ ਤਾਂ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾ ਹਿੰਦੀ ਜਸਵਾਲ ਕਰਕੇ ਹੈ ਨਾ ਇਹ ਪਿੰਡ ਅਤੇ ਪਿੰਡ ਦੇ ਬੱਚੇ ਆਪਾਂ ਨੂੰ ਮਿਲਦੇ ਆ ਜਿਹੜੇ ਗਰਾਊਂਡ ਦੇ ਵਿੱਚ ਹੀ ਅਤੇ ਪ੍ਰੈਕਟਿਸ ਕਰਦੇ ਪਏ ਆ ਅਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਅੱਜ ਕੋਸ਼ਿਸ਼ ਕਰਾਂਗੇ ਇੱਕ ਆਪਣਾ ਜੱਸਾ ਭਾਅ ਜੀ ਆ ਕੋਈ ਬੱਸ ਕੰਡਕਟਰ ਸ਼ਾਇਦ ਉਹ ਬੱਸ ਦੇ ਕੰਡਕਟਰ ਦਾ ਕੰਮ ਕਰਦੇ ਆ ਅਤੇ ਸਪੈਸ਼ਲ ਅਸੀਂ ਆਏ ਹਾਂ ਜੀ ਅੱਜ ਉਹਨਾਂ ਨਾਲ ਗੱਲ ਕਰਨ ਲਈ ਅਤੇ ਇਹ ਸਾਰੇ ਮੁੰਡੇ ਪ੍ਰੈਕਟਿਸ ਕਰਨ ਲੱਗੇ ਹੋਏ ਆ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਦੇਰ ਖੇਡਦੇ ਹੁੰਦੇ ਆ ਰਾਤ ਨੂੰ 8 ਵਜੇ ਸਕੂਲੋਂ ਛੁੱਟੀਆਂ ਕਰਕੇ ਮੌਜ ਹੋਈ ਆ ਤੇ ਹੋਰ ਹੁਣ ਹਿੰਦੀ ਜਸਵਾਲ ਨੂੰ ਜਾਣਦੇ ਤੁਸੀਂ ਹਿੰਦੀ ਜਸਵਾਲ ਨੂੰ ਕੌਣ ਕੌਣ ਜਾਣਦਾ ਵੀਡੀਓ ਕਿਹਨੇ ਕਿਹਨੇ ਦੇਖੀਆਂ ਰੋਜ਼ ਵੀਡੀਓ ਆਉਣੀਆਂ ਦੇਖਦਾ ਹੁਣ ਕਿੱਦਾਂ ਫੇਰ ਕੋਈ ਡਾਇਲੋਗ ਬੋਲਦੇ ਬੋਲਦੇ ਹਿੰਦੀ ਚਾਚੂ ਬੱਕਰੀਆਂ ਦੀ ਮੈਂ ਕਰਾਈ ਰੱਖਿਆ ਸਹੀ ਆ ਲਓ ਜੀ ਇਹ ਹਿੰਦੀ ਦਾ ਡਾਇਲੋਗ ਇੱਕ ਤਾਂ ਇਹ ਵਾਲਾ ਹੀ ਮਸ਼ਹੂਰ ਹੋ ਚੁੱਕਾ ਅਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਦੀ ਜਵਾਨ 'ਤੇ ਵੀ ਚੜਿਆ ਅਤੇ ਜਿਹੜਾ ਇੱਕ ਦੂਸਰਾ ਡਾਇਲੋਗ ਆ ਉਹ ਭੇਡਾਂ ਦੀ ਆਵਾਜ਼ ਕੌਣ ਕੱਢੂਗਾ ਕਿੱਦਾਂ ਇੱਕ ਵਾਰੀ ਫਿਰ ਕੱਢੀ ਹੋਰ ਕੋਈ ਕੱਢ ਸਕਦਾ ਭੇਡਾਂ ਦੀ ਆਵਾਜ਼ ਹੈਂ ਹਿੰਦੀ ਭਾਜੀ ਦੇ ਹਿੰਦੀ ਭਾਜੀ ਦੇਖ ਲਾ ਤੇਰੇ ਪਿੱਛੇ ਜਿਹਾ ਲੱਗ ਕੇ ਮੁੰਡੇ ਭੇਡਾਂ ਦੀ ਆਵਾਜ਼ ਕੱਢਣ ਲੱਗ ਪਿਆ ਤੇਰੇ ਪਿੰਡ ਦੇ ਸਾਰੇ ਬਈ ਕਿੰਨਾ ਪਿਆਰ ਕਰਦੇ ਤੁਸੀਂ ਹਿੰਦੀ ਭਾਜੀ ਨੂੰ ਹਾਂ ਤੇ ਜੇ ਉਹ ਜਿਹੜੇ ਹਿੰਦੀ ਦੇ ਖਿਲਾਫ਼ ਬੋਲਦੇ ਜੇ ਤੁਹਾਨੂੰ ਕੋਈ ਟੱਕਰ ਜਾਵੇ ਫਿਰ ਕੀ ਕਰੂੰਗੇ ਕੁੱਟ ਦੂੰਗੇ ਪੱਕੀ ਗੱਲ ਹੈ ਕਾਹਨਾ ਕੁੱਟਣਾ ਪਹਿਲਾਂ ਸਮਝਾਵਾਂਗੇ ਨਿਆਣੇ ਵੀ ਤੁਹਾਡੇ ਮਤਲਬ ਚਾਂਟੇ ਲਾਉਣ ਨੂੰ ਤਿਆਰ ਆ ਤੇ ਹਟ ਜਾਓ ਕਿਉਂਕਿ ਜਿਹੜਾ ਬੰਦਾ ਕੋਈ ਸੱਚੀ ਗੱਲ ਕਰਦਾ ਉਹਦਾ ਸਾਥ ਦੇਵੋ ਹੋਰ ਕੁਛ ਕਹਿਣਾ ਚਾਹੁੰਦਾ ਬਈ ਹਿੰਦੀ ਭਾਅ ਜੀ ਮੇਰੇ ਖਿਆਲ ਨਾਲ ਹਿੰਦੀ ਵੀਰ ਜਦੋਂ ਆਹ ਵੀਡੀਓ ਦੇਖੂਗਾ ਨਾ ਸ਼ਾਇਦ ਪਿਛਲੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਬਟ ਜਿਹੜੀ ਆਹ ਜਿਹੜੀ ਨਿਆਣਿਆਂ ਦੇ ਵਿੱਚ ਜਿਹਦਾ ਸਪਿਰਿਟ ਆ ਨਾ ਜਿਹੜਾ ਨਿਆਣਿਆਂ ਦੇ ਵਿੱਚ ਜੋਸ਼ ਆ ਉਹ ਦੇਖ ਕੇ ਮੈਨੂੰ ਲੱਗਦਾ ਸ਼ਾਇਦ ਬਾਈ ਵੀ ਇਮੋਸ਼ਨਲ ਹੋਊਗਾ ਅਤੇ ਤੁਸੀਂ ਸਾਰੇ ਕਰੋ ਪ੍ਰੈਕਟਿਸ ਆਪਾਂ ਫੇਰ ਦੁਬਾਰਾ ਆਉਂਦੇ ਤੁਹਾਡੇ ਕੋਲ ਠੀਕ ਹੈ ਕਿੱਦਾਂ ਆਪਾਂ ਵੀ ਮੈਂ ਕਿਹਾ ਹਿੰਦੀ ਭਾਅ ਜੀ ਯਾਰ ਕੇ ਨਿਕਲਾਂਗੇ ਠੀਕ ਆ ਵਧੀਆ ਗੱਲ ਆ ਸਰਚ ਕਰਦਾ ਹੁੰਦਾ ਕੁਛ ਦੇਖਦਾ ਹੁੰਦਾ ਪੜ੍ਹਦਾ ਹੁੰਦਾ ਸ਼ੌਂਕ ਹੈਗਾ ਕੋਈ ਹਾਂਜੀ ਤੇ ਇੱਕ ਬਾਈ ਨੇ ਨਾ ਸਾਡੇ ਮਤਲਬ ਯੂਟਿਊਬ ਤੇ ਕਮੈਂਟ ਕੀਤਾ ਸੀ ਕਿ ਇਸ ਪਿੰਡ ਦੇ ਵਿੱਚ ਮਤਲਬ ਸਿੱਕੀ ਗੱਲ ਸਿੱਖ ਨਹੀਂ ਰਹਿੰਦੇ ਤਾਂ ਉਹ ਬਾਈ ਨੂੰ ਵੀ ਇਹ ਮਤਲਬ ਦੁਬਾਰਾ ਉਹ ਵੀਡੀਓ ਦੇਖ ਲਵੇ ਤੇ ਤੁਸੀਂ ਦੇਖ ਸਕਦੇ ਹਾਂ ਕਿ ਇੱਥੇ ਮਤਲਬ ਆਹ 5-6 ਸਰਦਾਰ ਖੜੇ ਆ ਜਿਹੜੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਪਏ ਆ ਤੇ ਇਹਨਾਂ ਦੇ ਮੁਕਾਬਲੇ 'ਚ ਦੇਖਿਆ ਜਾਵੇ ਤਾਂ 5 ਮੁੰਡੇ ਕਟਿੰਗ ਵਾਲੇ ਆ ਤੇ ਹੋਰ ਬਾਕੀ ਆਓ ਤੁਹਾਨੂੰ ਦਿਖਾਉਂਦੇ ਆ ਪਿੰਡ ਦੀ ਦੂਸਰੀ ਸਾਈਡ 'ਤੇ ਜੱਸੇ ਭਾਜੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਦੇਖਦੇ ਹਾਂ ਜੱਸਾ ਭਾਜੀ ਕਿੱਥੇ ਆ ਉਹ ਕਿਤੇ ਬੱਸ 'ਤੇ ਤਾਂ ਨਹੀਂ ਗਿਆ ਹੋਊਗਾ ਠੀਕ ਆ ਤੇ ਇਹ ਹਿੰਦੀ ਜਸਵਾਲ ਦੇ ਤਾਇਆ ਜੀ ਦਾ ਘਰ ਆ ਅਤੇ ਹਿੰਦੀ ਨੇ ਆਪਣੇ ਬਚਪਨ ਦਾ ਬਹੁਤ ਜ਼ਿਆਦਾ ਟਾਈਮ ਇੱਥੇ ਗੁਜ਼ਾਰਿਆ ਅਤੇ ਅੱਜ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ ਹਿੰਦੀ ਜਸਵਾਲ ਦੇ ਮਤਲਬ ਤਾਇਆ ਜੀ ਦੇ ਲੜਕੇ ਨਾਲ ਉਹਨਾਂ ਦੇ ਬ੍ਰਦਰ ਦੇ ਨਾਲ ਅਤੇ
ਆ ਗਏ ਆ ਭਾਜੀ ਹੁਣੀ ਤੇ ਗੱਲ ਕਰਵਾਉਂਦੇ ਆ। ਆ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਾ ਵਧੀਆ ਭਾਜੀ ਵਧੀਆ, ਤੁਸੀਂ ਸੁਣਾਓ ਜੀ? ਹੋਰ ਭਾਈ ਠੀਕ ਠਾਕ? ਠੀਕ ਠਾਕ ਬਾ ਵਧੀਆ ਜੀ। ਹਾਂ ਤੇ ਆਪਾਂ ਵੜ ਜਾ ਕੇ ਤੇ ਰੋਡ ਦੇ ਨਾਲੋਂ ਕਿਤੇ ਸਾਈਡ ਤੇ ਜਾ ਕੇ ਗੱਲਬਾਤ ਕਰਦੇ ਆ। ਆ ਜਾਓ ਇੰਦੀ ਬਾਰੇ। ਠੀਕ ਹੈ ਜੀ। ਤੇ ਕਿੱਥੇ ਭਾਜੀ ਇੰਦੀ ਭਾਜੀ? ਇੱਥੇ ਪੜਦਾ ਰਿਹਾ ਜੀ? ਹਾਂਜੀ ਭਾਜੀ ਸਕੂਲ ਪੜਦੇ ਰਹੇ। ਠੀਕ ਹੈ ਜੀ। ਸਕੂਲ ਮੁੰਡੇ ਵਿੱਚ। ਅੱਛਾ ਜੀ। ਹਾਂਜੀ ਤੇ ਹਾਂਜੀ ਇਹ ਤਾਂ ਬਹੁਤ ਵਧੀਆ ਵੈਸੇ ਸੋਚਣ ਵਾਲੀ ਮੌਜ ਆ। ਮੌਜ ਵਾਲੀ ਉਦੋਂ ਤਾਂ ਕੰਨਾਂ ਵੀ ਆ ਛੋਟ ਛੋਟੀਆਂ ਹੋਣੀਆਂ ਨਾ। ਸਕੂਲ ਦੇ ਮੂਹਰੇ ਘਰ ਆ। ਇੱਧਰ ਸਕੂਲ ਮੂਹਰੇ ਘਰ ਬਿਲਕੁਲ ਜੀ। ਨਟ ਕੇ ਤਾਂ ਨਹੀਂ ਆਉਂਦਾ ਹੁੰਦਾ ਸੀ ਸਕੂਲ ਤੋਂ? ਬਸ ਜਿਹੜੇ ਟਾਈਮ ਲੱਗਣਾ ਸੀ ਸਕੂਲੇ ਆ ਜਾਣਾ ਜੀ। ਸਕੂਲੋਂ ਘਰ ਆ ਜਾਣਾ ਕੇ ਉਹਨੇ ਤਾਂ ਚਲੋ ਮੇਰੀ ਮੈਰਿਜ ਨਹੀਂ ਹੋਈ ਸੀ। ਤਾਈ ਕੁਆਣਾ ਕੇ ਤਾਈ ਵੀ ਪਾਣੀ ਪੀਣਾ ਕੋਈ ਖਾਣ ਪੀਣ ਕੁਝ ਹੈਗਾ ਥਾ ਅਜੇ ਕੋਲ ਨਹੀਂ ਜੋ ਮਿੱਠਾ ਉਠਾ ਖਾਣਾ ਨਹੀਂ। ਇਦਾਂ ਤਾਂ ਨਹੀਂ ਕੋਈ ਪੀਰੀਅਡ ਵਿੱਚੋਂ ਛੱਡ ਕੇ ਵੀ ਨਟ ਕੇ ਆਉਂਦਾ ਹੋਵੇ? ਨਹੀਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਜਿਹੜੇ ਟਾਈਮ ਤਾਂ ਫੇਰ ਹੀ ਆਉਂਦਾ ਹੁੰਦਾ ਸੀ। ਠੀਕ ਹੈ ਜੀ ਠੀਕ ਹੈ। ਤੇ ਆ ਜਾਓ ਆਪਾਂ ਕਿਤੇ ਸਾਈਡ ਤੇ ਚੱਲਦੇ ਹਾਂ ਕਿਉਂਕਿ ਰੋਡ ਚੱਲਦਾ ਹੈ ਨਾ ਇੱਥੇ। ਹਾਂਜੀ ਹਾਂਜੀ ਬਿਲਕੁਲ ਸਹੀ ਜੀ। ਉਹ ਹਾਂਜੀ ਉਹ ਸਕੂਲ 'ਚ ਉੱਧਰ ਗੇਟ ਦੂਜੀ ਸਾਈਡ ਤੋਂ ਖੁੱਲ੍ਹਾ ਹੈ, ਉੱਧਰ ਹੀ ਸਾਈਡ ਦਿਖਾਉਂਦੇ ਹਾਂ ਜੀ। ਚਲੋ ਦੋਸਤੋ ਅੱਜ ਕੋਸ਼ਿਸ਼ ਕਰਦੇ ਹਾਂ ਕਿ ਹਿੰਦੀ ਅਤੇ ਬਚਪਨ ਦੀਆਂ ਐਨ ਉਹ ਸਾਰੀਆਂ ਗੱਲਾਂ ਭਾਜੀ ਤੋਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਹਿੰਦੀ ਬਚਪਨ 'ਚ ਕਿੱਦਾਂ ਦਾ ਹੁੰਦਾ ਸੀ, ਕਿਉਂਕਿ ਲਾਸਟ ਵੀਡੀਓ ਦੇ ਵਿੱਚ ਸਾਡੀ ਉਹਨਾਂ ਦੇ ਕਿਸੇ ਘਰ ਦੇ ਮੈਂਬਰ ਦੇ ਨਾਲ ਗੱਲਬਾਤ ਨਹੀਂ ਸੀ ਹੋਈ। ਅਤੇ ਅੱਜ ਫਿਰ ਵੀਡੀਓ ਕਰਨ ਦਾ ਮਕਸਦ ਇਹੀ ਸੀਗਾ ਕਿ ਇੱਕ ਤਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਨੀ ਅਤੇ ਹਿੰਦੀ ਦੇ ਹਿੰਦੀ ਜਸਵਾਲ ਦੇ ਨਾਲ ਉਹਦਾ ਕਲਾਸਮੇਟ ਹੁੰਦਾ ਸੀ ਆਪਣੇ ਉਹ ਭਾਜੀ ਜਾਣਾ ਹੈਗਾ ਜੱਸਾ, ਅਤੇ ਉਹਨਾਂ ਦੇ ਬਾਰੇ ਪਤਾ ਕੀਤਾ ਪਿੰਡ 'ਚੋਂ। ਅਤੇ ਉਹ ਪਹਿਲਾਂ ਰੋਡਵੇਜ਼ ਦੇ ਵਿੱਚ ਮਤਲਬ ਕੰਡਕਟਰ ਹੁੰਦੇ ਸੀਗੇ, ਅਤੇ ਹੁਣ ਉਹ ਕਹਿੰਦੇ ਆ ਡਿਪੂ ਦੇ ਵਿੱਚ ਉੱਥੇ ਮਤਲਬ ਉੱਥੇ ਹੀ ਡਿਊਟੀ ਕਰਦੇ ਆ ਜਲੰਧਰ। ਅਤੇ ਲਓ ਜੀ ਅਸੀਂ ਆ ਗਏ ਹਾਂ ਸਕੂਲ ਦੇ ਵਿੱਚ। ਅਤੇ ਭਾਅ ਜੀ ਹੁਣ ਇਹ ਉੱਧਰ ਜਿਹੜਾ ਸਕੂਲ, ਅੱਛਾ ਗੇਟ ਗੇਟ ਗੱਬੇ ਕੰਧ ਤਾਂ ਹੈ ਹੀ ਨਹੀਂ ਹੈ ਨਾ? ਕੰਧ ਉਹ ਪ੍ਰਾਇਮਰੀ ਸਕੂਲ ਆ, ਗੰਧ ਕੰਧ ਕੰਧ ਹੈ ਨਹੀਂ। ਠੀਕ ਆ ਜੀ। ਹਾਂਜੀ ਉਹ ਖੁੱਲ੍ਹਾ ਹੀ ਬਸ ਇੱਧਰ ਮਿਡਲ ਸਕੂਲ ਆ। ਠੀਕ ਆ ਜੀ। 7ਵੀਂ 8ਵੀਂ ਤੱਕ। ਠੀਕ ਆ ਜੀ। ਪਹਿਲੀ ਤਾਂ 5ਵੀਂ ਤੱਕ ਉੱਧਰ ਆ ਜੀ। ਤੇ ਇੰਦੀ 8ਵੀਂ ਤੱਕ ਇੱਥੇ ਪੜਿਆ? ਹਾਂਜੀ ਹਾਂਜੀ। ਦੇਖਣ ਨੂੰ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਇਸ ਟਾਈਮ ਹੈ ਨਾ। ਹਾਂਜੀ। ਕਿਉਂਕਿ ਇਹ ਕਿੰਨੇ ਕੁ ਭਾਜੀ ਇਸ ਟਾਈਮ ਬੱਚੇ ਹੋਊਗੇ ਇੱਥੇ? ਬੱਚੇ ਭਾਈ ਮਤਲਬ 500 ਬੱਚੇ ਇੱਥੇ ਹੁਣ। ਠੀਕ ਆ ਜੀ। ਤੇ ਬਾਕੀ 100-200 ਉੱਧਰ ਪਾਸੇ ਹੋਊਗਾ ਜੀ। ਤੁਹਾਡੇ ਫਿਰ ਵੀ ਭਾਜੀ ਬਹੁਤ ਬੱਚੇ ਆ ਸਕੂਲ ਦੇ ਨਾ, ਮਤਲਬ ਬਹੁਤ ਇਦਾਂ ਦੇ ਵੀ ਪਿੰਡ ਆ ਜਿੱਥੇ 30-34 ਨਿਆਣੇ ਆ ਸਿਰਫ। ਬਸ ਆ ਬੱਚੇ ਬਹੁਤ ਥੋੜੇ ਸੀ। ਮਤਲਬ ਇਦਾਂ ਆ ਹਨਾ। ਇਹ ਹਿੰਦੀ ਸ਼ੁਰੂ ਤੋਂ ਇੱਥੇ ਪੜਿਆ ਹਨਾ? ਹਿੰਦੀ ਹਾਂਜੀ ਸ਼ੁਰੂ ਇੱਥੋਂ ਪੜੇ ਜੀ। ਤੇ ਹਿੰਦੀ ਤੇ ਤੁਸੀਂ ਭਾਜੀ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਇਹ ਮੈਂ ਪੁੱਛਣਾ ਭੁੱਲ ਗਿਆ ਭਾਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ। ਮੇਰਾ ਭਾਜੀ ਨਾਮ ਸਤਰਾਮ ਸਿੰਘ ਆ। ਠੀਕ ਆ ਜੀ। ਮੈਂ ਹਿੰਦੀ ਦੇ ਤਾਈ ਦਾ ਲੜਕਾ ਸਭ ਤੋਂ। ਠੀਕ ਆ ਜੀ ਠੀਕ ਆ। ਤੁਹਾਡਾ ਹਿੰਦੀ ਭਾਜੀ ਜ਼ਿਕਰ ਬਹੁਤ ਕਰਦਾ ਹੁੰਦਾ ਕਿ ਕਿਉਂਕਿ ਤੁਸੀਂ ਉਹਨਾਂ ਨੂੰ ਜੱਜ ਜਿਸ ਮੁਕਾਮ ਤੇ ਬੈਠਾ ਹੈ ਨਾ ਉਸ ਮੁਕਾਮ ਤੱਕ ਲੈ ਕੇ ਜਾਣ ਲਈ ਤੁਹਾਡਾ ਵੀ ਮਤਲਬ ਬਹੁਤ ਹੱਥ ਹੈ, ਬਹੁਤ ਸਹਿਯੋਗ ਆ, ਤੇ ਉਹ ਤੁਹਾਡੀ ਹਮੇਸ਼ਾ ਹੀ ਮਤਲਬ ਰਿਸਪੈਕਟ ਦੇ ਤੌਰ ਤੇ ਤੁਹਾਡਾ ਨਾਮ ਬਹੁਤ ਵਾਰੀ ਲੈਂਦਾ ਆਪਣੀਆਂ ਵੀਡੀਓ ਵਿੱਚ ਹੈ ਨਾ। ਬਿਲਕੁਲ ਬਿਲਕੁਲ ਜੀ। ਤੇ ਮਤਲਬ ਤੁਸੀਂ ਦੱਸੋਗੇ ਭਈ ਜਦੋਂ ਬਚਪਨ 'ਚ ਹਿੰਦੀ ਜਿੱਦਾਂ ਤੁਸੀਂ ਕਹਿੰਦੇ ਛੋਟਾ ਹੁੰਦਾ ਸੀ ਕੋਈ ਅਲਤਾ ਕਰਦਾ ਹੁੰਦਾ ਸੀ? ਸ਼ਰਾਰਤੀ ਸੁਭਾਅ ਤਾਂ ਹੈਗਾ ਸੀ ਨਾ ਜੀ, ਤੇ ਬਸ ਤਕਰੀਬਨ ਇੱਥੇ ਪੜ੍ਹਦਾ ਹੁਣ ਜਿਹੜੇ ਟਾਈਮ ਲੱਗਣਾ ਸੈਸ ਹੋਣੀ ਆ ਜਾਂ ਘਰ ਸਾਹਮਣੇ ਸੀ ਤਾਏ ਦਾ, ਤਾਏ ਤਾਈ ਦਾ। ਠੀਕ ਹੈ। ਪਿਆਰ ਤਾਂ ਸਾਰੇ ਬਥੇਰੇ ਕਰਦੇ ਸੀ ਉਹਨਾਂ। ਠੀਕ ਹੈ ਜੀ। ਤੇ ਜਿਹੜੇ ਹੋਣਾ ਵੀ ਉੱਥੇ ਚੱਲ ਜਾਣਾ, ਤਾਈ ਜੀ ਕੋ ਤਾਈ ਨੂੰ ਖਾਣ ਦਿਓ ਪੀਣ ਨੂੰ ਕੁਛ ਚਾਹੀਦਾ, ਫਰਿੱਜ ਖੋਲ ਕੇ ਜੋ ਖਾ ਕੇ ਤਾਂ ਫਿਰ ਆ ਜਾਣਾ ਬਸ। ਠੀਕ ਹੈ। ਤੇ ਹਿੰਦੀ ਐਕਚੁਅਲੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਆਫ ਕੈਮਰਾ ਕਿ ਹਿੰਦੀ ਦੇ ਡੈਡ ਦੀ ਬਹੁਤ ਜਲਦੀ ਡੈਥ ਹੋ ਗਈ ਸੀ ਨਾ, ਉਹਨੇ ਆਪਣੀਆਂ ਵੀ ਵੀਡੀਓ 'ਚ ਦੱਸਿਆ। ਹਾਂਜੀ। ਤੇ ਮਤਲਬ ਤੁਸੀਂ ਤੁਹਾਡਾ ਪਰਿਵਾਰ ਜਿੱਦਾਂ ਤੁਸੀਂ ਦੱਸਿਆ ਕਿ ਸਾਂਝਾ ਪਰਿਵਾਰ ਆ ਹੈ ਨਾ। ਹਾਂਜੀ ਹਾਂਜੀ। ਤੇ ਉਹਦੇ ਮਤਲਬ ਤਾਇਆ ਜੀ ਨਾਲ ਫਿਰ ਇਮੋਸ਼ਨਲੀ ਜ਼ਿਆਦਾ ਅਟੈਚਮੈਂਟ ਹੁੰਦਾ ਹੀ ਹੈ, ਕਿਉਂਕਿ ਜਿਹੜੀ ਚੀਜ਼ ਫਾਦਰ ਤੋਂ ਲੱਭ ਨਹੀਂ ਮਿਲਦੀ ਕਈ ਵਾਰੀ ਬੰਦਾ ਫਿਰ ਉਹ ਆਪਣੇ ਆਪਾਂ ਤਾਏ ਚਾਚਿਆਂ ਨੂੰ ਮਤਲਬ ਉਹੀ ਚੀਜ਼ ਆਪਾਂ ਸਮਝਦੇ ਹਾਂ ਨਾ ਸਰ। ਬਿਲਕੁਲ ਬਿਲਕੁਲ। ਹਾਂਜੀ ਇੱਦਾਂ ਇੱਦਾਂ ਹੀ। ਤੇ ਜਿੱਦਾਂ ਮਤਲਬ ਫਾਦਰ ਸਾਹਿਬ ਉਹਨਾਂ ਦੇ ਤਕਰੀਬਨ 1991 'ਚ ਨਾ ਪੂਰੇ ਹੋ ਗਏ ਤੇ। ਠੀਕ ਆ ਜੀ। 29 ਨਵੰਬਰ 1991 ਨੂੰ ਉਸ ਵੇਲੇ ਹਿੰਦੀ ਤਕਰੀਬਨ 3rd ਕਲਾਸ ਵਿੱਚ ਪੜ੍ਹਦਾ ਸੀ, ਅਤੇ ਇਹਦਾ ਵੱਡਾ ਬ੍ਰਦਰ ਰਵਿੰਦਰ ਸਿੰਘ ਪੜ੍ਹਦਾ ਸੀ 5th ਕਲਾਸ ਵਿੱਚ। ਠੀਕ ਆ। ਅਤੇ ਫਿਰ ਚਲੋ ਉਸ ਵੇਲੇ ਹੁਣ ਮਤਲਬ ਪਰਿਵਾਰ ਦੇ ਨਾਲ ਮਤਲਬ ਦੂਜਾ ਹੋ ਗਿਆ ਨਾ, ਇੱਕ ਪਹਾੜ ਡਿੱਗਿਆ ਕਹਿ ਲਓ, ਬਿਲਕੁਲ ਛੋਟੇ ਛੋਟੇ ਬੱਚੇ ਆ ਕਹਿ ਲਓ। ਬਿਲਕੁਲ। ਫਿਰ ਚਲੋ ਸਾਡੀ ਫਿਰ ਉਮਰ ਜ਼ਿਆਦਾ ਵੱਧ ਗਈ, ਤਾਇਆ ਜੀ ਮਤਲਬ ਪਹਿਲਾਂ ਕੰਬਾਈਨ ਤਾਂ ਪਹਿਲੇ ਸੀਗੇ। ਠੀਕ ਆ ਜੀ। ਉਹ ਟੈਨਸ਼ਨ ਵੱਧ ਗਈ ਵੀ ਇਕੱਠੇ ਰਹੀਏ ਇੱਦਾਂ ਰਲ ਕੇ, ਕਿ ਮਤਲਬ 8 ਵਜੇ ਸਾਰਾ ਕੁਛ ਹੋ ਜਾਂਦਾ ਹੈ ਨਾ ਜੀ। ਹਾਂਜੀ ਹਾਂਜੀ। ਉਹ ਤਕਰੀਬਨ ਫਿਰ ਸਾਡੇ ਘਰ ਤਾਂ ਹੁਣ ਤੇ ਪਹਿਲਾਂ 18 ਸਾਲ ਘਰ ਇਕੱਠੇ ਨੇ ਪਹਿਲਾਂ। ਠੀਕ ਆ ਜੀ। ਹਿੰਦੀ ਦੇ ਮੰਮੀ ਡੈਡੀ ਤੇ ਮਤਲਬ ਸਾਡੇ ਨਾ ਪਰਿਵਾਰ। ਠੀਕ ਆ ਜੀ। ਮਤਲਬ ਜਿਹੜਾ ਪਰਿਵਾਰ ਹੈ ਪਹਿਲਾਂ। ਠੀਕ ਆ ਜੀ। ਉਸ ਤੋਂ ਬਾਅਦ ਫਿਰ ਘਰ ਬੁਲਾ ਕੇ ਇੱਥੇ ਆ ਗਏ, ਇੱਥੇ ਬਣਾ ਲਿਆ ਘਰ। ਠੀਕ ਆ ਜੀ। ਤੇ ਜਿਹੜੇ ਜੱਦੀ ਘਰ ਸੀ ਹਿੰਦੀ ਹੁਣ ਦੇ ਦਿੱਤਾ, ਤੇ ਤੀਜਾ ਘਰ ਥੋੜੇ ਛੋਟੇ ਚਾਚਾ ਨੇ ਦੇ ਦਿੱਤਾ। ਠੀਕ ਆ ਜੀ। ਤੇ ਬਸ ਜ਼ਮੀਨ ਹੁਣ ਜੋ ਸਾਡੀ ਬਹੁਤੀ ਤਾਂ ਹੈ ਨਹੀਂ, ਜੋ ਵੀ ਹੈਗੀ ਉਹ ਸਾਂਝੀ ਆ ਮਤਲਬ ਹਜੇ ਹੋਈ ਰੱਖੀ ਹੋਈ ਆ। ਠੀਕ ਆ ਜੀ। ਹਾਲਾਂਕਿ ਤਿੰਨੇ ਸਾਡੇ ਮੇਰੇ ਫਾਦਰ ਸਾਹਿਬ, ਦੋ ਚਾਚੇ ਕਰਦੇ ਮਤਲਬ ਸਾਰੇ ਚਲੇ ਗਏ, ਹੈ ਨਹੀਂ ਹੁਣ। ਹਾਂਜੀ। ਮੇਰੀ ਦੋ ਚਾਚੀਆਂ ਨੇ,
ਉਹ ਬੜਾ ਬਿਟੋ ਰਹਿੰਦੇ ਆ ਮੈਲਬੋਰਨ 'ਚ ਰਹਿੰਦਾ ਠੀਕ ਆ ਬੇਟੀ ਉਹਦੀ ਇਟਲੀ ਵਿੱਚ ਰਹਿੰਦੀ ਆ ਠੀਕ ਆ ਜੀ ਛੋਟੀ ਵੱਡੀ ਬੇਟ ਸਿਸਟਰ ਉਹ ਮਤਲਬ ਥੋੜ੍ਹੀ ਠੀਕ ਨਹੀਂ ਬਸ ਇੱਦਾਂ ਹੀ ਮਤਲਬ ਮਤਲਬ ਹੈ ਨਾ ਪੂਰੇ ਵੈਲ ਸੈੱਟ ਨਹੀਂ ਹੋਏ ਠੀਕ ਆ ਘਰੇ ਰਹਿੰਦੇ ਸਾਡੇ ਠੀਕ ਆ ਜੀ ਹਾਂਜੀ ਤਾਂ ਹੁਣ ਤੁਸੀਂ ਦੱਸਿਆ ਕਿ ਮਤਲਬ ਇੰਦੀ ਦੇ ਛੋਟੇ ਹੁੰਦੇ ਦੇ ਮਤਲਬ ਫਾਦਰ ਸਾਹਿਬ ਦੀ ਜਦੋਂ ਡੈਥ ਹੋ ਗਈ ਹੈ ਨਾ ਤੇ ਮਤਲਬ ਉਹਨਾਂ ਦੇ ਤੁਹਾਡੇ ਪਰਿਵਾਰ ਤੇ ਇੱਕ ਤਰ੍ਹਾਂ ਦਾ ਮਤਲਬ ਦੁੱਖਾਂ ਦਾ ਪਹਾੜ ਡਿੱਗਿਆ ਹੈ ਨਾ ਤੇ ਤੁਸੀਂ ਸਾਰੇ ਪਰਿਵਾਰ ਨੇ ਮਤਲਬ ਇੱਕ ਮੁੱਠ ਰਹਿ ਕੇ ਮਤਲਬ ਤੁਸੀਂ ਸਾਰੇ ਹੀ ਮਤਲਬ ਇੰਦੀ ਦੇ ਚਾਚਾ ਜੀ ਦੇ ਉਹਨਾਂ ਦੇ ਵੀ ਬੱਚੇ ਸੈੱਟ ਆ ਤੁਹਾਡੇ ਬੱਚੇ ਵੀ ਚਲੋ ਠੀਕ ਹੈ ਹੈ ਨਾ ਤੁਸੀਂ ਦੱਸਿਆ ਗੁੜੀਆ ਕੈਨੇਡਾ ਹੈ ਨਾ ਹਾਂਜੀ ਹਾਂਜੀ ਤੇ ਤੁਸੀਂ ਖੁਦ ਵੀ ਕੁਵੈਤ ਦੇ ਵਿੱਚ ਤੁਸੀਂ ਕਿੰਨੇ ਸਾਲ ਆਏ ਭਾਜੀ ਮੈਂ ਭਾਜੀ ਸਨ 95 ਜੁਲਾਈ ਵਿੱਚ ਗਿਆ ਸੀ ਕੁਵੈਤ ਵਿੱਚ ਠੀਕ ਆ ਤਕਰੀਬਨ 17 ਨਵੰਬਰ ਨੂੰ 2017 ਨਵੰਬਰ ਨੂੰ ਵਾਪਸ ਉੱਥੇ ਆ ਗਿਆ ਠੀਕ ਆ ਜੀ 23 ਸਾਲ ਬਾਅਦ ਜੋਬ ਕਰਕੇ ਆਇਆ ਉੱਥੇ ਠੀਕ ਆ ਜੀ ਹਾਂਜੀ ਮੈਂ 5 ਸਾਲ ਪਹਿਲਾਂ ਲਾ ਕੇ ਤੇ ਫਿਰ ਆ ਗਿਆ ਹਾਂਜੀ ਇੰਦੀ ਦੀ ਉਦੋਂ ਕਿੰਨੀ ਏਜ ਸੀ ਜਦੋਂ ਤੁਹਾਨੂੰ ਲੱਗਾ ਕਿ ਇਹਨੂੰ ਯਾਰ ਹੁਣ ਬਾਹਰ ਲੈ ਜਾਈਏ ਇੰਦੀ ਭਾਜੀ ਪਹਿਲਾਂ ਤਾਂ ਮੈਂ ਜਿਹੜੇ ਆਇਆ 2002 ਵਿੱਚ ਆਇਆ ਮੈਂ ਪਹਿਲਾਂ ਮੇਰਾ ਬ੍ਰਦਰ ਸੀ ਛੋਟਾ ਨਰਿੰਦਰ ਸਿੰਘ ਠੀਕ ਹੈ ਉਹਨੂੰ ਪਹਿਲਾਂ ਉੱਥੋਂ ਪਹਿਲਾਂ ਉਹਨੂੰ ਕੁਵੈਤ ਸੱਦਿਆ ਠੀਕ ਹੈ ਜੀ ਸਨ 98 ਵਿੱਚ ਵੀ 2000 ਵਿੱਚ ਉਹਨੂੰ ਮਤਲਬ ਅਮਰੀਕਾ ਭੇਜਿਆ ਉੱਥੋਂ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਫਿਰ ਮੈਂ 2000 ਵਿੱਚ ਆ ਕੇ ਆਪਣੀ ਮੈਚ ਕਰਵਾਈ ਤਕਰੀਬਨ 2003 ਸਾਲਾਂ ਬਾਅਦ ਮੈਂ ਫਿਰ ਨਾ ਬੜੇ ਬ੍ਰਦਰ ਰਵਿੰਦਰ ਸਿੰਘ ਇੰਦਰਜੀਤ ਦੇ ਬ੍ਰਦਰ ਨੂੰ ਉਹਨੂੰ ਪਹਿਲਾਂ ਬੁਲਾਇਆ ਉੱਥੇ ਇੱਕ ਮੈਚ ਠੀਕ ਹੈ ਉਸ ਤੋਂ ਬਾਅਦ 2-3 ਸਾਲ ਬਾਅਦ ਫਿਰ ਇਹਨੂੰ ਬੁਲਾਇਆ ਉੱਥੇ ਜਲੇ ਮਤਲਬ ਭਰਤੀ ਉਹ ਤੋਂ ਕਰਵਾ ਦਿੰਦੇ ਮਿਲਟਰੀ 'ਚ ਕਪੂਰਥਲੇ ਨੂੰ ਉੱਥੇ ਜਿਹੜਾ ਸੈਨਿਕ ਸਕੂਲ ਉੱਥੇ ਨੂੰ ਐਡਮਿਟ ਕਰਾਇਆ ਮਤਲਬ ਉੱਥੇ ਉਹ ਫਿਜੀਕਲ ਸਭ ਸਿਖਾਲਦੇ ਆ ਵੀ ਬੱਚੇ ਨੂੰ ਮਤਲਬ ਮਤਲਬ ਜਾਣ ਬੈਜ ਵਾਸਤੇ ਜੇ ਮਤਲਬ ਭਰਤੀ ਹੋਣਾ ਸਾਰੀਆਂ ਐਕਟੀਵਿਟੀ ਸਿਖਾਲਦੇ ਉੱਥੇ ਅਤੇ ਉੱਥੇ ਗਿਆ ਵੀ ਥੋੜ੍ਹੀ ਕੀਤੀ ਵੀ ਲੇਕਿਨ ਬਾਅਦ ਚਲੋ ਖੈਰ ਨਹੀਂ ਇਹ ਹੋਇਆ ਉੱਥੇ ਫਿਰ ਇਹਨੂੰ ਫਾਦਰ ਸਾਹਿਬ ਨੂੰ ਕਿਹਾ ਵੀ ਤੂੰ ਪੜ੍ਹਦਾ ਕੱਕਾ ਫਿਰ ਪੜ੍ਹ ਦੂੰ ਥੋੜ੍ਹਾ ਫਿਰ ਥੋੜ੍ਹਾ ਮਤਲਬ ਕੁਛ ਕੰਮ ਕਰਦੀ ਥੋੜ੍ਹਾ ਕੰਮ ਕਰਨੇ ਪੈਂਦੇ ਇਸ ਕਰਕੇ ਥੋੜ੍ਹਾ ਨਹੀਂ ਸੋਚਿਆ ਵੀ ਇਹ ਛੱਡਤਾ ਮਤਲਬ ਪੜ੍ਹਾਈ ਦਾ ਵੀ ਖਿਆਲ ਛੱਡ ਦਿੱਤਾ ਠੀਕ ਉਸ ਤੋਂ ਬਾਅਦ ਵੀ ਚਲੋ ਫਿਰ ਅਸੀਂ ਤਾਂ ਬਾਹਰ ਹੁੰਦੇ ਸੀ ਫਿਰ ਸਾਰੇ ਘਰ ਦੇ ਮਾੜੇ ਮੋਟੇ ਕੰਮ ਸੀ ਇਹੀ ਸੰਭਾਲਦੇ ਹੁੰਦੇ ਪਿੱਛੋਂ ਖੇਤਾਂ 'ਚ ਪਾਣੀ ਲਾਉਣੇ ਜਾਂ ਫਸਲਾਂ ਬੀਜਣੀਆਂ ਕਰਨੀਆਂ ਰੁੱਲਾ ਪਾ ਕੇ ਬਾਕੀ ਸਾਡੇ ਇਹਨਾਂ ਇੱਕ ਗਾਵਾਂ ਦੀ ਗੱਲ ਕਰ ਦਿਓ ਗਾਵਾਂ ਬਾਕੀ ਸਾਡੇ ਚਾਚੇ ਹੁਣ ਅਸੀਂ ਹੁਣ ਗਾਵਾਂ ਬਹੁਤ ਮਤਲਬ ਸੁਣਨ ਵਾਲੀਆਂ ਹੁੰਦੀਆਂ ਨਾ ਗਾਵਾਂ ਐਂਡ 'ਤੇ ਆ ਕੇ ਉਹਦਾ ਰੱਬ ਦਾ ਭਾਣਾ ਕੀ ਵਰਤੋਂ ਮਰ ਜਾਂਦੀ ਕੋਈ ਮਾਰ ਦਿੰਦਾ ਸੀ ਜਾਂ ਮਰ ਜਾਂਦੀ ਰੱਬ ਜਾਣੇ ਕੀ ਕਾ ਕੋਈ ਪਾ ਦਿੰਦਾ ਸੀ ਰੱਬ ਜਿਹੜੀਆਂ ਇੰਦੀ ਉਹਨਾਂ ਦੇ ਘਰ ਗਾਵਾਂ ਰੱਖੀਆਂ ਹੁੰਦੀਆਂ ਹਾਂਜੀ ਹਾਂਜੀ ਜਿਲ ਮਤਲਬ ਠੀਕ ਆ ਜੀ ਉਹ ਜਿਲੇ ਕੋਈ ਤਗੜੀ ਮਤਲਬ ਹੋਣੀ ਹੋ ਬੱਚੀ ਤਗੜੀ ਤਿਆਰ ਹੋਣੀ ਜਾਂ ਸੁਣਨ ਵਾਲੀ ਹੋਣੀ ਕਹਿ ਲਓ ਉਹ ਜਿਲੇ ਫਿਰ ਕਦੋਂ ਐਨ ਐਂਡ ਜਾ ਕੇ ਉਮਰੀ ਹੋਣੀ ਜਿਲੇ ਆਪਾਂ ਦੇਖਣੀ ਹਵੇਲੀ ਜਾ ਕੇ ਅੱਛਾ ਜੀ ਉਹ ਸਾਨੂੰ ਸਮਝ ਤੋਂ ਬਾਹਰ ਸੀ ਵੀ ਕੀ ਚੱਕਰ ਆ ਜਾਣੀ ਕਿੱਦਾਂ ਹਨਾ ਠੀਕ ਆ ਜੀ ਅਤੇ ਫਿਰ ਬਾਅਦ ਵਿੱਚ ਸੋਚਿਆ ਵੀ ਚਲੋ ਹੁਣ ਇਹ ਜਿਲੇ ਤਗੜਾ ਫਿਰ ਬਾਅਦ ਫਿਰ ਇਹਨੂੰ ਕੁਵੈਤ ਬੁਲਾਇਆ ਫਿਰ ਠੀਕ ਆ ਜੀ ਪਹਿਲਾਂ ਵੱਡੇ ਬਾਅਦ ਫਿਰ ਇਹਨੂੰ ਬੁਲਾਇਆ ਕੁਵੈਤ ਅਤੇ ਇੰਦੀ ਕੁਵੈਤ ਕਿੰਨੇ ਸਾਲ ਰਿਹਾ ਇੰਦੀ ਤਕਰੀਬਨ ਭਾਜੀ 3 ਸਾਲ ਉੱਥੇ ਕੁਵੈਤ 'ਚ ਰਿਹਾ ਇਹ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਕੰਪਨੀ ਇਰਾਕ ਵਿੱਚ ਵੀ ਨਹੀਂ ਕੰਮ ਕੀਤਾ ਉਹਨਾਂ ਨੇ ਠੀਕ ਆ ਅਤੇ ਉੱਥੇ ਕਾਫੀ ਕੰਮ ਚੱਲਦਾ ਹੁੰਦਾ ਇਰਾਕ 'ਚ ਵਾਰ ਚੱਲਦੀ ਸੀ ਅਤੇ ਅਮੈਰੀਕਨਾਂ ਨਾਲ ਕੰਮ ਨੇ ਕੰਪਨੀ ਕੰਮ ਕਰਦੀ ਸੀ ਉੱਥੇ ਜਾ ਕੇ ਫਿਰ ਕਾਫੀ ਦਿਨ ਉੱਥੇ ਵੀ ਕੰਮ ਕੀਤਾ ਉਸ ਤੋਂ ਬਾਅਦ ਵਾਪਸ ਕੁਵੈਤ 'ਚ ਆ ਗਿਆ ਜਿਹੜੇ ਮਤਲਬ ਉਹਨੇ ਕੰਪਨੀ ਵਾਪਸ ਆ ਗਈ ਫਿਰ ਬਾਅਦ ਵਿੱਚ ਅਸੀਂ ਸੋਚਿਆ ਵੀ ਚਲੋ ਮਤਲਬ ਯੂਰਪ ਦਾ ਕੋਈ ਬਣਦਾ ਸੀ ਪ੍ਰੋਗਰਾਮ ਅਤੇ ਮੈਂ ਸੋਚਿਆ ਇੰਦਰ ਨੇ ਪੁੱਛਿਆ ਇੰਦੀ ਨੂੰ ਵੀ ਕਿ ਕਾਕਾ ਵੀ ਕੰਮ ਬਣਦਾ ਯੂਰਪ ਦਾ ਵੀ ਦੇਖ ਲਾ ਜੇ ਤੇਰਾ ਦਿਲ ਕਰਦਾ ਪਹਿਲਾਂ ਆਪਾਂ ਰਾਜੀ ਨਹੀਂ ਹੁੰਦਾ ਫਿਰ ਉਹਨੂੰ ਸਮਝਾ ਕਾਕਾ ਗਾਹਾਂ ਵਧਣਾ ਪੈਣਾ ਵੀ ਜਾਣਾ ਪੈਣਾ ਮੂਵ ਕਰਨਾ ਪੈਣਾ ਜੇ ਤਾਂ ਇੱਥੇ ਨਾ ਦੇਖ ਲੈ ਫਿਰ ਕਹਿੰਦਾ ਭਾਈ ਚਲੋ ਕੋਈ ਨਹੀਂ ਕਰ ਦਿਓ ਤੁਹਾਨੂੰ ਫਿਰ ਚਲੋ ਅਸੀਂ ਕੋਸ਼ਿਸ਼ ਕੀਤੀ ਫਿਰ ਤਾਂ ਚਲੋ ਲਾ ਪਾ ਕੇ ਸਾਡੇ ਮੇਰਾ ਛੋਟਾ ਜਿਹਾ ਬ੍ਰਦਰ ਨਰਿੰਦਰ ਸਿੰਘ ਆ ਉਹ ਮਤਲਬ ਬਹੁਤ ਹੈਲਪ ਕਰਦਾ ਸੀ ਪੈਸੇ ਤਕਰੀਬਨ ਉਹੀ ਭੇਜਦਾ ਹੁੰਦਾ ਸੀ ਅਮੈਰੀਕਾ 'ਚੋਂ ਠੀਕ ਹੈ ਫਿਰ ਮੈਂ ਇਹਦੇ ਬੜੇ ਬ੍ਰਦਰ ਨੂੰ ਸੱਦਿਆ ਸੀ ਫਿਰ ਇਹਦੇ ਵਾਸਤੇ ਵੀ ਉਹੀ ਪੈਸੇ ਭੇਜਦਾ ਹੁੰਦਾ ਸੀ ਬਾਹਰੋਂ ਫਿਰ ਜਿਸ ਵੇਲੇ ਇਹਨੇ ਮਤਲਬ ਸਪੇਨ ਜਾਣਾ ਸੀ ਤਾਂ ਵੀ ਪੈਸੇ ਤਾਂ ਲੱਗਦੇ ਸੀ ਕਿਉਂਕਿ ਉਦੋਂ ਕਿੰਨੇ ਕੁ ਪੈਸੇ ਲੱਗ ਜਾਂਦੇ ਸੀ ਭਾਜੀ ਸਪੇਨ ਤੋਂ ਉਸਨੇ ਭਾਜੀ ਤਕਰੀਬਨ 4200 ਮੰਨ ਲਓ ਕਹਿੰਦੇ ਸਾਡਾ ਲੱਗਾ ਸੀ ਦਿਨਾਰ ਉੱਥੇ ਕੁਵੈਤ ਦਾ ਦਿਨਾਰ ਦਾ ਮਤਲਬ ਤੁਸੀਂ 200 ਇਸ ਵੇਲੇ 40 ਨੂੰ ਗੁਣਾ ਕਰ ਲਓ ਇੱਕ ਨਾ ਇਸ ਵੇਲੇ ਉਸ 225 ਦਾ ਹੋਇਆ ਮਤਲਬ ਸਮਥਿੰਗ ਇੰਨਾ ਇਹਦਾ ਰੇਟ ਹੁੰਦਾ ਸੀ ਅਤੇ ਫਿਰ ਚਲੋ ਉਸ ਇਹਦਾ ਵੀਜ਼ਾ ਸਟੈਂਪ ਹੋ ਗਿਆ ਸ਼ੈਨਗਨ ਦਾ ਵੀਜ਼ਾ ਲੱਗ ਗਿਆ ਅਤੇ ਫਿਰ ਇਹਨੂੰ ਚੱਲ ਗਿਆ ਫਰਾਂਸ ਫਿਰ ਸਪੇਨ ਚਲੇ ਗਿਆ ਉਹਦੇ ਪਿੰਡ ਦੇ ਮੁੰਡੇ ਹੁੰਦੇ ਸੀ ਠੀਕ ਹੈ ਧਰਮਵੀਰ ਸਿੰਘ ਉਹਨੂੰ ਫਿਰ ਗੱਲ ਕੀਤੀ ਕਹਿੰਦਾ ਭਾਅ ਜੀ ਇੱਥੇ ਭੇਜ ਦਿਓ ਫਿਰ ਭਾਅ ਜੀ ਉੱਥੇ ਰਿਹਾ ਉਹਨਾਂ ਚਿਰ 5 ਸਾਲ ਸੀਗਾ ਉੱਥੇ ਰਿਹਾ ਫਿਰ ਜਦੋਂ ਪੇਪਰ ਮਿਲ ਜੂਗੇ ਇਸ ਬੇਸ ਨਾਲ ਉੱਥੇ ਗਿਆ ਸੀ ਆਪਣੇ ਇਹ ਸਪੇਨ ਵਿੱਚ ਚਲੋ ਪੇਪਰ ਮਿਲ ਗਏ ਫਿਰ ਬਾਹਰ ਕਹਿੰਦਾ ਭਾਅ ਜੀ ਫਿਰ ਗਏ ਪਰਪਾ ਨੂੰ ਮਿਲਦਾ ਮੈਂ ਨਾਲ ਦੇ ਫਰੈਂਡ ਕੈਨੇਡਾ 'ਚ ਲਗਾਇਆ ਅਸੀਂ ਕਹਿੰਦਾ ਕਾਕਾ ਵੀ ਦੇਖ ਲਾ ਵੀ ਬਾਹਰਲਾ ਟਰਾਈ ਕਰ ਲਾ ਜੇ ਇਹ ਗੱਲ ਬਣਦੀ ਤਾਂ ਵੀ ਕੋਈ ਪੈਸੇ 'ਚ ਪੈਸੇ ਭੇਜ ਦਿਆਂਗੇ ਕੋਈ ਗੱਲ ਨਹੀਂ ਅਤੇ ਫਿਰ ਮਤਲਬ
ਉੱਥੇ ਰਿਪਲਾਈ ਕੀਤਾ ਸੀ ਇੱਕ ਹਫ਼ਤੇ ਵਿੱਚ ਤਾਂ ਵੀਜ਼ਾ ਆ ਗਿਆ ਉੱਥੋਂ ਲੱਕ ਸਟੈਂਪ ਹੋ ਕੇ ਆ ਗਿਆ ਫਿਰ ਚਲੋ ਪੈਸੇ ਅਸੀਂ ਕੁਛ ਭੇਜੇ ਕੁਵੈਤ 'ਚੋਂ ਕੁਛ ਮੇਰੇ ਬਦਲ ਫਿਰ ਅਮੈਰੀਕਾ 'ਚੋਂ ਭੇਜੇ ਅਤੇ ਕਰਕੇ ਫਿਰ ਬਦਲੋ ਕੈਨੇਡਾ ਚਲੇ ਗਏ ਜੀ ਫਿਰ ਹਾਂਜੀ ਠੀਕ ਹੈ ਜੀ ਭਾਈ ਉਹ ਜਦੋਂ ਕੈਨੇਡਾ ਗਿਆ ਉੱਥੇ ਮਤਲਬ ਜਿਹਨਾਂ ਸਰਦਾਰ ਨੇ ਉਹਨੂੰ ਭੇਜਿਆ ਸੀ ਪਰ ਪਰਮਿਟ ਵਗੈਰਾ ਉਹਨਾਂ ਦੇ ਆਪਣੇ ਪੈਟਰੋਲ ਸਟੇਸ਼ਨ 'ਤੇ ਇੱਕ ਮਤਲਬ ਕੈਲਰੀ ਗਿਆ ਸੀ ਅਤੇ ਤਕਰੀਬਨ ਜਦੋਂ 2 ਸਾਲ ਕੰਮ ਕੀਤਾ ਬੜਾ ਵਧੀਆ ਕੰਮ ਚੱਲਿਆ ਮੁੜ ਕੇ ਜਿਲ੍ਹੇ ਅਗਲੇ ਸਾਲ ਵੀਜ਼ਾ ਐਕਸਟੈਂਡ ਹੋਣਾ ਸੀਗਾ ਉਹ ਫਿਰ ਉਹਨਾਂ 'ਚ ਕੋਈ ਜਾਣ ਬਣਾ ਹੋ ਗਈ ਫੈਮਿਲੀ ਵਿੱਚ ਹਸਬੈਂਡ ਵਾਈਫ ਵਿੱਚ ਉਹ ਫਿਰ ਅਲੱਗ ਅਲੱਗ ਹੋ ਗਏ ਠੀਕ ਹੈ ਜੀ ਇਹ ਫਿਰ ਮਤਲਬ ਉਹਦੀ ਵਾਈਫ ਵੱਲ ਉਹਦੇ ਕੰਮ ਜਿਹੜੇ ਵਾਈਫ ਦੇ ਚਲ ਗਏ ਪੈਟਰੋਲ ਸਟੇਸ਼ਨ ਉੱਥੇ ਕੰਮ ਕਰਦਾ ਸੀ ਮੁੜ ਕੇ ਉਹਨੂੰ ਮਤਲਬ ਭੁਲੇਖੇ ਜਿਹੇ ਰਹਿ ਗਿਆ ਉਹਨੂੰ ਕਿਹਾ ਵੀ ਤੇਰਾ ਐਕਸਟੈਂਡ ਹੋ ਜੂਗਾ ਵਰਕ ਪਰਮਿਟ ਉਹ ਹੋਇਆ ਨਹੀਂ ਤਕਰੀਬਨ ਫਿਰ ਅੱਧੇ ਫਿਰ ਉਹ ਰਹਿ ਗਿਆ ਹੌਲੀ ਹੌਲੀ ਫਿਰ ਉਸ ਤੋਂ ਬਾਅਦ ਫਿਰ ਇਹਦਾ ਬਰਦਰ ਉਹਦੇ ਵਿੱਚ ਸਪੇਨ ਤੋਂ ਆਇਆ ਵੀ ਇੰਡੀਆ ਇੱਕ ਚੱਕਰ ਮਾਰ ਵੀ ਗਿਆ ਸੀ ਠੀਕ ਹੈ ਫਿਰ ਕੈਨੇਡਾ ਵਿੱਚ ਗਿਆ ਕੈਨੇਡਾ ਤੋਂ ਵੀ ਇੱਕ ਚੱਕਰ ਮਾਰਿਆ ਇਹਨੇ ਸਾਡੇ ਛੋਟੇ ਚਾਚੇ ਦੇ ਲੜਕੇ ਦੀ ਮੈਰਿਜ 'ਤੇ ਆਇਆ ਸੀ ਇਹ ਫਿਰ 2 ਚੱਕਰ ਔਲਰੇਡੀ ਮਾਰ ਵੀ ਗਿਆ ਇੱਧਰ ਘੁੰਮ ਗਿਆ ਇੰਡੀਆ ਵਿੱਚ ਫਿਰ ਇਹਦਾ ਬਰਦਰ ਦਾ ਬੜਾ ਬਰਦਰ ਰਵਿੰਦਰ ਸਿੰਘ ਦਾ ਵੀਜ਼ਾ ਔਨਲਾਈਨ ਅਪਲਾਈ ਕੀਤਾ ਸੀ ਉਹਦਾ ਲੱਗ ਗਿਆ ਉੱਥੇ ਕੈਨੇਡਾ ਦਾ ਕੈਨੇਡਾ ਦਾ ਉਹ ਵੀ ਸਰੀ ਜਾਣਾ ਸੀ ਉਹਨਾਂ ਨੇ ਕਿਉਂਕਿ ਉਹਦਾ ਮਾਲਕ ਸਰੀ ਸੀ ਅੱਛਾ ਜੀ ਫਿਰ ਜਿਸ ਲਈ ਗਏ ਸਰੀ ਤੋਂ ਇਹਦਾ ਬ੍ਰਦਰ ਗਿਆ ਰਵਿੰਦਰ ਸਿੰਘ ਅਤੇ ਫਿਰ ਮੁੜ ਕੇ ਉਹ ਵੀ ਇੱਥੋਂ ਕੈਨੇਡਾ ਨੂੰ ਛੱਡ ਕੇ ਉੱਥੇ ਆ ਗਿਆ ਵੀ ਮੇਰਾ ਬ੍ਰਦਰ ਅੱਗੇ ਆ ਰਿਹਾ ਉਸ ਤੋਂ ਪਹਿਲੇ ਮਤਲਬ ਪਹਿਲਾਂ ਹੀ ਫਲੈਟ ਵਗੈਰਾ ਲੈ ਕੇ ਉਹ ਸਾਡੇ ਹੋਰ ਪਿੰਡ ਦੇ ਰਹਿੰਦੇ ਆ ਸੱਜਣ ਮਿੱਤਰ ਨਾਲ ਦੇ ਰਹਿੰਦੇ ਆ ਰਵਿੰਦਰ ਹੋਣ ਦੇ ਉਹਨੇ ਫਿਰ ਫਲੈਟ ਦਾ ਇੰਤਜ਼ਾਮ ਕਰਤਾ ਰਿਹਾਇਸ਼ ਵੀ ਕਰ ਦਿੱਤੀ ਉੱਥੇ ਜਾ ਕੇ ਫਿਰ ਦੋਨੋਂ ਬ੍ਰਦਰ ਉੱਥੇ ਹੁਣ ਅਜੇ ਤੱਕ ਉੱਥੇ ਰਹਿੰਦੇ ਪਏ ਨੇ ਠੀਕ ਹੈ ਜੀ ਤਕਰੀਬ 5 ਸਾਲ ਬ੍ਰਦਰ ਨੂੰ ਹੋ ਗਏ ਨੇ ਰਵਿੰਦਰ ਸਿੰਘ ਗਏ ਨੂੰ ਠੀਕ ਹੈ ਜੀ ਔਲਰੇਡੀ ਉਹ PR 'ਤੇ ਹੋ ਚੁੱਕੇ ਨੇ ਪਰ ਹੁਣ ਕਰੋਨਾ ਕਰਕੇ ਉਹ ਇੱਥੇ ਆ ਨਹੀਂ ਸਕਦੇ ਇਸ ਕਰਕੇ ਉੱਥੇ ਅਜੇ ਲੱਗੇ ਹੋਏ ਨੇ ਹਾਂਜੀ ਹੁਣ ਦੋਨੋਂ ਬ੍ਰਦਰ ਉੱਥੇ ਰਹਿੰਦੇ ਪਏ ਜੀ ਅਤੇ ਜਿੱਦਾਂ ਹੁਣ ਤੁਸੀਂ ਦੱਸਦੇ ਹੋ ਹੁਣ ਮਤਲਬ ਬਹੁਤਿਆਂ ਨੂੰ ਜ਼ਿਆਦਾਤਰ ਬਹੁਤਿਆਂ ਨੂੰ ਸ਼ਾਇਦ ਪਤਾ ਵੀ ਹੋਵੇ ਵੀ ਉਹਦਾ ਬ੍ਰਦਰ ਵੀ ਹਿੰਦੀ ਦਾ ਹੈ ਨਾ ਵੱਡਾ ਬ੍ਰਦਰ ਉਹ ਉੱਥੇ ਹੀ ਰਹਿੰਦਾ ਹਾਂਜੀ ਮਤਲਬ ਜਿੱਦਾਂ ਤੁਹਾਡੇ ਦਿਮਾਗ 'ਚ ਨਹੀਂ ਆਉਂਦਾ ਵੀ ਜਿੱਦਾਂ ਹੁਣ ਮਤਲਬ ਮੇਰੇ ਆਉਂਦਾ ਵੀ ਯਾਰ ਮੈਂ ਹਿੰਦੀ ਦਾ ਭਰਾ ਨਹੀਂ ਦੇਖਿਆ ਵੀ ਹਿੰਦੀ ਨੇ ਕਦੇ ਆਪਣਾ ਭਰਾ ਨਹੀਂ ਦਿਖਾਇਆ ਵੀਡੀਓ 'ਚ ਜਾਂ ਉਹ ਦੋਨਾਂ ਭਰਾਵਾਂ ਦਾ ਸੁਭਾਅ ਵੱਖਰਾ ਵੱਖਰਾ ਹੋਊਗਾ ਜਾਂ ਫਿਰ ਕੀ ਕਾਰਨ ਹੋਊਗਾ ਵੀ ਉਹ ਕੈਮਰੇ ਮੋਹਰੇ ਨਹੀਂ ਆਉਂਦਾ ਜਾਂ ਇਦਾਂ ਦਾ ਉਹਦਾ ਸੁਭਾਅ ਕਿੱਦਾਂ ਦਾ ਸੀ ਬੜਾ ਬ੍ਰਦਰ ਠੀਕ ਆ ਸੀ ਉਹ ਸ਼ੈਰੀ ਸ਼ੁਰੀ ਕਰਦਾ ਰਹਿੰਦਾ ਅੱਛਾ ਰੇਡੀਓ 'ਤੇ ਬੋਲਦਾ ਰਹਿੰਦਾ ਠੀਕ ਹੈ ਇਹ ਦੋਨੇ ਬ੍ਰਦਰ ਪਹਿਲਾਂ ਕਹਿੰਦਾ ਫਰੈਂਡ ਸੀ ਮੋਗੇ ਤੋਂ ਉਹਦਾ ਰੇਡੀਓ ਚੱਲਦਾ ਢੋਲ ਰੇਡੀਓ ਠੀਕ ਹੈ ਜੀ ਉੱਥੇ ਨੂੰ ਮਤਲਬ ਇੰਡੀਆ ਵੀ ਕਾਲ ਕਰਦੇ ਹੁੰਦੇ ਸੀ ਫਿਰ ਉਹ ਮੁੰਡਾ ਉਹ ਵੀ ਮਤਲਬ ਚਲੇ ਗਿਆ ਉੱਥੇ ਉਹਦਾ ਵਿਆਹ ਅਮੈਰੀਕਾ ਹੋ ਗਿਆ ਉੱਥੇ ਰੇਡੀਓ ਨੂੰ ਚਾਲੂ ਰੱਖਿਆ ਫਿਰ ਦੋਨੇ ਬ੍ਰਦਰ ਤੋਂ ਫੋਨ ਕਰਦੇ ਹੁੰਦੇ ਸੀ ਸ਼ਹਿਰੀ ਸ਼ਹਿਰੀ ਕਰਦੇ ਹੁੰਦੇ ਸੁਣਾਉਂਦੇ ਹੁੰਦੇ ਸੀ ਅਤੇ ਇੱਦਾਂ ਚੱਲਦਾ ਰਹਿੰਦਾ ਸੀ ਪਰ ਬੜਾ ਬ੍ਰਦਰ ਥੋੜ੍ਹਾ ਬਹੁਤ ਜੋਬ 'ਤੇ ਜਾਂਦੇ ਉਹ ਘਰ ਨਹੀਂ ਹੁੰਦੇ ਵੇਲੇ ਜਿਹੜੇ ਵੀਡੀਓ ਕਰਦੇ ਹੁੰਦੇ ਸੀ ਜਾਂ ਉਹ ਨਹੀਂ ਮਤਲਬ ਆ ਜਾਣਾ ਕੰਮ ਤੋਂ ਸੁੱਤੇ ਹੁੰਦੇ ਸੀ ਤਾਂ ਜਦ ਪਹਿਲਾਂ ਹੀ ਸਟਾਰਟ ਕੀਤੀ ਵੀਡੀਓ ਬਣਾਉਣੀ ਤਾਂ ਬੜਾ ਬ੍ਰਦਰ ਜਿਹੜਾ ਮੂਹਰੇ ਮੋਬਾਈਲ ਫੜਦਾ ਹੁੰਦਾ ਸੀ ਜਦੋਂ ਪੋਸਟਾਂ ਨੇ ਪਤਾ ਨਹੀਂ ਕਿੱਦਾਂ ਬਣਾਉਣੀ ਹੁੰਦੀ ਸੀ ਸਟਾਰਟ ਹੀ ਨਹੀਂ ਇੱਦਾਂ ਕੀਤਾ ਅਤੇ ਲੇਕਿਨ ਫਿਰ ਉਹ ਬ੍ਰਦਰ ਘੱਟ ਹੀ ਹੁੰਦਾ ਹਾਂਜੀ ਬਈ ਹਿੰਦੀ ਭਾਜੀ ਆ ਤੇਨਾ ਕਿ ਸਾਡਾ ਵੀ ਗਿਲਾ ਹੈ ਕਿ ਤੂੰ ਯਾਰ ਆਪਣਾ ਅਸਲੀ ਕੈਮਰਾਮੈਨ ਅੱਜ ਤੇ ਸਾਨੂੰ ਦਿਖਾਇਆ ਹੀ ਨਹੀਂ ਯਾਰ ਵੀ ਤੇਰਾ ਕੈਮਰਾਮੈਨ ਕੌਣ ਆ ਤੇਰਾ ਵੱਡਾ ਭਰਾ ਜਿਹੜੀ ਤੂੰ ਕਦੇ ਉਹਦੀ ਸਾਨੂੰ ਸ਼ਕਲ ਤੱਕ ਨਹੀਂ ਦਿਖਾਈ ਯਾਰ ਸਹੀ ਸਟਾਰਟ ਕੀਤਾ ਮੈਂ ਦੇਖ ਲਓ ਜ਼ਰੂਰੀ ਹੈ ਕੱਲ ਤੇ ਭਾਜੀ ਹੋਰ ਕੋਈ ਹਿੰਦੀ ਦੀ ਜਿਹਦਾ ਬਚਪਨ ਦੀ ਯਾਦ ਜਾਂ ਮਤਲਬ ਕੋਈ ਇਦਾਂ ਦੀ ਕੋਈ ਵੀ ਗੱਲ ਹੋਵੇ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਹਿੰਦੀ ਭਾਜੀ ਇਦਾਂ ਵੀ ਇਹਦਾ ਮਤਲਬ ਜਿੱਦਾਂ ਹੁਣ ਬਾਕੀ ਸਾਰਾ ਇੱਕ ਸਾਈਕਲ ਤਾਂ ਜ਼ਰੂਰ ਇੱਕ ਹੁੰਦਾ ਸੀ ਸਾਈਕਲ ਲਾਉਣਾ ਸਾਡੇ ਘਰ ਆਉਣਾ ਸਿੱਧੇ ਜਾ ਕੇ ਸਿੱਧਾ ਇਹ ਖੜਕਾਉਣਾ ਤਾਂ ਹੈ ਨਹੀਂ ਸਿੱਧਾ ਗੇਟ 'ਚ ਮਾਰਨਾ ਠਾਹ ਨਹੀਂ ਲਿਆ ਕੇ ਫਿਰ ਤਾਈ ਦੀ ਫਿਰ ਇਹਨੂੰ ਕਹਿਣਾ ਗਾਲਾਂ ਕੱਢਣੀਆਂ ਫਿਰ ਪੈਣਾ ਤਾਂ ਤੋੜਨਾ ਗੇਟ ਤੋੜ ਦੇਣੇ ਆ ਮਤਲਬ ਇਹ ਕਦੀ ਇਹਦੇ ਇਹ ਹੁੰਦਾ ਸੀ ਇਹ ਖੋਲ੍ਹ ਕੇ ਨਹੀਂ ਇਹਦਾ ਵੜਦਾ ਮਤਲਬ ਸਿੱਧਾ ਗੇਟ 'ਤੇ ਮਾਰ ਲਾ ਕੇ ਮਤਲਬ ਸਾਈਕਲ ਪਤਾ ਲੱਗ ਗਿਆ ਵੀ ਹਿੰਦੀ ਆ ਗਿਆ ਅਤੇ ਹਿੰਦੀ ਦਾ ਨਾਂ ਕਿਉਂ ਪਿਆ ਜੀ ਮੇਰੀ ਬੇਟੀ ਵੱਡੀ ਦਾ ਨਾਂ ਸੀ ਸਿਮਰਨ ਠੀਕ ਹੈ ਇੱਕੋ ਹੀ ਬੇਟੀ ਪਹਿਲਾਂ ਕਰਕੇ ਦੋਨੇ ਛੋਟੇ ਚਾਚੇ ਲੜਕਾ ਵੀ ਸੀ ਮਨਦੀਪ ਸਿੰਘ ਅਤੇ ਸਾਰੇ ਮਤਲਬ ਕੁਆਰੇ ਘਰ ਨਿਆਣੇ ਸੀ ਤਾਂ ਪਹਿਲਾਂ ਬੱਚਾ ਸਾਰਾ ਪਿਆਰ ਹੁੰਦਾ ਪਸੰਦ ਹੁੰਦਾ ਜੀ ਅਤੇ ਬਸ ਸਾਰੇ ਚੱਕੀ ਫਿਰਨਾ ਇਹ ਜਲਾ ਵੱਲ ਲਾਡ ਕਰਦਾ ਹੁੰਦਾ ਸੀ ਫਿਰ ਹਿੰਦੀ ਚਾਚਾ ਲੱਭੀ ਕਹਿਣ ਹਿੰਦੀ ਚਾਚਾ ਦਾ ਨਾਂ ਹੁਣ ਹਿੰਦੀ ਚਾਚਾ ਉਹਨੇ ਪਾਇਆ ਇਸ ਹਿੰਦੀ ਚਾਚੇ ਨਾਂ ਤੋਂ ਫਿਰ ਆਪਣਾ ਹਿੰਦੀ ਗਾਹ ਸਵਾਲ ਲੈਣੇ ਨਾ ਉਹਨੂੰ ਅੱਗੇ ਲੈ ਕੇ ਗਿਆ ਇਹ ਠੀਕ ਹੈ ਜੀ ਹਾਂਜੀ ਤੇ ਇੱਕ ਚੀਜ਼ ਭਾਜੀ ਹੋਰ ਹੈ ਤੇ ਉਹ ਬਾਰ ਬਾਰ ਜਿੱਦਾਂ ਅੱਜ ਦਾ ਅੱਜ ਕੱਲ੍ਹ ਦਾ ਡਾਈਲੋਗ ਹੈ ਪਿੰਡ ਨਰੂੜ ਕਰਨਾ ਮਸ਼ਹੂਰ ਆ ਗਿਆ ਡੱਬਿਆਂ ਦਾ ਮੁੰਡਾ ਤੇ ਡੱਬਿਆਂ ਵਾਲੇ ਕਾਹਤੇ ਕਹਿੰਦੇ ਆ ਤੁਹਾਨੂੰ ਡੱਬਿਆਂ ਭਾਜੀ ਤਾਂ ਸਾਡੇ ਜਿਹੜੇ ਬਜ਼ੁਰਗਾਂ ਵਿੱਚ ਨਾ ਕਿਸੇ ਫਲਵੈਰੀ ਹੋਈ ਹੁੰਦੀ ਆ ਹਾਂਜੀ ਉਹ ਸਾਡੇ ਬਜ਼ੁਰਗਾਂ ਦੇ ਦਾਗ ਸੀ ਡੱਬਿਆਂ ਦੱਬ ਪਿਆ ਹੁੰਦਾ ਸੀ ਹਨਾ ਠੀਕ ਆ ਉਹ ਜਿੱਦਾਂ ਫਿਰ ਅੱਲ ਪੈਂਦੀ ਹੈ ਡੱਬਾ ਪਿਆ ਉਹ ਡੱਬੇ ਲੱਪੇ ਕਹਿੰਦੇ ਤੇ ਬਜ਼ੁਰਗਾਂ ਨੂੰ ਇੱਦਾਂ ਵੀ ਉਹ ਡੱਬ ਪਿਆ ਸੀ ਉਹ ਡੱਬ ਕਰਕੇ ਨਾ ਇਹਨੂੰ ਬਾਕੀ ਸਾਡੇ ਤਾਂ ਅਸੀਂ ਬਹੁਤਾ ਨਹੀਂ ਕਹਿੰਦੇ ਇਹ ਹੁਣ ਜ਼ਿਆਦਾ ਪਤਾ ਲੱਗ ਪਿਆ ਦੱਸਣ ਅਸੀਂ ਮਤਲਬ ਡੱਬਿਆਂ ਡੱਬਿਆਂ ਦੇ ਕਿ ਉਹ ਡੱਬਿਆਂ ਟੱਬਰ ਸਾਨੂੰ ਕਹਿੰਦੇ ਆ ਠੀਕ ਹੈ ਉਹ ਡੱਬ ਪਿਆ ਕਰਕੇ ਬਜ਼ੁਰਗਾਂ ਦੇ ਕਰਕੇ ਇਸ ਕਰਕੇ ਕਹਿੰਦੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਜਿੱਦਾਂ ਹੁਣ ਹਿੰਦੀ ਦੇ ਵਿਆਹ ਬਾਰੇ ਕੀ ਸੋਚਿਆ ਉਹ ਵਿਚਾਰਾ ਬਹੁਤ ਕਹਿੰਦਾ ਯਾਰ ਮੇਲੇ ਕੁੜੀ ਲੱਭੋ
ਕਿਤੇ ਕਿਤੇ ਗੱਲ ਬਣ ਜਾਵੇ ਕਿਸੇ ਤਰ੍ਹਾਂ ਵੀ ਇਕੱਲਾ ਪਾ ਕੇ ਤੇ ਮਤਲਬ ਕਈ ਗੱਲ ਚਲਾਉਂਦੇ ਆ ਕਰਦੇ ਜਾਂ ਪਰਮਾਤਮਾ ਕਹਿੰਦਾ ਹਜੇ ਕਰ ਮਤਲਬ ਜਿਹਦਾ ਸੰਯੋਗ ਜੁੜਦੇ ਨੇ ਏਦਾਂ ਤਾਂ ਨੀ ਵੀ ਕੁੜੀਆਂ ਡਰਦੀਆਂ ਵੀ ਇਹਨੇ ਸਿਰ ਖਾ ਲਿਆ ਕਰਨਾ ਮੇਰਾ ਏਦਾਂ ਕਈ ਕੋਈ ਗੱਲ ਨਹੀਂ ਹੈਗੀ ਹੈ ਜੀ ਪਰ ਕਹਿੰਦੇ ਜੇ ਸੰਯੋਗ ਢਿੱਲੇ ਹੁੰਦੇ ਗੱਲ ਕਿਤੇ ਚੱਲਦੀ ਹੈ ਮਤਲਬ ਹੋ ਕੇ ਮਤਲਬ ਫਿਰ ਪਿੱਛੇ ਹੋ ਜਾਂਦੀ ਹੈ ਕਈ ਵਾਰ ਮਤਲਬ ਕਿ ਅੱਜ ਕੱਲ੍ਹ ਨਾ ਹਰੇਕ ਬੰਦਾ ਸ਼ਾਂਤੀ ਚਾਹੁੰਦਾ ਜਦ ਤੱਕ ਕਿਤੇ ਕੁੜੀਆਂ ਏਦਾਂ ਨਾ ਸੋਚੀਏ ਹੁਣ ਪੈਂਦਾ ਸਿਰ ਖਾ ਲੈਣਾ ਮੇਰਾ ਬੱਚੇ ਨਾ ਫਿਰ ਤਾਂ ਵਧੀ ਜਾਣੀ ਮੁੜ ਕੇ ਤਾਂ ਫਿਰ ਉਹ ਕਹਿ ਲਓ ਵੀ ਬੰਦਾ ਪਿੱਛੇ ਨਾ ਫਿਰ ਰਹਿ ਜਾਂਦਾ ਹੈ ਨਾ ਅਤੇ ਇੱਕ ਚੀਜ਼ ਭਾਜੀ ਹੋਰ ਜਿੱਦਾਂ ਇੰਦੀ ਦੇ ਫਾਦਰ ਸਾਹਿਬ ਦੀ ਏਜ ਕਿੰਨੀ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹ ਇੰਦੀ ਉਹ ਸਾਡੇ ਚਾਚਾ ਜੀ ਉਸ ਵੇਲੇ 43 ਈਅਰ ਸੀ ਜਿੰਨੀ ਉਹਨਾਂ ਦੀ ਅਤੇ ਮਤਲਬ ਉਹ ਵੀ ਕਾਫੀ ਯੰਗ ਏਜ ਦੇ ਵਿੱਚ ਮਤਲਬ 43 ਆਪਾਂ ਬਹੁਤ ਜ਼ਿਆਦਾ ਸਿਆਣੇ ਨਹੀਂ ਕਹਿ ਸਕਦੇ ਸਿਆਣੇ ਬਹੁਤ ਨਹੀਂ ਕਹਿ ਸਕਦੇ ਅਤੇ ਉਹ ਕੀ ਕਾਰਨ ਮਤਲਬ ਕੋਈ ਉਹਨਾਂ ਨੂੰ ਉਹਨਾਂ ਦੀ ਡੈਥ ਕਿੱਦਾਂ ਹੋ ਗਈ ਮਤਲਬ ਕੀ ਹੋਇਆ ਉਹ ਡੈਥ ਉਹਨਾਂ ਦੀ ਇੱਦਾਂ ਜੀ ਚਾਚਾ ਜੀ ਉਹਨਾਂ ਦੇ ਫਾਦਰ ਸਾਹਿਬ ਇੱਦਾਂ ਵੀ ਮੰਨਣ ਹਨੇ ਸੰਤ ਹਰੀ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹਾਂਜੀ 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 ਉਹ ਕਾਫੀ ਆਪਣੇ ਇਲਾਕੇ 'ਚ ਮਸ਼ਹੂਰ ਆ ਸਾਰੇ ਹਾਂਜੀ ਅਤੇ ਚਾਚਾ ਜੀ ਉਹ ਵੀ ਪਹਿਲਾਂ ਛੋਟੇ ਚਾਚੇ ਕਵੈਤ ਰਹਿੰਦੇ ਹੁੰਦੇ ਸੀ ਠੀਕ ਹੈ ਹਿੰਦੀ ਦੇ ਫਾਦਰ ਸਾਹਿਬ ਨਹੀਂ ਸਾਡੇ ਛੋਟੇ ਚਾਚਾ ਜੀ ਠੀਕ ਹੈ ਜੀ ਉਸ ਦਾ ਜੇ ਬੀ ਸਿੰਘ ਪਰਿਵਾਰ ਹੋਣਾ ਨਾ ਉੱਥੇ ਨਾ ਬਾਹਰ ਜੋਬ ਕੰਮ ਕਰਦੇ ਸੀ ਕੰਪਨੀ ਹੁੰਦੀ ਸੀ ਮਤਲਬ ਜੇ ਉੱਥੇ ਬਾਹਰ ਪੰਜਾਬੀਆਂ ਦੀ ਕੰਸਟਰਕਸ਼ਨ ਕੰਮ ਕਰਦੇ ਸੀ ਉਹ ਪਹਿਲਾਂ ਗਏ ਸੀ ਬਹੁਤ ਪੰਜਾਬੀ ਲੈ ਕੇ ਗਏ ਪੂਰੇ ਪੰਜਾਬ ਪੰਜਾਬੀ ਲੈ ਕੇ ਗਏ ਰਾਜਸਥਾਨ ਦੇ ਬੰਦੇ ਬਹੁਤ ਲੈ ਕੇ ਗਏ ਉੱਥੇ ਆਲਮੋਸਟ ਜਿੰਨੇ ਹੁਣ ਬੰਦੇ ਉੱਥੇ ਸਾਰੇ ਉਹਨਾਂ ਨੇ ਗਏ ਉਹ ਸਾਰੇ ਠੇਕੇਦਾਰ ਬਣੇ ਉਹ ਲੈ ਕੇ ਗਏ ਸੀ ਅਤੇ ਫਿਰ ਜਦੋਂ 83 ਵੀ ਚਾਚਾ ਜੀ ਇੱਥੇ ਆਏ ਤਾਂ ਫਿਰ ਉਹਨੇ ਮੈਰਿਜ ਹੋਈ ਬਾਅਦ 'ਚ ਜੇ ਬੀ ਸਿੰਘ ਵੀ ਆਏ ਪਰਮਾਰ ਸਾਹਿਬ ਵੀ ਆਏ ਕਹਿੰਦੇ ਵੀ ਇੱਥੇ ਸੰਤਾਂ ਨੇ ਸੇਵਾ ਕਰਨੀ ਕਾਕਾ ਸੇਵਾ ਕਰਨੀ ਆਪਾਂ ਵੀ ਬਾਹਰ ਨਹੀਂ ਜਾਣਾ ਆਪਾਂ ਇੱਥੇ ਵੀ ਤਕਰੀਬਨ ਹੁਣ ਉੱਥੇ ਬਹੁਤ ਵੱਡੀ ਬਿਲਡਿੰਗ ਬਾਹਰ ਬਾਬਾ ਜੀ ਦੀ ਬਣੀ ਹੋਈ ਆ ਹਸਪਤਾਲ ਸਕੂਲ ਸਾਰ ਵਗੈਰਾ ਆ ਉਹ ਸਾਰੇ ਚਾਚਾ ਜੀ ਦੇ ਮਤਲਬ ਬਣੇ ਆ ਮਤਲਬ ਦੇਖ ਰੇਖ 'ਚ ਹੀ ਬਣੇ ਸਾਰੇ ਅਤੇ ਹੁਣ 2 ਸਾਲ ਪਹਿਲਾਂ ਉਹ ਚਾਚਾ ਜੀ ਵੀ ਡੈਥ ਹੋ ਚੁੱਕੀ ਜੋ ਸਿੰਘ ਦੀ ਅੱਛਾ ਜੀ ਉਹ ਫਿਰ ਉਹਨਾਂ ਨੇ ਉਹ ਜਿਹੜੇ ਕਵੈਤ ਵਿੱਚ ਸੀ ਉਹਨਾਂ ਨੇ ਫਿਰ ਚਾਚਾ ਜੀ ਆਪਣੇ ਬੜੇ ਭਰਾ ਸਰਦਾਰ ਕਰਨੈਲ ਸਿੰਘ ਜਿਹੜੇ ਉਹਦੇ ਫਾਦਰ ਦਾ ਨਾਮ ਆ ਅੱਛਾ ਜੀ ਉਹਨਾਂ ਨੂੰ ਕਵੈਤ ਸੱਦਿਆ ਸੀ ਉਹਨਾਂ ਨੇ ਠੀਕ ਆ ਉਹ 3.5 ਸਾਲ ਲਾ ਕੇ ਫਿਰ ਉਹ ਵੀ ਵਾਪਸ ਆ ਗਏ ਸੀ ਇੱਥੇ ਫਿਰ ਚਾਚਾ ਜੀ ਇੱਥੇ ਕੰਮ ਕਰਦੇ ਬਾਬਾ ਜੀ ਦੀ ਸੇਵਾ ਕਰਦੇ ਸੀ ਉੱਥੇ ਮਤਲਬ ਉਹ ਫਿਰ ਬੜੇ ਚਾਚਾ ਵੀ ਉੱਥੇ ਲੱਪੇ ਮਤਲਬ ਜੋਬ ਕਹਿ ਲਓ ਥੋੜ੍ਹੀ ਕੁਛ ਮਤਲਬ ਰਾ ਉਹ ਜਿੱਦਾਂ ਚਾਹੁੰਦੇ ਉੱਦਾਂ ਨੂੰ ਕੰਮ ਉੱਥੇ ਜੋਬ ਜੀ ਮਿਲ ਗਈ ਉਹਨੂੰ ਮਤਲਬ ਦੇਖ ਰੇਖ ਕਰਨੀ ਸੰਤਾਂ ਨੇ ਮਤਲਬ ਠੀਕ ਹੈ ਇੱਕ ਉਹਨਾਂ ਉਹ ਭਗਤੀ ਲੈਣ ਦੇ ਹੁੰਦੇ ਸੀ ਮਤਲਬ ਰੱਬ ਦਾ ਬਹੁਤ ਕਰਦੇ ਸੀ ਪਾਠ ਪੂਜਾ ਨੂੰ ਬਹੁਤ ਨਾ ਧਿਆਨ ਹੁੰਦਾ ਸੀ ਨਿਤਨੇਮ ਪੱਕੇ ਹੁੰਦੇ ਸੀ ਇਸ ਕਰਕੇ ਬਾਬਾ ਜੀ ਦੇ ਖਿਲਾਫ ਉਸਦੀ ਸੇਵਾ ਹੀ ਕਰਦੇ ਰਹੇ ਉੱਥੇ ਵਿਚਾਰਾਂ ਦੇ 2001 'ਚ ਮਤਲਬ ਰਾਤ ਨੂੰ ਸਾਰੇ ਦੇਖ ਰੇਖ ਕਰਦੇ ਹੁੰਦੇ ਸੀ ਅਤੇ ਉੱਥੇ ਵੀ ਉਹਨਾਂ ਵਿਚਾਰਿਆਂ ਉੱਥੇ ਡੈਥ ਹੋ ਗਈ ਉਹਨਾਂ ਦੀ ਉੱਥੇ ਪਹਿਲੀ ਮੰਜ਼ਿਲ ਦੇ ਉੱਤੇ ਬੈਠੇ ਸੀ ਮਤਲਬ ਰਜਾਈ ਵਿੱਚ ਲੁਕੇ ਹੋਏ ਦੇਖਿਆ ਤਾਂ ਲੱਭਦੇ ਪੈਸੇ ਕਿੱਥੇ ਗਏ ਦੇਖਿਆ ਜਾ ਕੇ ਛੋਟੇ ਜਿਹੇ ਬੱਚੇ ਨੇ ਜਾ ਕੇ ਵੀ ਇੱਥੇ ਪਏ ਆ ਉਹ ਮਤਲਬ ਉਸ ਵੇਲੇ ਮਤਲਬ ਖਤਮ ਹੋ ਚੁੱਕੇ ਸੀ ਸੀ ਛੱਡ ਚੁੱਕੇ ਸੀ ਮਤਲਬ ਬਾਬਾ ਜੀ ਚਰਨਾ ਜੀ ਉਹਨੂੰ ਸੀ ਜਾਣ ਕੇ ਛੱਡ ਦਿੱਤਾ ਉਹਨਾਂ ਨੇ ਉਸ ਵੇਲੇ ਇੰਦੀ ਦੀ ਏਜ ਸਮਝ ਲਓ ਵੀ ਇਹਦੀ ਡੇਟ ਆਫ ਬਰਥ ਹੈਗੀ ਆ 84 2 ਮਤਲਬ ਫੈਬਰੀ 1984 ਦੀ ਆ ਵੀ ਸਮਝ ਲਓ ਵੀ ਇਹ 6-7 ਸਾਲ ਦਾ ਹੋਣਾ ਉਸ ਵੇਲੇ ਸਹੀ ਹੈ ਜੀ ਅਤੇ ਇਹ ਮੈਂ ਦੱਸਦਾ ਜੀ ਜਿਹੜੇ ਮਤਲਬ ਵਿਊਅਰਸ ਦੇਖ ਰਹੇ ਆ ਕਿ ਜਿਹੜਾ ਸਾਡਾ ਇਲਾਕਾ ਜਿੱਦਾਂ ਮਤਲਬ ਇਹਨਾਂ ਦਾ ਜਿਹੜਾ ਜ਼ਿਲ੍ਹਾ ਪੈ ਜਾਂਦਾ ਕਪੂਰਥਲਾ ਜ਼ਿਲ੍ਹਾ ਪੈ ਜਾਂਦਾ ਅਤੇ ਉਹ ਜਿਹੜੇ ਗੁਰਦੁਆਰਾ ਸਾਹਿਬ ਦੀ ਇਹ ਗੱਲ ਕਰਦੇ ਆ ਉਹ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਪੈਂਦਾ ਕੋਟਕਪੂਰੀ ਦੇ ਕੋਲ ਜਿੱਦਾਂ ਮੰਨਣਹਾਨਾ ਨਾਮ ਤੋਂ ਹੈ ਨਾ ਗੁਰਦੁਆਰਾ ਸਾਹਿਬ ਆ ਅਤੇ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਉੱਚਾਈ ਵਾਲਾ ਗੁਰਦੁਆਰਾ ਸਾਹਿਬ ਉਹ ਆ ਅਤੇ ਮਤਲਬ ਜੇ ਕਿਸੇ ਨੇ ਦੇਖਣਾ ਹੋਵੇ ਉਹ ਗੂਗਲ 'ਤੇ ਕੱਢ ਕੇ ਦੇਖ ਵੀ ਸਕਦਾ ਬਹੁਤ ਜ਼ਿਆਦਾ ਮਤਲਬ ਸਾਡੇ ਇਲਾਕੇ ਦੇ ਵਿੱਚ ਮਾਨਤਾ ਆ ਉਸ ਗੁਰੂ ਘਰ ਦੀ ਭਾਜੀ ਹੋਰ ਕੋਈ ਗੱਲਬਾਤ ਹੋਰ ਕੋਈ ਕਹਿ ਸਕਦਾ ਹੋਰ ਜਿੱਦਾਂ ਹਿੰਦੀ ਨੂੰ ਉਹਨੇ ਭਾਜੀ ਪਹਿਲਾਂ ਸ਼ੌਕ ਬਹੁਤ ਹੁੰਦਾ ਸੀ ਜਿੱਦਾਂ ਇੱਥੇ ਸਾਡੇ ਘਰ ਟੈਲੀਫੋਨ ਲੱਗੇ ਉਸੇ ਅੱਛਾ ਜੀ ਉਹਨੂੰ ਜਿੱਦਾਂ ਮਤਲਬ ਕੋਈ ਰੇਡੀਓ ਚੱਲਣ ਜਲੰਧਰ ਉਹਨੂੰ ਕਹਿਣਾ ਵੀ ਨੰਬਰ ਆ ਲੋਕ ਅਤੇ ਕਾਲ ਕਰੋ ਗੱਲਬਾਤ ਕਰੋ ਕੋਈ ਇਹ ਉੱਥੇ ਨੰਬਰ ਲਾ ਲੈਣਾ ਲਾ ਕੇ ਤਾਂ ਸ਼ੌਕ ਇੱਦਾਂ ਦਾ ਹੈਗਾ ਸੀ ਉਹਨੇ ਗੱਲਬਾਤ ਕਰਨ ਲੱਗ ਪਈ ਮੈਨੂੰ ਆਹ ਗੱਲਾਂ ਕਰੀ ਜਾਣੀਆਂ ਕੁਛ ਕੁਛ ਕੇ ਫਿਰ ਸਾਨੂੰ ਆਹ ਗਾਣਾ ਸੁਣਾਓ ਜਾਂ ਕਿੱਦਾਂ ਗੱਲਬਾਤ ਮਤਲਬ ਇੱਦਾਂ ਥੋੜ੍ਹੀ ਬੰਦਾ ਸ਼ੌਕ ਜਿਹਾ ਪਹਿਲਾਂ ਤੋਂ ਹੈਗਾ ਸੀ ਮਤਲਬ ਗੱਲ ਕਰ ਲੈਂਦਾ ਸੀ ਜਾਣੀ ਕਿ ਫੋਨ ਦੇ ਉੱਤੇ ਕਰ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਚਲੋ ਗਾਹਾਂ ਜਾ ਕੇ ਹੁਣ ਤਾਂ ਸ਼ੌਕ ਗਾਹਾਂ ਅੱਗੇ ਵੱਧ ਗਿਆ ਹੁਣ ਇਸ ਲੈਨ 'ਚ ਪੈ ਗਿਆ ਤਾਂ ਬਹੁਤ ਵਧੀਆ ਗੱਲ ਆ ਚਲੋ ਅੱਛੀ ਹੈ ਮਤਲਬ ਬਹੁਤ ਅੱਛੀ ਗੱਲ ਦੱਸਦਾ ਹੁਣ ਤਾਂ ਹਿੰਦੀ ਰੇਡੀਓ ਚੱਲਦਾ ਆਉਣ ਵਾਲੇ 5-7 ਸਾਲਾਂ ਤੱਕ ਹਿੰਦੀ ਰੇਡੀਓ ਪੂਰਾ ਮਸ਼ਹੂਰ ਹੋ ਜਾਣਾ ਪਰਮਾਤਮਾ ਕਰੇ ਕਿ ਬਹੁਤ ਜ਼ਿਆਦਾ ਬੁਲੰਦੀਆਂ ਤੱਕ ਜਾਵੇ ਐਕਚੁਅਲੀ ਉਹ ਜਿਹੜਾ ਹਿੰਦੀ ਕਿਉਂਕਿ ਜਿਹੜਾ ਬੋਲਣ ਦਾ ਉਹਦਾ ਢੰਗ ਆ ਜਿਹੜਾ ਬੋਲਣ ਦਾ ਅੰਦਾਜ਼ ਆ ਜਿਹੜੇ ਜੰਗ ਲੋਕ ਆ ਉਹ ਮਤਲਬ ਜੰਗ ਏਜ ਦੇ ਬੱਚੇ ਆ ਇਸੇ ਤਾਂ ਕਿ ਬੱਚੇ ਵੀ ਉਹ ਚੀਜ਼ ਪਸੰਦ ਕਰਦੇ ਕਿਉਂਕਿ ਜਦੋਂ ਕੋਈ ਗੱਲ ਕਰਨੀ ਆ ਵਿੱਚ ਨੌਲੇਜ ਦੀਆਂ ਗੱਲਾਂ ਜਦੋਂ ਕਰਦੇ ਆ ਨਾ ਉਹ ਬੱਚੇ ਵੀ ਇਹ ਚੀਜ਼ਾਂ ਨੂੰ ਲਾਈਕ ਕਰਦੇ ਆ ਠੀਕ ਆ ਭਾਜੀ ਮੈਂ ਇੱਕ ਦਿਨ ਸੁਣਦਾ ਸੀ ਉਹਦੇ ਵਿੱਚ ਮੈਨੂੰ ਦੇਖਿਆ ਵੀ ਡਾਕਟਰ ਟੀਚਰ
ਪੜ੍ਹੇ ਲਿਖੇ ਬੰਦੇ ਮਨ ਨੂੰ ਮਤਲਬ ਚੀਜ਼ ਨੂੰ ਸੁਣਦੇ ਅਗਰ ਵੀਡੀਓ ਵੇਖਦੇ ਹਾਂ ਵੀ ਸਾਨੂੰ ਇੰਨੀ ਨੌਲੇਜ ਉਹ ਹੈ ਨਹੀਂ ਜਿਹੜੀ ਇੱਥੋਂ ਨੌਲੇਜ ਬੱਚੇ ਪਾਸੋਂ ਮਿਲਦੀ ਪਈ ਆ ਕੋਈ ਸੀਨੀਅਰ ਸਿਟੀਜ਼ਨ ਬੜੇ ਨੂੰ ਗੋਲ ਬਲੈਸਾਂ ਦਿੰਦੇ ਆ ਚਲੋ ਕੁਛ ਐਂਟੀ ਵੀ ਹੁੰਦੇ ਜਾਂ ਨਹੀਂ ਪਸੰਦ ਹੁੰਦੇ ਲੋਕ ਜਿਹੜੇ ਉੱਦਾਂ ਦੇ ਹੁੰਦੇ ਬਾਕੀ ਬੜੇ ਜਿਹੜੇ ਵਧੀਆ ਸੁਲਝੇ ਬੰਦੇ ਆ ਉਹ ਬੜੇ ਬਲੈਸ ਦਿੰਦੇ ਵੀ ਆਪ ਮਤਲਬ ਐਕਚੁਅਲੀ ਅਸੀਂ ਵੀ ਇੱਕ ਚੀਜ਼ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ ਨਾ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਸੀ ਕਿ ਕਰੋਨਾ ਮਰੀਜ਼ ਦਾ ਉੱਥੇ ਇਟਲੀ ਦੇ ਵਿੱਚ ਹੋਇਆ ਪੋਸਟਮਾਰਟਮ ਹੈ ਨਾ ਅਤੇ ਮੈਂ ਵੀ ਦੇਖੀ ਮੈਂ ਕਿਹਾ ਕਿਸੇ ਨੇ ਪਾਈ ਹੋਣੀ ਮੈਂ ਪੜ੍ਹੀ ਇੰਟਰਸਟ ਲੈ ਕੇ ਮੈਂ ਵੀ ਪੜ੍ਹੀ ਹੈ ਨਾ ਹੁਣ ਦੇਖੋ ਮੈਂ ਗਾਹਾਂ ਸ਼ੇਅਰ ਤਾਂ ਨਹੀਂ ਕੀਤੀ ਵੈਸੇ ਕਿਉਂਕਿ ਬਹੁਤ ਘੱਟ ਚੀਜ਼ਾਂ ਸ਼ੇਅਰ ਕਰੀਦੀਆਂ ਅਸੀਂ ਅਤੇ ਬਟ ਮੈਂ ਵੀ ਉਹ ਚੀਜ਼ ਪੜ੍ਹੀ ਹੈ ਨਾ ਬਹੁਤ ਲੋਕਾਂ ਨੇ ਧੜਾ ਧੜ ਉਹ ਪੋਸਟ ਨੂੰ ਵਾਇਰਲ ਕੀਤਾ ਇੱਥੋਂ ਤੱਕ ਕਿ ਸਾਡਾ ਇੱਕ ਬਾਈ ਆ ਲਾਡੀ ਗੋਵਿੰਦਪੁਰ ਭਾਜੀ ਅਤੇ ਉਹ ਦੱਸਦਾ ਸੀਗਾ ਕਿ ਮੇਰੇ ਸਕੂਲ ਦਾ ਜਿਹੜਾ ਸਾਡਾ ਮਾਸਟਰ ਸੀਗਾ ਸਾਡੇ ਮਾਸਟਰ ਨੇ ਕਹਿੰਦਾ ਉਹ ਚੀਜ਼ ਸ਼ੇਅਰ ਕੀਤੀ ਹੋਈ ਸੀ ਹੈ ਨਾ ਮਤਲਬ ਹੁਣ ਤੁਸੀਂ ਦੇਖ ਲਓ ਕਿ ਇੱਕ ਝੂਠ ਨੂੰ ਕਿੱਦਾਂ ਫੈਲਾਇਆ ਜਾ ਰਿਹਾ ਹੈ ਨਾ ਅਤੇ ਉਹ ਜਦੋਂ ਉਦਣ ਹੀ ਮਤਲਬ ਜਦੋਂ ਫੋਟੋ ਵਾਇਰਲ ਹੋ ਰਹੀ ਸੀ ਤਾਂ ਕੁਛ ਘੰਟਿਆਂ ਵਿੱਚ ਹਿੰਦੀ ਦੀ ਵੀਡੀਓ ਆਈ ਉਹਨੇ ਸਾਰੇ ਤੱਥ ਕੱਢ ਕੇ ਰੱਖ ਦਿੱਤੇ ਲੋਕਾਂ ਸਾਹਮਣੇ ਕਿ ਮਤਲਬ ਫੇਕ ਆ ਨਿਊਜ਼ ਹੈ ਨਾ ਉਹ ਨਾਲੇ ਇੱਕ ਸਾਲ ਪਹਿਲਾਂ ਉਹੀ ਨਿਊਜ਼ ਪਹਿਲਾਂ ਹਿੰਦੀ 'ਚ ਛਪੀ ਸੀ ਅਤੇ ਇੱਕ ਸਾਲ ਬਾਅਦ ਸਾਡੇ ਪੰਜਾਬ ਦੇ ਜਿਹੜੇ ਪੱਤਰਕਾਰ ਆ ਉਹਨਾਂ ਨੇ ਚੱਕ ਕੇ ਉਹ ਪੰਜਾਬੀ ਛਾਪ ਦਿੱਤੀ ਹੁਣ ਆਮ ਬੰਦਾ ਜਿਹੜਾ ਆਮ ਬੰਦਾ ਇਹ ਚੀਜ਼ਾਂ ਸੋਸ਼ਲ ਮੀਡੀਆ ਘੱਟ ਦੇਖਦਾ ਉਹਨੂੰ ਤਾਂ ਇਹੀ ਲੱਗਣਾ ਕਿ ਯਾਰ ਕਿਸੇ ਜ਼ਿੰਮੇਵਾਰ ਅਦਾਰੇ ਨੇ ਕਿਸੇ ਪ੍ਰੈਸ ਨੇ ਇਹ ਚੀਜ਼ ਖਬਰ ਛਾਪੀ ਹੈ ਪਰ ਸ਼ਾਇਦ ਸੱਚੀ ਹੋਊਗੀ ਹਾਂਜੀ ਬਿਲਕੁਲ ਉਹ ਜਿਹੜਾ ਪ੍ਰੂਫ ਕਰਕੇ ਦੱਸਦਾ ਫੇਰ ਪਤਾ ਲੱਗਦਾ ਵੀ ਮਤਲਬ ਇਹ ਫੇਕ ਆ ਜਾਂ ਕਿੱਦਾਂ ਨਹੀਂ ਤਾਂ ਆਮ ਬੰਦਾ ਤਾਂ ਵਿਸ਼ਵਾਸ ਹੀ ਕਰੇ ਜਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਮਤਲਬ ਨਾ ਕੋਈ ਇੰਨੀ ਡਿਊਟੀ ਤਾਂ ਕੋਈ ਜਾਵੇ ਨਾ ਕਿਸੇ ਪਤਾ ਲੱਗੇ ਹੈ ਨਾ ਜੀ ਇਹਦੀ ਇਸ ਇਹ ਗੱਲ ਜਿਹੜੀ ਰਹਿੰਦੀ ਬਹੁਤ ਵਧੀਆ ਲੱਗਦੀ ਆ ਵੀ ਡਿਊਟੀ ਤੱਕ ਜਾ ਕੇ ਮਤਲਬ ਉਸ ਚੀਜ਼ ਨੂੰ ਸਾਹਮਣੇ ਮਤਲਬ ਤੱਥਾਂ ਸਮੇਤ ਲੈ ਕੇ ਆਉਂਦੇ ਆ ਨਾ ਠੀਕ ਆ ਜੀ ਹਾਂਜੀ ਹਾਂਜੀ ਅਤੇ ਭਾਅ ਕੋਈ ਆਪਾਂ ਨੂੰ ਇੱਕ ਚੀਜ਼ ਇਹ ਮਤਲਬ ਉਹ ਹਿੰਦੀ ਦੇ ਬਚਪਨ ਦੀ ਗੱਲ ਜ਼ਰੂਰ ਦੱਸੋ ਕਿ ਮਤਲਬ ਹਿੰਦੀ ਬਚਪਨ 'ਚ ਐਲਤਾਂ ਕਿਹੜੀਆਂ ਕਰਦਾ ਹੁੰਦਾ ਸੀ ਜਾਂ ਫਿਰ ਉਹਨੂੰ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਸੀਗਾ ਜ਼ਿਆਦਾ ਖਾਣ ਪੀਣ ਦਾ ਕਿੱਦਾਂ ਦਾ ਸੀਗਾ ਭਾਅ ਜੀ ਜ਼ਿਆਦਾਤਰ ਤਾਂ ਮਿੱਠਾ ਖਾਣ ਬਹੁਤ ਜ਼ਿਆਦਾ ਸ਼ੌਕੀਨ ਸੀ ਉਹ ਜਿਸਲੇ ਵੀ ਇੱਥੇ ਪੜ੍ਹਦਾ ਹੋਣਾ ਜਾਂ ਬਾਅਦ 'ਚ ਇੱਥੇ ਜੇ ਤਕੜਾ ਵੀ ਹੋ ਬਾਅਦ 'ਚ ਆਉਣਾ ਘੁੰਮਦੇ ਫਿਰਦੇ ਨੇ ਖੇਡਦੇ ਖੁੱਲਦੇ ਨੇ ਆ ਕੇ ਇੱਥੇ ਮਤਲਬ ਘਰ ਆਉਣਾ ਤਾਈ ਕੋ ਤਾਈ ਹਾਂਜੀ ਮਾੜਾ ਬੁਲਾਉਣਾ ਵੀ ਸਿੱਧੇ ਜਾ ਕੇ ਕਿਚਨ ਜਾ ਕੇ ਫ੍ਰਿਜ ਖੋਲ੍ਹਣੀ ਦੋ ਚਾਰ ਜਾਮਣਾ ਜੋ ਮਿੱਠਾ ਖਾ ਕੇ ਮੂੰਹ ਨਹੀਂ ਹਿੱਲਣ ਦੇਣਾ ਖਾ ਕੇ ਹਾਂ ਬਾਹਰ ਆ ਜਾਣਾ ਬਾਹਰ ਹਾਂਜੀ ਫਿਰ ਮੈਂ ਤਾਈ ਨੂੰ ਕਹਿਣਾ ਵੀ ਕੀ ਇੱਥੇ ਬਣਿਆ ਵੀ ਮਿੱਠਾ ਛੱਡ ਕੇ ਪਰਾਉਣਾ ਵੀ ਆ ਜਾਊਗਾ ਤਾਈ ਮੈਂ ਤਾਂ ਕੁਛ ਨਹੀਂ ਖਾਧਾ ਕੁਛ ਨਹੀਂ ਖਾਧਾ ਮੈਂ ਖਾ ਕੇ ਚੱਲ ਮਤਲਬ ਬਾਹਰ ਚੱਲ ਜਾਣਾ ਫਿਰ ਆ ਕੇ ਘੁੰਮ ਘੁੰਮਾ ਕੇ ਚਲੋ ਫਿਰ ਦੂਏ ਸਵੇਰੇ ਸਮੇਂ ਜਿਹਦਾ ਦਿਲ ਕਰਨਾ ਜਾਣੀ ਕਿ ਉਹ ਤਾਈ ਕੋ ਆ ਜਾਣਾ ਤਾਈ ਪਿਆਰ ਬਹੁਤ ਕਰਦੀ ਸੀ ਉਹ ਤਾਂ ਉੱਦਾਂ ਮਤਲਬ ਪਿਆਰ ਨੇ ਤਾਂ ਕਹਿੰਦੀ ਹੁੰਦੀ ਸੀ ਉਹਨੂੰ ਕਿਸੇ ਨਾਲ ਅਤੇ ਜਿਹੜੇ ਉਹਨਾਂ ਦਿਲ ਕਰਨਾ ਜਾਣਾ ਤਾਈ ਉਹ ਘਰ ਜਾ ਕੇ ਚੀਜ਼ ਪਈ ਖਾਣ ਜਿੱਥੇ ਪਈ ਤਾਈ ਰੱਖੀ ਚੱਕ ਕੇ ਕੱਢ ਕੇ ਖਾ ਲੈਣੀ ਜਿੱਥੇ ਅਤੇ ਕਦੇ ਕਿਸੇ ਚੀਜ਼ ਲਈ ਬਹੁਤ ਜ਼ਿਆਦਾ ਜਿੱਦ ਕੀਤੀ ਹੋਵੇ ਜਿੱਦ ਤਾਂ ਭਾਅ ਜੀ ਇੱਕ ਵਾਰੀ ਸਾਡਾ ਮਤਲਬ ਘਰ 'ਚ ਟੀ ਵੀ ਪੁਰਾਣਾ ਹੋ ਗਿਆ ਸੀ ਮਤਲਬ ਲੱਪਿਆ ਪੁਰਾਣਾ ਹੋ ਗਿਆ ਕਹਿੰਦੇ ਚੱਲਦਾ ਨਹੀਂ ਠੀਕ ਆ ਫਿਰ ਜਿੱਦ ਪੈ ਗਿਆ ਮੰਮੀ ਮੈਨੂੰ ਟੀ ਵੀ ਲਿਆ ਕੇ ਤਾਂ ਰੰਗੀਨ ਟੀ ਵੀ ਲੈਣਾ ਜਾਂ ਕਹਿ ਕੂ ਜਾਂ ਕਹਿ ਮਰ ਕਰਕੇ ਉਸ ਵੇਲੇ ਸਾਡੀ ਚਾਚੀ ਨੂੰ ਗਾਵਾਂ ਵਿਆਹ ਦੁੱਧ ਵੇਚਦੇ ਹੁੰਦੇ ਸੀ ਕੁਛ ਸਾਡੀ ਚਾਚੀ ਜੀ ਨੂੰ ਐਕਚੁਅਲੀ ਮੇਰੇ ਜਿਹੜੇ ਚਾਚਾ ਜੀ ਸੀ ਨਾ ਉਹ ਉਹਨੇ ਮਤਲਬ ਜੋਬ ਕੀਤੀ ਫੌਜ ਦੀ ਜੋਬ ਕੀਤੀ ਆ ਉਹ ਉੱਥੋਂ ਛੇਤੀ ਰਿਟਾਇਰ ਹੋ ਗਏ ਸੀ ਬਾਅਦ 'ਚ ਆ ਕੇ ਅਤੇ ਫਿਰ ਉਹ ਜਿਹੜੇ ਬਾਹਰ ਚਲ ਗਏ ਮੁੜ ਕੇ ਆ ਕੇ ਫਿਰ ਉਹਨੇ ਡੈਥ ਹੋਣ ਕਰਕੇ ਮਤਲਬ ਉਹਨਾਂ ਦੀ ਜਿਹੜੀ ਪੈਨਸ਼ਨ ਸੀ ਨਾ ਉਹ ਫਿਰ ਸਾਡੀ ਚਾਚੀ ਜੀ ਨੂੰ ਲੱਗ ਗਈ ਸੀ ਪੈਨਸ਼ਨ ਕੁਛ ਪੈਨਸ਼ਨ ਸੀ ਥੋੜ੍ਹੀ ਆਉਂਦੀ ਸੀ ਥੋੜ੍ਹੀ ਬਹੁਤੀ ਫਿਰ ਕੁਛ ਗਾਂ ਵਾਲਾ ਦੁੱਧ ਵੇਚ ਕੇ ਕੰਮ ਚੱਲਦਾ ਕੁੱਦਾ ਸੀ ਇਸ ਕਰਕੇ ਫਿਰ ਮਤਲਬ ਜ਼ੋਰ ਪਾਉਂਦਾ ਸੀ ਮੈਨੂੰ ਟੀ ਵੀ ਕਾਲਾ ਬਲੈਕ ਐਂਡ ਵਾਈਟ ਹੁੰਦੇ ਪਹਿਲਾਂ ਭਾਅ ਜੀ ਉਹ ਜਿਹੜੇ ਖਰਾਬ ਹੋ ਗਏ ਮੁੜ ਕੇ ਜ਼ੋਰ ਪਾਉਣਾ ਮੈਨੂੰ ਰੰਗੀਨ ਟੀ ਵੀ ਲਿਆ ਕੇ ਦੋ ਫਿਰ ਪਿੱਛੇ ਪੈ ਬੂ ਕੇ ਫਿਰ ਉਹ ਕਲਰ ਟੀ ਵੀ ਉਹ ਕੋਰਟ ਤੋਂ ਲਿਆ ਕੇ ਦਿੱਤਾ ਸੀ ਲਿਆ ਕੇ ਆਪਾਂ ਫਿਰ ਜਾ ਕੇ ਕੋਰਟ ਪੱਪੂ ਦੀ ਦੁਕਾਨ ਤੋਂ ਨਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੋਈ ਚਾਚਾ ਜੀ ਸਾਡੇ ਸਭ ਜਾਣਦੇ ਸਾਰ ਕੋਰਟ ਤੋਂ ਸਮਾਨ ਲਿਆਈਦਾ ਸੀ ਸਾਡੇ ਘਰ ਜੋ ਫਰਿੱਜਾਂ ਬੈੱਡ ਬੁੱਡ ਸਾਰੇ ਆਲਰੇਡੀ ਕੋਰਟ ਤੋਂ ਹੀ ਆਉਂਦੇ ਕਿਉਂਕਿ ਸਾਡੇ ਚਾਚਾ ਜੀ ਸਾਰਾ ਉਹ ਇੱਧਰ ਘੱਟ ਜਾਣਦੇ ਕੋ ਮਤਲਬ ਜਨੋਹੇ ਤੋਂ ਪਰੇ ਜਾਂਦੇ ਸਾਰੇ ਉੱਧਰ ਹੀ ਜਾਣਦੇ ਸਾਰੇ ਠੀਕ ਹੈ ਜੀ ਚੀਜ਼ਾਂ ਸਾਰੇ ਕੋਰਟ ਤੋਂ ਚੱਕੀ ਦੀਆਂ ਸੀ ਮਤਲਬ ਠੀਕ ਹੈ ਜੀ ਸਾਰਿਆਂ ਨੂੰ ਮੈਂ ਇੱਕ ਵਾਰੀ ਦਿਖਾ ਵੀ ਦੇਵਾਂ ਕਿ ਇਸ ਟਾਈਮ ਅਸੀਂ ਖੜੇ ਹਾਂ ਜੀ ਸਕੂਲ ਦੇ ਵਿੱਚ ਅਤੇ ਇਹ ਹੈਗਾ ਸਾਹਮਣੇ ਸਕੂਲ ਦਾ ਗੇਟ ਬਾਹਰ ਜਾਣ ਲਈ ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਿੰਦੀ ਨੇ ਇਸ ਘਰ ਦੇ ਵਿੱਚ ਕਿੰਨਾ ਟਾਈਮ ਗੁਜ਼ਾਰਿਆ ਹੋਊਗਾ ਜਿਹੜਾ ਸਾਹਮਣੇ ਚੁਆਰਾ ਦਿਸਦਾ ਇਹ ਹਿੰਦੀ ਦੇ ਤਾਇਆ ਜੀ ਦਾ ਘਰ ਹੈ ਤਾਂ ਹਿੰਦੀ ਸਕੂਲ ਤੋਂ ਸਿੱਧਾ ਇੱਥੇ ਹੁੰਦਾ ਸੀ ਪਰ ਮੈਂ ਭਾਅ ਜੀ ਹੁਣ ਸੱਚ ਤਾਂ ਦੱਸਦੇ ਨਹੀਂ ਮੈਨੂੰ ਤਾਂ ਲੱਗਦਾ ਵੀ ਪੀੜ ਪੂੜ ਛੱਡ ਕੇ ਵੀ ਭੱਜਦਾ ਜ਼ਰੂਰ ਹੋਊਗਾ ਨਹੀਂ ਭਾਅ ਜੀ ਪੀੜ ਦੇ ਮਾਸਟਰਾਂ ਦਾ ਡਰ ਹੁੰਦਾ ਮਾਸਟਰ ਬਹੁਤ ਸਟ੍ਰਿਕਟ ਹੁੰਦੇ ਸੀ ਉਸਲੇ ਅੱਧੀ ਹਾਫ ਟਾਈਮ 'ਤੇ ਚਲੇ ਜਾਣਾ ਵਿੱਚ ਹਾਫ ਟਾਈਮ ਬਾਅਦ ਚਲ ਫਿਰ ਉਸ ਵੇਲੇ ਤਾਂ ਫਿਰ ਚਲੋ ਪੂਰੀ ਮਤਲਬ ਛੁੱਟੀ ਤੋਂ ਬਾਅਦ ਆਉਣਾ ਮੁੜ ਕੇ ਜਾਂ ਫਿਰ ਕੰਮ ਘਰ ਦਾ ਕਰ ਕੇ ਫਿਰ ਆਉਂਦੀ ਖੇਲਣ ਆਉਣਾ ਸੀ ਸਕੂਲੇ ਖੇਲਦੇ ਕ੍ਰਿਕਟ ਖੇਲਦੇ ਕ੍ਰਿਕਟ ਦਾ ਬੜਾ ਸ਼ੌਕੀਨ ਹੁੰਦਾ ਖੇਲਣ ਦਾ ਠੀਕ ਹੈ ਅਤੇ ਸਾਡਾ ਚਾਚੇ ਦਾ ਮੁੰਡਾ ਕ੍ਰਿਕਟ ਬਹੁਤ ਖੇਲਦੇ ਵਧੀਆ ਬੋਲਿੰਗ ਬਹੁਤ ਵਧੀਆ ਕਰਦੇ ਹੁੰਦੇ ਸੀ ਤਾਂ ਤਰੁਣ ਟੀਮ ਵੀ ਬਣਾਈ ਸੀ ਮਤਲਬ ਪਿੰਡ ਦੀ ਸੋਹਣੀ ਕ੍ਰਿਕਟ ਖੇਲਦੇ ਹੁੰਦੇ ਮਹੰਤ ਨਾਲ
ਕੁੱਟ ਫਿਰ ਮੰਮੀ ਕਦੇ ਕਦੇ ਮੰਮੀ ਤਾਂ ਕਰ ਮੰਮੀ ਕੁੱਟਦੀ ਵੀ ਹੁੰਦੀ ਸੀ ਘਰ ਉਹਨਾਂ ਨੂੰ ਹਾਂਜੀ ਹਾਂਜੀ ਅਤੇ ਫਿਰ ਚਲੋ ਫਿਰ ਨਿਆਣਾ ਸਾਨੂੰ ਪਤਾ ਮਾਮਾ ਕੁੱਟਦੀਆਂ ਵੀ ਹੁੰਦੀਆਂ ਤੰਗ ਕਰਨ ਦਾ ਫਿਰ ਹਾਂਜੀ ਹਾਂਜੀ ਇੰਦੀ ਨੇ ਬਚਪਨ 'ਚ ਇਹਦੇ ਨੇ ਕੇਸ ਰੱਖੇ ਹੁੰਦੇ ਸੀ ਬਚਪਨ ਵਿੱਚ ਸਰਦਾਰ ਹੁੰਦਾ ਸੀ ਇਹ ਅਤੇ ਨਿੱਕਾ ਹੁੰਦਾ ਪਾਰਟੀ ਬਹੁਤ ਕਰਦਾ ਹੁੰਦਾ ਸੀ ਠੀਕ ਹੈ ਜੀ ਅਤੇ ਅਸੀਂ ਕਿਹਾ ਬੜੀ ਦੀ ਮੁੰਡੇ ਲੱਗਣ ਲੱਗੀ ਸ਼ਹਿਰ ਇੱਦਾਂ ਲਗਾਤਾਰ ਚੱਲਦਾ ਰਹੂ ਵਾਹੀ ਕਿਰਪਾ ਨਾਲ ਅਤੇ ਫਿਰ ਚਲੋ ਹੌਲੀ ਹੌਲੀ ਬਾਅਦ 'ਚ ਇਹਨੇ ਕੋਲ ਮਤਲਬ ਸਕੂਲ ਟਾਈਮ ਤੋਂ ਬਾਅਦ ਵਲ ਕਟਾਏ ਕੋਲਜ ਮੈਂ ਤਕਰੀਬਨ ਉਸ ਵੇਲੇ ਬਾਹਰ ਚਲੇ ਗਿਆ ਸੀ ਮੈਂ ਕਿਉਂ ਤਾਂ ਇਹਦਾ ਮਤਲਬ ਤੂੰ ਜੇ ਪੜ੍ਹਦੇ ਚੱਲਦੇ ਚਲੇ ਗਿਆ ਮੁੜਕੇ 5 ਸਾਲ ਬਾਅਦ ਆਇਆ ਤਾਂ ਮੈਨੂੰ ਤਾਂ ਪਛਾਣੇ ਨਾ ਹੋਵੇ ਇਹ ਕੌਣ ਮੇਰੇ ਮੈਂ ਆਇਆ ਤਾਂ ਮੈਨੂੰ ਪਛਾਣਦਾ ਵੀ ਇਹ ਕੌਣ ਖੜਾ ਮੈਂ ਮੰਮੀ ਪੁੱਛਿਆ ਮੁੰਡਾ ਕੌਣ ਖੜਾ ਕਹਿੰਦੀ ਤਾਂ ਇੰਦਰੀ ਖੜਾ ਇੰਦੀ ਖੜਾ ਮੈਂ ਕਿਹਾ ਹੱਦ ਹੋ ਗਈ ਨਿਕਲੇ ਛੱਡ ਗਏ ਸਰਦਾਰ ਵੀ ਮੁੰਡੇ ਹੁਣ ਡੈਡ ਉੱਚੇ ਉੱਚੇ ਹੋਏ ਇੱਕ ਚੀਜ਼ ਜਿੱਦਾਂ ਮਤਲਬ ਮੈਂ ਉਹਦੀਆਂ ਵੀਡੀਓ 'ਚ ਕਿਉਂਕਿ ਮੈਨੂੰ ਪਤਾ ਉਹ ਹੈਗਾ ਬਹੁਤ ਇਮੋਸ਼ਨਲ ਹੀ ਬੰਦਾ ਅਤੇ ਮੈਂ ਉਹਦੀਆਂ ਵੀਡੀਓ 'ਚ ਉਸ ਚੀਜ਼ ਨੋਟ ਕੀਤੀ ਆ ਕਿ ਉਹ ਹੱਲੇ ਜਿੱਦਾਂ ਮਤਲਬ ਕਹਿੰਦਾ ਹੁੰਦਾ ਕਿ ਮੈਂ ਕੁੱਕੜ ਕਲਗੀ ਰੱਖੀ ਇਹ ਰੱਖਿਆ ਉਹ ਰੱਖਿਆ ਅਤੇ ਆਉਣ ਵਾਲੇ ਟਾਈਮ 'ਚ ਮੈਂ 100% ਮਤਲਬ ਮੈਂ ਕੋਈ ਬੰਦਾ ਮੇਰੇ ਨਾਲ ਚਾਹੇ ਸ਼ਰਤ ਵੀ ਲਾ ਲਵੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਆਉਣ ਵਾਲੇ ਟਾਈਮ 'ਚ 5-4 ਸਾਲਾਂ ਦੇ ਵਿੱਚ ਜ਼ਰੂਰ ਸਾਰੇ ਉਹਨੂੰ ਸਰਦਾਰ ਦੇ ਰੂਪ ਵਿੱਚ ਦੇਖੂਗੇ ਉਹਦੀ ਵਜ੍ਹਾ ਇਹ ਵੀ ਜਿੱਦਾਂ ਕਹਿ ਲਓ ਸਾਡੇ ਚਾਚਾ ਜੀ ਕਹਿ ਲਓ ਬਹੁਤ ਇਸ ਲੈਣ ਦੇ ਬੰਦੇ ਸੀ ਨਾ ਉਹਦੇ ਫਾਦਰ ਸਾਹਿਬ ਹਾਂਜੀ ਵੀ ਮੈਂ ਕਦੇ ਸੋਚਦਾ ਹੁੰਦਾ ਵੀ ਇਹ ਗੱਲ ਇਹ ਕਰਦਾ ਅਤੇ ਇਹਦੇ ਜ਼ਰੂਰ ਫਾਦਰ ਸਾਹਿਬ ਕੁਛ ਨਾ ਕੁਛ ਉਹ ਜਿਹੜੀ ਕਹਿ ਲਓ ਵੀ ਇੰਨਾ ਭਗਤੀ ਕਰਦੇ ਰੱਬ ਰੱਬ ਕਰਦੇ ਉਹਦਾ ਅਸਰ ਇੱਥੇ ਜ਼ਰੂਰ ਐਂਟਰਟੇਨ ਆਊਗਾ ਬਿਲਕੁਲ ਮੈਂ ਫੋਲੋ ਬਿਲਕੁਲ ਭਾਜੀ ਕਿਉਂਕਿ ਜੜਾਂ ਜੜਾਂ ਹੀ ਹੁੰਦੀਆਂ ਬੰਦਾ ਹਨਾ ਉਹਨਾਂ ਤੋਂ ਭਾਵੇਂ ਦੂਰ ਹੋ ਜੇ ਉਹ ਮੁੜ ਕੇ ਫੇਰ ਉੱਥੇ ਲੱਗਣਾ ਹੀ ਪੈਣਾ ਆਏ ਲਾਉਣੀ ਪੈਂਦਾ ਬੰਦਾ ਆ ਹੀ ਜਾਂਦਾ ਘੁੰਮ ਘੁਮਾ ਕੇ ਉੱਥੇ ਆ ਹੀ ਜਾਂਦਾ ਜੀ ਆਪਣੀ ਲੈਣ 'ਤੇ ਫਿਰ ਜੀ ਜਿੱਦਾਂ ਹਨਾ ਅਤੇ ਹੋਰ ਭਾਜੀ ਕੋਈ ਗੱਲਬਾਤ ਜੇ ਕੋਈ ਕਹਿਣੀ ਚਾਹੁੰਦੇ ਆ ਤਾਂ ਹੋਰ ਭਾਜੀ ਬਸ ਆਲਮੋਸਟ ਸੀ ਜਿਹੜੇ ਥੋੜ੍ਹੇ ਤਕੜੇ ਹੋਏ ਮੈਂ ਉਸ ਨੂੰ ਬਾਹਰ ਚੱਲ ਗਿਆ ਸੀ ਫਿਰ ਠੀਕ ਆ ਜੀ ਹਾਂਜੀ ਹਾਂਜੀ ਅਤੇ ਇੱਕ ਭਾਜੀ ਸਾਨੂੰ ਨਾ ਆਪਣੇ ਜੱਸੇ ਭਾਜੀ ਦਾ ਨੰਬਰ ਪ੍ਰੋਵਾਈਡ ਕਰੋ ਸਾਨੂੰ ਅਤੇ ਜਿਹੜਾ ਮਤਲਬ ਆਪਣੇ ਰੋਡਵੇਜ਼ 'ਚ ਲੱਗੇ ਹੋਏ ਆ ਉਹਨਾਂ ਦਾ ਨੰਬਰ ਸਾਨੂੰ ਪ੍ਰੋਵਾਈਡ ਕਰਿਓ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨੀ ਚਾਹੁੰਦੇ ਕਿਉਂਕਿ ਉਹ ਸਕੂਲ ਟਾਈਮ ਉਹਨਾਂ ਨੇ ਬਹੁਤ ਇਕੱਠਿਆਂ ਨੇ ਗੁਜ਼ਾਰਿਆ ਹਨ ਖੇਲੇ ਵੀ ਇਕੱਠੇ ਉਹ ਜ਼ਰਾ ਗੱਲਾਂ ਦੱਸ ਸਕਦਾ ਹੋਰ ਹੈ ਨਾ ਜੀ ਹਾਂਜੀ ਆਪਾਂ ਮਤਲਬ ਨੰਬਰ ਹੁਣ ਜੱਸੇ ਨੂੰ ਘਰ ਜਾ ਕੇ ਜੀ ਪਤਾ ਕਰ ਲੈਂਦੇ ਹਾਂ ਵੈਸੇ ਜੋਬ ਤੋਂ ਸ਼ਾਇਦ ਆ ਗਿਆ ਹੁਣ ਕਿੰਨੇ ਵਜੇ ਆਉਣਾ ਫਿਰ ਉਹਨਾਂ ਗੱਲ ਕਰ ਲੈਂਦੇ ਫਿਰ ਠੀਕ ਆ ਦੋਸਤੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਅਤੇ ਅਸੀਂ ਮਤਲਬ ਤੁਹਾਨੂੰ ਜੱਸੇ ਭਾਜੀ ਦੇ ਨਾਲ ਵੀ ਜ਼ਰੂਰ ਅੱਜ ਗੱਲਬਾਤ ਕਰਕੇ ਜਾਵਾਂਗੇ ਕਿਉਂਕਿ ਅਸੀਂ ਅੱਜ ਭਾਜੀ ਹੁਣਾਂ ਨੂੰ ਸਪੈਸ਼ਲ ਮਿਲਣ ਅਤੇ ਜੱਸੇ ਭਾਜੀ ਨਾਲ ਗੱਲਬਾਤ ਕਰਨ ਸਪੈਸ਼ਲ ਆਏ ਸੀਗੇ ਹਾਂਜੀ ਹਾਂਜੀ ਠੀਕ ਆ ਜੀ ਅਤੇ ਇਹ ਉਹ ਹਵੇਲੀ ਹੁੰਦੀ ਸੀ ਜੀ ਛੋਟੀ ਜਿਹੀ ਜਿੱਥੇ ਹਿੰਦੀ ਮਤਲਬ ਗਾਈਆਂ ਰੱਖੀਆਂ ਹੁੰਦੀਆਂ ਸੀ ਹਨਾ ਜਿੱਥੇ ਗਾਈਆਂ ਰੱਖੀਆਂ ਹੁੰਦੀਆਂ ਸੀ ਆ ਮਤਲਬ ਸਾਰਾ ਉਹਨਾਂ ਦਾ ਹੁਣ ਦਾ ਗਲੀਆਂ ਮੜਨੇ ਥੋੜਾ ਪੀੜਾ ਹੋ ਗਿਆ ਅੱਗੇ ਤਾਂ ਖੁੱਲਾ ਸੀ ਕੁਛ ਠੀਕ ਹੈ ਛੱਡ ਦਿੱਤਾ ਵਿੱਚ ਨਾ ਕੁਝ ਗਲੀ ਖੁੱਲੀ ਹੋ ਜਾਵੇ ਠੀਕ ਆ ਜੀ ਅਤੇ ਇਹ ਗਾਈਆਂ ਮਰਨ ਦਾ ਕਾਰਨ ਹੀ ਇਹ 'ਤੇ ਪਤਾ ਲੱਗਾ ਇਹ ਤਾਂ ਨਹੀਂ ਭਾਈ ਪਤਾ ਲੱਗਾ ਆਪਾਂ ਸਵੇਰੇ ਆਉਣਾ ਜਿਹੜੇ ਦੇਖਣਾ ਕਿ ਮੂੰਹਦੀ ਪਈ ਹੋਣੀ ਕਦੇ ਕਿਸੇ ਦਾ ਮਤਲਬ ਪੋਸਟਮਾਰਟਮ ਵਗੈਰਾ ਵੀ ਨਹੀਂ ਕਰਾਇਆ ਜਾਂਦੀ ਕੋਈ ਕਿਸੇ ਦਾ ਕਰਾਇਆ ਨਹੀਂ ਬਸ ਇਦਾਂ ਮਤਲਬ ਕਿਸੇ ਨੇ ਸ਼ੱਕ ਵੀ ਨਹੀਂ ਕਰੀ ਸੀ ਮਤਲਬ ਕਦੀ ਮਤਲਬ ਐਲੀਗੇਸ਼ਨ ਲਾਈ ਤਾਂ ਨਹੀਂ ਕਿਸੇ ਉੱਤੇ ਜੇ ਨੁਕਸਾਨ ਹੁੰਦਾ ਚਲੋ ਰੱਬ ਪਹਾੜਾਂ 'ਤੇ ਮੰਨ ਲਈਦਾ ਸੀ ਪਰ ਕੋਈ ਸ਼ਰਾਰਤ ਕਰਦਾ ਹੋਣਾ ਜਦੋਂ ਵੀ ਇਹਦਾ ਮਤਲਬ ਸੁਣਨ ਵਾਲਾ ਪਸ਼ੂ ਹੋਵੇ ਤਾਂ ਮਤਲਬ ਡੈਥ ਹੋ ਜਾਵੇ ਨਾ ਕਿਉਂਕਿ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜੇ ਬਾਰ ਬਾਰ ਇਹ ਚੀਜ਼ ਹੁੰਦੀ ਹੈ ਹਨਾ ਰਿਪੀਟ ਹੁੰਦੀ ਆ ਇਹ 3 ਵਾਰੀ ਲਾਪਾ ਕੇ ਹੋਇਆ ਰਿਪੀਟ ਹੋਇਆ ਕੰਮ ਜੀ ਲਾਪਾ ਕੇ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਚਲੋ ਆ ਜਾਓ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਜੀ ਹਿੰਦੀ ਭਾਜੀ ਦੇ ਘਰ ਤੇ ਐਕਚੁਅਲੀ ਸਾਨੂੰ ਅਸੀਂ ਗਰਾਊਂਡ 'ਚ ਵੀਡੀਓ ਕਰਦੇ ਪਏ ਸੀ ਤਾਂ ਮਤਲਬ ਭਤੀਜੀ ਦਾ ਫੋਨ ਆਇਆ ਹਿੰਦੀ ਦੀ ਦਾ ਕਿ ਮੇਰੀ ਵੀਡੀਓ ਜ਼ਰੂਰ ਕਰਕੇ ਜਾਓ ਅਤੇ ਬੱਚੇ ਨੂੰ ਜਿੱਦਾਂ ਚਾਅ ਹੁੰਦਾ ਉਹਨਾਂ ਨੂੰ ਪਤਾ ਲੱਗਾ ਹੋਣਾ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਉਹਨਾਂ ਦੇ ਘਰ ਭਾਜੀ ਇੱਥੇ ਆ ਸਾਡੀ ਆ ਬੜੀ ਵੀ ਸਾਡੀ ਆ ਇੱਥੇ ਹੈਗੀ ਆ ਸਾਡੇ ਪੁਰਾਣਾ ਜੱਦੀ ਘਰ ਇੱਥੇ ਹੈਗਾ ਜਿੱਥੇ ਹਿੰਦੀ ਹੁਣ ਰਹਿੰਦੇ ਆ ਠੀਕ ਅਤੇ ਸਾਡੀ ਬੜੀ ਵੀ ਕਹਿੰਦੇ ਆ ਸਾਰੀ ਸਾਰੇ ਸਾਡੇ ਆਪਣੇ ਘਰ ਆ ਟੱਬਰਾਂ ਦੇ ਇੱਧਰ ਕਹਿ ਲਓ ਵੀ ਇੱਥੋਂ ਸ਼ੁਰੂ ਹੋ ਜਾਂਦਾ ਕੰਮ ਅੰਦਰ ਜਾਣ ਨੂੰ ਹਾਂਜੀ ਹਾਂਜੀ ਆਓ ਤਾਂ ਜੀ ਆ ਜਾਓ ਚਲੋ ਚਲੋ ਜੀ ਲੈ ਚਲੋ ਸਾਨੂੰ ਘਰ ਨੂੰ ਹੁਣ ਜ਼ਰੂਰ ਜੀ ਜ਼ਰੂਰ ਸਾਡੀ ਕਹਿ ਲਓ ਵੀ ਵੱਡੀ ਵੀ ਮਿਲੀ ਗਲੀਆਂ ਪਿੰਡ ਵਿੱਚੋਂ ਠੀਕ ਆ ਜੀ ਹਾਂਜੀ ਹਾਂਜੀ ਅਤੇ ਤੁਸੀਂ ਹੁਣ ਆਲਮੋਸਟ ਨਿਆਣੇ ਸਾਡੇ ਬਾਹਰ ਮੂਵ ਹੋ ਗਏ ਹੁਣ ਘਰ ਖਾਲੀ ਪਿਆ ਹੁਣ ਇੱਧਰ ਉੱਧਰ ਚੋਰੀ ਆ ਹਾਂਜੀ ਹਾਂਜੀ ਭਾਜੀ ਸਾਡਾ ਅਸੀਂ ਪਹਿਲਾਂ ਇਕੱਠੇ ਕੰਬਾਈਨ ਫੈਮਲੀ ਰਹੀ ਸਾਡੀ ਮਤਲਬ ਇਕੱਠੇ ਅਤੇ ਤੁਹਾਨੂੰ 88 ਵਿੱਚ ਅਸੀਂ ਉੱਧਰ ਮੂਵ ਹੋ ਗਏ ਅਸੀਂ ਜਿੱਦਾਂ ਮਤਲਬ ਅਸੀਂ ਆਪਣੇ ਘਰ ਚਲੇ ਗਏ ਅਤੇ ਫਿਰ ਇੰਦੀ ਹੁਣ ਜੱਦੀ ਘਰ ਉਹਨਾਂ ਦੇ ਦਿੱਤਾ ਸੀ ਫਿਰ ਛੋਟੇ ਚਾਚਾ ਜੀ ਨੇ ਬਾਹਰ ਬਣਾ ਲਿਆ ਉਹਨੂੰ ਵੀ ਅਲੱਗ ਬਣਾ ਲਿਆ ਫਿਰ ਬਾਕੀ ਹੋਰ ਖੇਤੀਬਾੜੀ ਤਾਂ ਇਕੱਠੀ ਸਾਂਝੀ ਰੱਖੀ ਉਹ ਪਰ ਅਸੀਂ ਕਰਦੇ ਨਹੀਂ ਸਮਝ ਮਾਮਲੇ ਦਿੱਤੇ ਹੋਏ ਜ਼ਮੀਨ ਠੀਕ ਹੈ ਅਤੇ ਘੁੰਮ ਘਰ ਕੋਈ ਕਰਨ ਵਾਲਾ ਹੈ ਨਹੀਂ ਅਤੇ ਇਸ ਕਰਕੇ ਫਿਰ ਮਿਹਨਤ ਕਰ ਜਿਹੜਾ ਹੈ ਜੱਦੀ ਸਾਰੇ ਜੰਮੇ ਪਲੇ ਜਾਂ ਅਸੀਂ ਜਵਾਨ ਹੋਏ ਇਹਨਾਂ ਗਲੀਆਂ ਖੇਲ ਖੇਲ ਗਏ ਅਤੇ ਇਹ ਸਾਡਾ ਅਸੀਂ ਜੱਦੀ ਘਰ ਨੂੰ ਸਾਡੇ ਸਾਰੇ ਬਾਬਿਆਂ ਦੇ ਤੋਂ ਸ਼ੁਰੂ ਹੋ ਜਾਂਦੇ ਇਹਨੂੰ ਪੁਰਾਣੇ ਬਾਬਿਆਂ ਦੇ ਕਹਿ ਲਓ ਸਾਡਿਆਂ ਦੇ ਦੂਏ ਬਾਬਿਆਂ ਦੇ ਸਾਰੇ ਘਰ ਇੱਧਰ ਨੂੰ ਠੀਕ ਆ ਜੀ ਅਤੇ ਬਾਕੀ ਹੁਣ ਸਾਰੇ ਬਾਹਰ ਸਾਨੂੰ ਪਤਾ ਵੀ ਸਾਰੇ ਬਾਹਰ ਮਕਾਨ ਉਹਨੂੰ ਬਾਹਰੋਂ ਜਾਂਦੇ ਸਾਰੇ ਪਿੰਡ ਤੋਂ ਹਾਂਜੀ ਬਾਹਰ ਤੱਕ ਬਣਾ ਲਏ ਸਾਰਿਆਂ ਨੇ ਫਿਰ ਜੀ ਇਹ ਸਾਰੇ ਆਪਣੇ ਬਾਬਿਆਂ ਦੇ ਘਰ ਜੀ ਸਾਰੇ ਪਰਿਵਾਰ ਦੇ
ਤੇ ਦੋਸਤੋ ਅੱਜ ਇੱਕ ਸਰਪ੍ਰਾਈਜ਼ ਆ ਤੇ ਇੰਦੀ ਦੀ ਭਤੀਜੀ ਦੇ ਨਾਲ ਤੁਹਾਡੀ ਗੱਲ ਕਰਾਉਣ ਜਾ ਰਹੇ ਹਾਂ ਤੇ ਅਸੀਂ ਵੀ ਜਦੋਂ ਵੀਡੀਓ ਕਰਨ ਆਏ ਸੀ ਸਾਨੂੰ ਵੀ ਨਹੀਂ ਪਤਾ ਸੀ ਕਿ ਸਾਨੂੰ ਮਤਲਬ ਉਹਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੂ ਲਓ ਜੀ ਇੱਕ ਵਾਰੀ ਫਿਰ ਪਹੁੰਚ ਗਿਆ ਜੀ ਇੰਦੀ ਦੇ ਘਰ ਲਓ ਵੀ ਦੋਸਤੋ ਅਸੀਂ ਇਸ ਵੇਲੇ ਹੈਗੇ ਹਾਂ ਜੀ ਇੰਦੀ ਜਸਵਾਲ ਦੇ ਘਰ ਦੇ ਅੰਦਰ ਅਤੇ ਆਪਾਂ ਦੇ ਨਾਲ ਮਾਤਾ ਜੀ ਨਾਲ ਤਾਂ ਕੈਮਰੇ 'ਤੇ ਆਉਣ ਨੂੰ ਨਹੀਂ ਮੰਨੇ ਅਤੇ ਕਿਉਂਕਿ ਉਹ ਸੰਗਦੇ ਆ ਕੈਮਰੇ 'ਤੇ ਆਉਣ ਨੂੰ ਅਤੇ ਗੁੜੀਆ ਇਹਨੇ ਜ਼ਰੂਰ ਕਿਹਾ ਕਿ ਮੈਂ ਵੀਡੀਓ ਦੇ ਵਿੱਚ ਆਉਣਾ ਅਤੇ ਇਹਨੂੰ ਪੁੱਛਦੇ ਹਾਂ ਅਤੇ ਸਤਿ ਸ਼੍ਰੀ ਅਕਾਲ ਬੱਚੇ ਕੀ ਨਾਮ ਆ ਤੁਹਾਡਾ ਜਸਨੀਤ ਕੌਰ ਜਸਵਾਲ ਕਿਹੜੀ ਕਲਾਸ 'ਚ ਪੜ੍ਹਦੇ ਆ ਥਰਡ ਠੀਕ ਆ ਅਤੇ ਇੰਦੂ ਇੰਦੀ ਚਾਚੂ ਨਾਲ ਕਦੋਂ ਗੱਲ ਹੋਈ ਆ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਹਿੰਦੇ ਸੀ ਮੈਂ ਤੁਹਾਡੇ ਵਾਸਤੇ ਟੈਬਲੇਟ ਲਿਆਉਂਗੀ ਅੱਛਾ ਤੂੰ ਟੈਬਲੇਟ ਮੰਗੀ ਆ ਹਾਂਜੀ ਠੀਕ ਹੈ ਹੋਰ ਕੀ ਮੰਗਾਇਆ ਚਾਚੂ ਤੋਂ ਹੋਰ ਟੌਫੀਆਂ ਚੌਕਲੇਟ ਟੌਫੀਆਂ ਤਾਂ ਪੁੱਤ ਖਾ ਖਾ ਕੇ ਤੇਰੇ ਦੰਦ ਖਰਾਬ ਹੋ ਜਾਣੇ ਆ ਪਹਿਲਾਂ ਹੀ ਖਰਾਬ ਕੀਤੇ ਲੱਗਦੇ ਮੈਨੂੰ ਤੋਂ ਹੁਣ ਟੌਫੀਆਂ ਨਹੀਂ ਖਾਊਂਗਾ ਨਾ ਹੁਣ ਅੱਗੇ ਤੋਂ ਹੈਂ ਹੋਣੀਆਂ ਕਿਹੜੀ ਕਲਾਸ 'ਚ ਪੜ੍ਹਦਾ ਥਰਡ ਥਰਡ 'ਚ ਅਤੇ ਉਹ ਤੇਰਾ ਚਾਚੂ ਜਿਹੜੀ ਆਵਾਜ਼ ਕੱਢਦਾ ਹੁੰਦਾ ਉਹ ਕਾਹਦੀ ਆਵਾਜ਼ ਕੱਢਦਾ ਹੁੰਦਾ ਭੇਡਾਂ ਦੀ ਇੱਦਾਂ ਕੱਢਦਾ ਹੁੰਦਾ ਸਹੀ ਆ ਤੈਨੂੰ ਕਿਹਨੇ ਸਿਖਾਈ ਆ ਆਵਾਜ਼ ਕੱਢਣੀ ਚਾਚੂ ਨੇ ਚਾਚੂ ਨੇ ਕੀ ਕਹਿੰਦਾ ਹੁੰਦਾ ਚਾਚੂ ਜਦੋਂ ਫੋਨ ਆਉਂਦਾ ਹੁੰਦਾ ਚਾਚੂ ਹਨਾ ਦਿਲੇ ਕੱਢਦੇ ਹੁੰਦੇ ਆ ਅੱਛਾ ਬਾਹ ਵੀ ਤਾਂ ਖੋਲਦੇ ਹੁੰਦੇ ਹਾਂ ਹੋਰ ਕੀ ਕਰਦੇ ਹੁੰਦੇ ਆ ਹਾਨੂੰ ਕੁਝ ਕਰਦੇ ਹੁੰਦੇ ਠੀਕ ਆ ਸਹੀ ਆ ਤੇ ਤੇਰੇ ਪਾਪਾ ਵੀ ਚਾਚੂ ਦੇ ਕੋਲ ਹੀ ਆ ਹਾਂਜੀ ਪਾਪਾ ਨੂੰ ਕੋਈ ਗੱਲ ਕਹਿਣੀ ਆ ਉਹਨਾਂ ਤੋਂ ਟੈਬਲੇਟ ਹੀ ਮੰਗਿਆ ਆ ਸੇਮ ਦੋ ਫਿਰ ਤਿੰਨ ਤੂੰ ਤਾਂ ਪਾਗਲ ਆ ਇੱਕ ਚਾਚੂ ਤੋਂ ਇੱਕ ਚੀਜ਼ ਹੋਰ ਮੰਗ ਡੈਡੀ ਤੋਂ ਹੋਰ ਮੰਗ ਇੱਕੋ ਜਿਹੀਆਂ ਮੰਗ ਲਈਆਂ ਫੇ ਉਹ ਤਾਂ ਦੋਨਾਂ ਨੇ ਇੱਕੋ ਚੀਜ਼ ਭੇਜ ਦੇਣੀ ਆ ਅਲੱਗ ਅਲੱਗ ਦੋਨਾਂ ਤੋਂ ਇੱਕ ਤੋਂ ਟੈਬਲੇਟ ਇੱਕ ਤੋਂ ਹੋਰ ਚੀਜ਼ ਮੰਗਣੀ ਚਾਹੀਦੀ ਤੈਨੂੰ ਲੈਪਟਾਪ ਲੈਪਟਾਪ ਸਹੀ ਆ ਚੱਲ ਠੀਕ ਹੈ ਹੋਰ ਕੁਛ ਹੋਰ ਤਾਂ ਨਹੀਂ ਮੰਗਿਆ ਮੈਂ ਕੁਛ ਹੈ ਹੋਰ ਨਹੀਂ ਮੈਂ ਮੰਗਿਆ ਠੀਕ ਹੈ ਹੋਰ ਚਾਚੂ ਨੂੰ ਕਹਿਣਾ ਕੁਛ ਨਹੀਂ ਲਵ ਯੂ ਚਾਚੂ ਠੀਕ ਹੈ ਚਲ ਓਕੇ ਬਾਈ ਚਲ ਬਾਈ 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 ਅਤੇ ਦੋਸਤੋ ਅਸੀਂ ਇਸ ਵੇਲੇ ਹੈਗੇ ਹਾਂ ਜੀ ਤੁਹਾਨੂੰ ਦੱਸਿਆ ਸੀ ਇੰਦੀ ਜਸਵਾਲ ਦੇ ਘਰ ਭਾਅ ਜੀ ਉਹਨਾਂ ਦੇ ਅਤੇ ਮਾਤਾ ਜੀ ਕੈਮਰੇ 'ਤੇ ਆਉਣ ਨੂੰ ਨਹੀਂ ਮੰਨੇ ਬਟ ਉਹਨਾਂ ਨੂੰ ਅਸੀਂ ਬੜੀ ਮੁਸ਼ਕਲ ਨਾਲ ਮਨਾਇਆ ਕਿ ਅਸੀਂ ਕੈਮਰੇ ਮੂਹਰੇ ਨਹੀਂ ਤਾਂ ਤੁਸੀਂ ਸਿਰਫ ਸਾਨੂੰ ਆਪਣੀ ਆਵਾਜ਼ ਹੀ ਮਤਲਬ ਤੁਸੀਂ ਹਿੰਦੀ ਬਾਰੇ ਕੁਛ ਗੱਲਾਂ ਸਾਨੂੰ ਦੱਸ ਦਿੰਦੀ ਮਤਲਬ ਤੁਸੀਂ ਹਿੰਦੀ ਭਾਅ ਜੀ ਬਾਰੇ ਸਾਨੂੰ ਕੁਛ ਗੱਲਾਂ ਜ਼ਰੂਰ ਦੱਸੋ ਬਚਪਨ ਦੇ ਬਾਰੇ ਹੈ ਨਾ ਵੀ ਹਿੰਦੀ ਬਚਪਨ 'ਚ ਕਿੱਦਾਂ ਦਾ ਸੀ ਜਾਂ ਫਿਰ ਕਿਹੜਾ ਉਹ ਜਦੋਂ ਪੇਰੈਂਟਸ ਸੀ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਉਸ ਟਾਈਮ ਮਤਲਬ ਕਿੱਦਾਂ ਦੇ ਹਾਲਾਤ ਸੀਗੇ ਘਰ ਦੇ ਅਤੇ ਕਿਹੜਾ ਹਾਲਾਤਾਂ ਦੇ ਵਿੱਚ ਜਿੱਦਾਂ ਹੁਣ ਹਿੰਦੀ ਬੜੀ ਹੈ ਨਾ ਇੱਥੇ ਤੱਕ ਅੱਗੇ ਗਏ ਆ ਹਿੰਦੀ ਤਾਂ ਬਹੁਤ ਛੋਟਾ ਸੀ ਬੜਾ ਭਰਾ ਸੀ ਹੈਗਾ ਅੱਠ ਕਿੰਨੇ ਸੱਤ ਦਸ ਕੁ ਸਾਲ ਦਾ ਚੌਥੀ 'ਚ ਸੀ ਰਵਿੰਦਰ ਹਾਂ ਦਸ ਸਾਲ ਦਾ ਬੜਾ ਸੀ ਅਤੇ ਇੰਦਰਜੀਤ 8 ਸਾਲਾਂ ਦਾ ਸੀ ਜਾਂ ਡੈਡੀ ਪੂਰੇ ਹੋ ਗਏ ਅੱਛਾ ਜੀ ਹਾਂਜੀ ਫਿਰ ਅਸੀਂ ਕਿਹਾ ਤਾਂ ਡੈਡੀ ਹੈ ਭਾਈ ਬਾਹਰ ਗਏ ਹੋਊਗਾ ਛੋਟਾ ਸੀ ਹਜੇ ਜਿੱਡੀ ਕਾ ਆ ਇੰਚ ਲੱਕ ਸਭ ਪਤਾ ਹੈ ਤਾਂ ਉਹ ਪਤਾ ਵੀ ਇੰਦਰਜੀਤ ਕਹਿੰਦਾ ਬਹੁਤ ਰੋਂਦਾ ਹੁੰਦਾ ਸੀ ਕਹਿੰਦੇ ਡੈਡੀ ਮੇਰੇ ਬਾਹਰ ਨਹੀਂ ਗਏ ਪੂਰੇ ਹੋ ਗਏ ਡੈਡੀ ਮੇਰੇ ਹਾਂਜੀ ਮਤਲਬ ਮਸੀਹ ਪਾਲੇ ਸੀ ਨਿਆਣੇ ਬਿਲਕੁਲ ਮਾਤਾ ਜੀ ਇੱਦਾਂ ਹੀ ਹੁੰਦਾ ਜਦੋਂ ਹੈ ਨਾ
ਕੋਈ ਵੀ ਘਰ ਦੇ ਵਿੱਚ ਮਤਲਬ ਬੇਟਾਈਮੀ ਕੋਈ ਵੀ ਮੌਤ ਹੋ ਜਾਂਦੀ ਹੈ ਨਾ, ਫਿਰ ਜਿਹੜੇ ਜਿਹੜਾ ਜੀ ਜਾਂਦਾ ਆ ਉਹਦਾ ਤੇ ਜਿਹੜਾ ਦੁੱਖ ਹੈਗਾ ਹੀ ਹੈਗਾ, ਜਿਹੜਾ ਬਾਕੀਆਂ ਤੇ ਇੱਕ ਭਾਰ ਪੈ ਜਾਂਦਾ, ਜਿਹੜਾ ਇੱਕ ਬੋਝ ਪੈ ਜਾਂਦਾ ਉਹ ਉਸ ਤੋਂ ਵੀ ਵੱਡਾ ਹੁੰਦਾ ਹੈ ਨਾ ਜੀ। ਹੋਰ ਭਾਜੀ ਦੇ ਬਥੇਰੇ ਚੰਗੇ ਆ। ਬਿਲਕੁਲ ਜੀ ਬਿਲਕੁਲ, ਅਸੀਂ ਇਹਨਾਂ ਨਾਲ ਵੀ ਤਾਂ ਹੀ ਸਾਰੀ ਗੱਲਬਾਤ ਕੀਤੀ ਆ, ਤੇ ਮੈਂ ਤਾਂ ਬਹੁਤ ਦਿਨਾਂ ਨੂੰ ਕਿਹਾ ਕਿ ਭਾਜੀ ਪੇ ਮਤਲਬ ਮਤਲਬ ਸਲੂਟ ਹੀ ਆ ਇਹਨਾਂ ਲਈ ਵੀ, ਕਿਉਂਕਿ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਆ ਸ਼ਰੀਕ ਕਹਿੰਦੇ ਹੁੰਦੇ ਸ਼ਰੀਕ ਆ ਹੈ ਨਾ, ਸਾਡੇ ਪੇ ਮਤਲਬ ਜ਼ਮੀਨਾਂ ਪਿੱਛੇ ਬਹੁਤ ਕੁਛ ਹੋ ਜਾਂਦਾ ਹੈ ਨਾ, ਜ਼ਮੀਨ ਅਸੀਂ ਵੰਡੀ ਵੀ ਨਹੀਂ ਹਜੇ ਉਦਾਂ ਹੀ ਪਈ ਆ ਬਸ ਜ਼ਮੀਨ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ। ਤੇ ਹੋਰ ਤਾਂ ਹਿੰਦੀ ਦੇ ਛਿੱਤਰ ਕਿੰਨਾ ਕੁ ਫੇਰ ਦਿੰਦੇ ਸੀ? ਹੋਏ ਛਿੱਤਰ ਛੱਡ ਮੈਂ ਹੀ ਫੂਕਦੇ ਚਿਵਟੇ ਪੈਂਦੇ ਸੀ, ਕਹਿੰਦਾ ਪੋਤੀ ਦੇ ਮਾਰਿਆ ਕਰੋ ਹੁਣ ਮੰਮੀ। ਕਿਹੜੀ ਗੱਲ ਤੋਂ ਜ਼ਿਆਦਾ ਪੈਂਦੇ ਹੁੰਦੇ ਸੀ? ਗੋਲਡ ਕੋ ਲਈਦਾ ਸੀ, ਛੋਟਾ ਹੁੰਦਾ ਮਿੱਠਾ ਬਹੁਤ ਖਾਂਦਾ ਸੀ, ਸਪੇਨ ਤੋਂ ਆਇਆ ਕਹਿੰਦੇ ਮੰਮੀ ਹੁਣ ਤੁਸੀਂ ਜਿੰਨਾ ਮਰਜ਼ੀ ਗੋਲਖੰਡ ਰੱਖ ਲਓ ਹੁਣ ਨਹੀਂ ਮੈਂ ਖਾਂਦਾ ਮਿੱਠਾ। ਸਹੀ ਹੈ, ਘੁੱਟ ਪੱਤ ਬਹੁਤ ਪੈਂਦੀ ਸੀ, ਤਕੜਾ ਬਹੁਤ ਸੀ। ਸਹੀ ਸੋਹਣਾ, ਹਾਂਜੀ ਸੋਹਣਾ ਬਹੁਤ ਸੀ, ਤਕੜਾ ਬਹੁਤ ਸੀ ਨਾਲੇ। ਮੈਨੂੰ ਇੰਨਾ ਗੁੱਸਾ ਚੜਿਆ, ਇੰਨਾ ਚੜਿਆ ਉਹਦੇ ਪਰ ਜੁੱਤੀਆਂ ਸੁੱਟੀਆਂ ਸਿਰ ਚ, ਫਿਰ ਟਿੰਡ ਕੱਲ ਕਢਾ ਕੇ ਆਇਆ ਤੂੰ। ਅੱਛਾ ਜੀ, ਹੋਰ ਬਹੁਤ ਪੁੱਤ ਕੁੱਟ, ਬਹੁਤ ਕੁੱਟ ਪੈਂਦੀ ਸੀ। ਹੋਰ ਕੰਮ ਵੀ ਬਥੇਰਾ ਕਰਦਾ ਸੀ, ਮੈਂ ਤਾਂ ਜੀ ਚਾਚੀ ਨੇ ਇਹਦੀ ਮੰਮੀ ਹੁਣੀ ਪੱਠੇ ਵੱਡੇ ਆਣੇ, ਬਸ ਦੋਨੇ ਤਾਏ ਸਤਨਾ ਹੁੰਦਾ ਇਹ ਬਾਹਰ ਚਲਾਂਗੇ, ਇਹ ਦੋਏ ਸੇਤ ਤੇ ਚਾਚੇ ਦਾ ਮੁੰਡਾ, ਤੇ ਇਹ ਪੱਠੇ ਚੱਕਣ ਜਾਣਾ ਗਰਾਊਂਡ 'ਚ, ਖੇਲੀ ਜਾਣਾ ਖੇਲੀ ਜਾਣਾ, ਸਿੱਠੇ ਡਿੱਕੀ ਜਾਣਾ ਪੱਠੇ ਵੱਢ ਕੇ, ਆਉਣਾ ਹੀ ਨਾ ਪੱਠੇ ਚੱਕਣ। ਠੀਕ ਹੈ ਜੀ। ਹੋਰ ਮੰਮੀ ਇਹ ਬਸ ਕੰਨ ਫੜ ਕੇ ਇਹ ਨਾਲੇ ਮੈਨੂੰ ਕੁੱਟ ਲਓ, ਮੈਂ ਤੁਹਾਡੇ ਤੋਂ ਬੜਾ ਆ ਮੈਨੂੰ ਕਹਿੰਦਾ ਜੱਫੀ ਪਾ ਲੈਣੀ। ਹੋਰ ਕਹਿੰਦਾ ਹੁਣ ਦੇਖੋ ਮੈਨੂੰ ਕੁੱਟ ਕੇ, ਮੈਂ ਕੁੱਟ ਖਾ ਲਊਂਗਾ ਤੁਹਾਡੇ ਤੋਂ। ਸਹੀ ਆ। ਹੋਰ ਪੁੱਤ ਬਹੁਤ ਛਿੱਦਰੀ ਸੀ ਬਹੁਤ। ਠੀਕ ਹੈ, ਹੁਣ ਜਿਹੜਾ ਜਿਹੜਾ ਹਿੰਦੀ ਜਿੱਦਾਂ ਕੰਮ ਕਰਦਾ, ਮਤਲਬ ਚਲੋ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ, ਜਿੱਦਾਂ ਹੁਣ ਇੱਕ ਤਾਂ ਹੁੰਦਾ ਵੀ ਲੈ ਵੀ ਸਾਡਾ ਨਿਆਣਾ ਕਨੇਡਾ ਗਿਆ ਉੱਥੇ ਸ਼ਿਫਟਾਂ ਲਾਵੇ ਅਤੇ ਚਾਰ ਪੈਸੇ ਘਰ ਨੂੰ ਭੇਜੀ ਜਾਵੇ, ਅਤੇ ਜਿਹੜਾ ਹੁਣ ਹਿੰਦੀ ਕੰਮ ਕਰਦਾ ਮੈਨੂੰ ਲੱਗਦਾ ਉਹ ਕੰਮ ਹੁਣ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ, ਸਾਰਾ ਦਿਨ ਇੱਕੋ ਹੀ ਕੰਮ ਤੇ ਬਿੱਲਾ ਹੀ ਹੈ, ਬਿੱਲਾ ਹੀ ਬਸ ਹੁਣ ਵੀਡੀਓ ਦਾ ਕੰਮ ਆ। ਮੈਂ ਕਹਿੰਦਾ ਤੂੰ ਡਿੰਗ ਨਾ ਕਰ ਲਈ ਹੈ, ਤੈਨੂੰ ਕੀ ਮਿਲਦਾ। ਜਦੋਂ ਫੋਨ ਆਉਂਦਾ ਫਿਰ ਕਲਾਸ ਲੱਗਦੀ ਰੋਜ਼ ਉਹਦੀ, ਹੋਰ ਫੋਨ ਬਸ ਮੈਂ ਚਾਹ ਸੁੱਤਾ ਉੱਠੇ ਚਾਹ ਬਣਾਉਣੀ ਚੰਗਾ ਫਿਰ ਕਰੂੰਗਾ, ਮੈਂ ਚਿੱਤਰ ਘਾਟ ਆ ਹੋਰ ਕੋਈ ਗੱਲ ਨਹੀਂ ਤੈਨੂੰ। ਫੋਨ ਕਰ ਦੇਣਾ ਹੋਰ ਪਤਾ ਕੀ ਕਹਿੰਦੇ ਹੁੰਦੇ, ਗੱਬੇ ਗਮਲਾ ਰੱਖਿਆ ਸਰ ਤੇ ਮੈਂ ਕਹਿੰਦੇ ਛਿੱਤਰ ਫਿਰ ਆਇਆ ਬਾਲ ਰੱਖੇ ਹੋ ਤੂੰ, ਚਲਦੇ ਤੂੰ ਪਤ ਬਾਲ ਕਟਾ ਹੈ ਨਾ। ਤੇ ਜਿਹੜੀ ਉਹ ਆਵਾਜ਼ ਜਿਹੜੀ ਕੱਢਦਾ ਉਹ ਭੇਡ ਦੀ ਕੱਢਦਾ ਬੱਕਰੀ ਦੀ ਕੱਢਦਾ, ਦੇਖ ਲੋ ਕਦੀ ਭੇਡਾਂ ਨਹੀਂ ਕਦੀ ਬੱਕਰੀਆਂ ਦੀ, ਮੈਂ ਕਿਹਾ ਬੱਕਰੀਆਂ ਦੀ ਇਕੱਲੀ ਮੈਂ ਕਿ ਤੈਨੂੰ ਐਦਾਂ ਬੋਲੀ ਦਾ ਆ ਇੱਥੇ ਉਹ ਮੁੰਡਾ ਆ ਕਵੈਤ ਤੋਂ ਆਇਆ, ਕਹਿੰਦਾ ਆਂਟੀ ਕਿੱਦਾਂ ਸਾਰੇ, ਕਿੱਦਾਂ ਸਾਰੇ ਮੁੰਡੇ ਸਾਰੇ, ਕਿੱਦਾਂ ਆਂਟੀ ਸਾਰੇ, ਮੈਂ ਕਿਹਾ ਵਧੀਆ ਸਾਰੇ, ਹਿੰਦੀ ਭਾਜੀ ਕਿੱਦਾਂ ਆ ਹਰੇਕ ਵਾਰੀ ਇਹੀ ਪੁੱਛ ਲੈਂਦਾ ਹਿੰਦੀ ਦਾ ਵਿਆਹ ਕਦੋਂ ਕਰਨਾ, ਹੁਣ ਮੈਂ ਪੁੱਛੇ ਲਵਾਂਗਾ ਉਹਦਾ ਵਿਆਹ ਕਦੋਂ ਕਰਨਾ, ਵਿਆਹ ਪੱਤੋਂ ਉਹਨੂੰ ਪਤਾ ਹੋਊਗਾ, ਅਸੀਂ ਸਾਡੇ ਕੋਲ ਹੋਵੇ ਤਾਂ ਅਸੀਂ ਕਰ ਦਈਏ ਹਨਾ, ਲੱਭ ਲਵੇ ਅੰਦਰ ਬਥੇਰੀਆਂ ਜਾਂ ਲੱਭ ਨਹੀਂ ਹੁੰਦੀਆਂ ਨਹੀਂ। ਪਰ ਇੱਕ ਚੀਜ਼ ਹੋ ਰਿਹਾ ਜਿੱਦਾਂ ਜਿੱਦਾਂ ਤੁਸੀਂ ਕਹਿ ਦਿੰਦੇ ਆ ਵੀ ਮਤਲਬ ਸਾਡਾ ਹੀ ਜਿੱਦਾਂ ਵੀ ਮਤਲਬ ਜਦੋਂ ਗੱਲ ਕਰਦੇ ਆ ਜਾਂ ਮਤਲਬ ਏਦਾਂ ਬੋਲਦਾ ਕਿੱਦਾਂ ਦੀ ਹਰਕਤਾਂ ਕਰਦਾ, ਫਿਰ ਤਾਂ ਇਹਨੇ ਉਹਦਾ ਸਰ ਖਾਲਿਆ ਕਰਨਾ ਜਿਹਨਾਂ ਨੇ ਵਿਆਹ ਕਰਾਉਣਾ, ਦੋਏ ਜਾਣੇ ਸਰ ਖਾਈ ਜਾਊਗੇ ਪੱਤੇ ਕਿ ਦੂਏ ਦਾ। ਨਹੀਂ ਚਲੋ, ਪਰ ਮਜ਼ਾਕ ਤਾਂ ਚਲੋ ਰਹਿ ਗਿਆ ਇੱਕ ਵਾਰ, ਪਰ ਹਿੰਦੀ ਸੱਚੀ ਬਹੁਤ ਵਧੀਆ ਕੰਮ ਕਰਦਾ ਜੀ। ਠੀਕ ਆ ਜੀ, ਤੁਹਾਨੂੰ ਵੀ ਮਤਲਬ ਮੈਨੂੰ ਨਹੀਂ ਵਿਆਹ ਹੋ ਜਾਣਾ, ਟੈਨਸ਼ਨ ਨਾ ਲਓ ਵਿਆਹ ਹੋ ਜਾਣਾ,
ਉਹਦਾ ਕਹਿੰਦਾ ਬਾਬਾ ਸਾਡੇ ਸਾਰ ਤੋਂ ਬੜ ਗਏ ਅਸੀਂ ਆਵਾਂਗੇ ਫੇ ਕਰਾਂਗੇ ਮੈਂ ਕਰੂੰਗੀ ਕਹਿੰਦੀ ਆ ਕੇ ਚਾਚੂ ਤੇਰਾ ਵਿਆਹ ਚਾਚਾ ਅਸੀਂ ਆ ਜਾਈਏ ਛੇਤੀ ਫੇ ਤੇਰਾ ਵਿਆਹ ਕਰੀਏ ਉੱਥੇ ਠੀਕ ਹੈ ਜੀ ਹਾਂਜੀ ਕਹਿੰਦਾ ਮੈਂ ਕਿਹੜਾ ਵਿਆਹ ਕਰਾਉਣਾ ਹੈ ਮੈਂ ਉੱਥੇ ਬਸ ਬਾਬਾ ਬਣ ਜਾਣਾ ਹੈ ਲੋਕ ਮੈਨੂੰ ਉੱਥੇ ਮੱਥਾ ਟੇਕਿਆ ਕਰੂਗੇ ਖੇਤਾਂ 'ਚ ਸਹੀ ਹੈ ਹੋਰ ਸਹੀ ਹੈ ਜੱਸੇ ਬਾਈ ਲੱਗੇ ਤੁਰ ਬਾਈ ਲੱਗੇ ਤੁਰਨ ਲੱਗੇ ਤੁਰਨ ਪਾਣੀ ਲਾਈ ਜਾਵੋ ਕੰਪਤ ਬਹੁਤ ਕਰਦਾ ਸੀ ਇੱਧਰ ਵੀ ਤਾਇਆ ਜੀ ਬੰਨ ਕੇ ਰੱਖਦੇ ਸੀ ਮੋਟੀ ਭਾਬੀ ਨੂੰ ਕਹਿਣਾ ਭਾਬੀ ਚੱਲ ਲਟੇਰੇ ਚੱਲੀਏ ਤਾਂ ਮੈਨੂੰ ਰਾਹ ਚ ਗੁਲ ਗੱਫੇ ਉਹ ਸੱਚੇ ਗੁਲਾਬ ਜਾਮਣਾ ਖਲਾਈ ਭਾਬੀ ਪੈਸੇ ਕੱਢ ਗੁਲਾਬ ਜਾਮਣਾ ਖਲਾ ਦੇ ਮੈਨੂੰ ਤਾਂ ਲੈ ਕੇ ਜਾਣਾ ਪਿੰਡ ਨੂੰ ਤੈਨੂੰ ਭਤੀਜੀ ਨੇ ਉਹਨੇ ਰੋਣ ਲੱਗ ਜਾਣਾ ਕਹਿਣਾ ਹਾਏ ਇੰਦੀ ਚਾਚਾ ਜਾ ਹਾਏ ਬਚਾਲਾ ਮੈਨੂੰ ਹਾਏ ਬਚਾਲਾ ਮੈਨੂੰ ਜਾ ਕੇ ਇਹਨਾਂ ਦੇ ਘਰ ਸਾਈਕਲ ਸਿੱਧਾ ਹੀ ਇੱਥੇ ਮਾਰਨਾ ਸਿੱਧਾ ਹੀ ਇਹਨਾਂ ਦੇ ਘਰ ਲਿਜਾ ਕੇ ਮਾਰਨਾ ਖਾਣਾ ਨਹੀਂ ਸਾਈਕਲ ਟੁੱਟੇ ਜਾਏ ਤੇ ਬਸ ਉਹ ਪਤਾ ਫਿਰ ਹੀ ਡੈਡੀ ਨੇ ਉੱਥੇ ਭਰਤੀ ਲਈ ਉੱਥੇ ਕੈਂਪ 'ਚ ਕੱਢ ਦਿੱਤੇ ਜਲੰਧਰ ਦੋ ਮੁੰਡੇ ਇੱਕ ਇੰਦਰਜੀਤ ਇੱਕ ਪਤਿਓਰੇ ਦਾ ਮੁੰਡਾ ਸੀ ਤਾਂ ਉੱਥੇ ਡੇਢ ਮਹੀਨਾ ਲੱਗੇ ਰਹੇ ਇਹ ਉਹ ਕੀ ਕਰਦੇ ਸੀ ਨਵਾਂ ਸਾਈਕਲ ਲੈ ਦਿੰਦਾ ਕਹਿੰਦਾ ਦਿੱਤਾ ਤਾਏ ਜੀ ਕਹਿੰਦੇ ਸਾਈਕਲ ਲੈ ਦਿੰਦਾ ਸਕੂਟਰ ਨਾ ਮੋਟਰਸਾਈਕਲ ਨਾ ਸਾਈਕਲ ਲੈ ਦਿੰਦਾ ਪਾਣ ਤੇ ਫੜਿਆ ਘਰ ਜਾ ਕੇ ਦੋਸਤੋ ਇਹ ਜਿਹੜੀ ਸਾਰੀ ਵੀਡੀਓ ਚੱਲੂਗੀ ਜਿੰਨੀ ਦੇਰ ਮਾਤਾ ਦੀ ਜੀ ਨਾਲ ਗੱਲਬਾਤ ਚੱਲੂਗੀ ਇੰਨੀ ਦੇਰ ਦੋਸਤ ਤੁਹਾਡੇ ਸਾਹਮਣੇ ਇੰਦੀ ਦੀਆਂ ਫੋਟੋਆਂ ਹੋਊਗੀਆਂ ਅਤੇ ਮਤਲਬ ਜਾਂ ਕੋਈ ਹੋਰ ਕੋਈ ਇੰਦੀ ਦੀ ਵੀਡੀਓ ਚੱਲੂ ਇੰਦੀ ਦੀਆਂ ਫੋਟੋਆਂ ਹੀ ਹੋਊਗੀਆਂ ਅਤੇ ਤੁਸੀਂ ਆਪ ਹੀ ਸਮਝ ਜਾਇਓ ਅਤੇ ਕਿਉਂਕਿ ਮਾਤਾ ਜੀ ਕੈਮਰੇ 'ਤੇ ਆਉਣ ਤੋਂ ਸੰਗਦੇ ਸੀ ਅਤੇ ਅਸੀਂ ਬੜੀ ਮਿਹਨਤਾਂ ਨਾਲ ਮਿਹਨਤ ਤਰਲੇ ਕਰਕੇ ਪੈਰੀਆਂ ਥਲਾ ਲੂ ਕੇ ਬਹੁਤ ਔਖੇ ਮਨਾਏ ਆ ਅਤੇ ਦੋਸਤੋ ਇਸ ਟਾਈਮ ਅਸੀਂ ਖੜ੍ਹੇ ਸੀ ਜੀ ਪੈਂਡਨ ਰੋਡ ਦੇ ਵਿੱਚ ਜਿਹਨਾਂ ਸ਼ਖਸੀਅਤਾਂ ਦੇ ਨਾਲ ਅੱਜ ਤੁਹਾਨੂੰ ਮਿਲਾਉਣ ਆਏ ਸੀਗੇ ਅਤੇ ਉਹ ਸ਼ਖਸੀਅਤਾਂ ਸਾਡੇ ਨਾਲ ਖੜੀਆਂ ਅਤੇ ਪਹਿਲਾਂ ਤੁਸੀਂ ਗੱਲਬਾਤ ਦੇ ਵਿੱਚ ਜਾਣ ਹੀ ਚੁੱਕੇ ਭਾਅ ਜੀ ਹੁਣੀ ਖੜ੍ਹੇ ਆ ਜੀ ਇੰਦਰਜੀਤ ਭਾਅ ਜੀ ਦੇ ਜਿਹੜੇ ਬ੍ਰਦਰ ਆ ਅਤੇ ਨਾਲ ਉਹਨਾਂ ਦੇ ਫਰੈਂਡ ਹੈਗਾ ਜੀ ਬਲਜੀਤ ਸਿੰਘ ਪੈਂਡਨ ਰੋਡ ਤੋਂ ਅਤੇ ਨਾਲ ਇਹ ਇੱਕ ਬੰਦਾ ਬਾਈ ਜੀ ਟੇਢੀ ਪੱਗ ਵਾਲਾ ਆਇਆ ਹੈਗਾ ਇੰਦਰਜੀਤ ਨਿੱਕੂ ਵਰਗੀ ਪੱਗ ਉੱਦਾਂ ਦੀ ਬੰਨੀ ਲੱਗਦੀ ਆ ਅਤੇ ਇਹ ਭਾਅ ਜੀ ਹੁਣੀ ਹੈਗਾ ਜੀ ਆਪਣੇ ਜੱਸਾ ਭਾਅ ਜੀ ਅਤੇ ਜਿਹੜੇ ਇਸ ਟਾਈਮ ਪੰਜਾਬ ਰੋਡਵੇਜ਼ ਦੇ ਵਿੱਚ ਜੋਬ ਕਰਦੇ ਆ ਅਤੇ ਇਹਨਾਂ ਦੇ ਨਾਲ ਇੰਦੀ ਨੇ ਮਤਲਬ ਆਪਣਾ ਸਕੂਲ ਦਾ ਟਾਈਮ ਜਿਹੜਾ ਸਕੂਲ ਦਾ ਟਾਈਮ ਇੰਦੀ ਨੇ ਇਹਨਾਂ ਦੇ ਨਾਲ ਬਿਤਾਇਆ ਸਾਰਾ ਅਤੇ ਭਾਅ ਜੀ ਹੁਣਾਂ ਨਾਲ ਉਹ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਇੰਦੀ ਬਾਰੇ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੋ ਤੁਸੀਂ ਆ ਕੇ ਇੰਟਰਵਿਊ ਸਾਡੀ ਕਰ ਰਹੇ ਜੀ ਆ ਕੇ ਮਿਹਰਬਾਨੀ ਭਾਅ ਜੀ ਮਿਹਰਬਾਨੀ ਅਤੇ ਭਾਅ ਜੀ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਇੰਦੀ ਦੇ ਨਾਲ ਪੜ੍ਹੇ ਤੁਸੀਂ ਨਹੀਂ ਉਹ ਪਹਿਲੀ ਤੋਂ ਲੈ ਕੇ ਮੈਂ 8ਵੀਂ ਤੱਕ ਪੜ੍ਹਿਆ ਜੀ ਠੀਕ ਆ ਜੀ ਹਾਂਜੀ ਪ੍ਰਾਈਮਰੀ ਸਕੂਲੇ ਪੜ੍ਹੇ ਹਾਂ ਅਤੇ ਫਿਰ ਆਪਣੇ ਮਿਡਲ ਸਕੂਲ ਆਪਣੇ ਪਿੰਡ ਨਰੂਰ 'ਚ ਉੱਥੇ ਪੜ੍ਹੇ ਆਪਾਂ ਇਕੱਠੇ ਠੀਕ ਆ ਜੀ ਹਾਂਜੀ ਹਾਂਜੀ ਭਾਅ ਜੀ ਅਤੇ ਇੰਦੀ ਦਾ ਸੁਭਾਅ ਕਿੱਦਾਂ ਦਾ ਹੁੰਦਾ ਸੀ ਉਹਦਾ ਸੁਭਾਅ ਖੁੱਲ੍ਹਾ ਦਿਲ ਦਾ ਹੁੰਦਾ ਸੀ ਵੈਸੇ ਪੜ੍ਹਨ ਪੁੱਣ ਤਾਂ ਚਲੋ ਇੱਦਾਂ ਹੀ ਉਦੋਂ ਹੁੰਦੇ ਸੀ ਅਤੇ ਵੈਸੇ ਉਹ ਰਿਹਾ ਭਾਅ ਜੀ ਉਹਨਾਂ ਕੋਲ ਸਤਨਾਮ ਭਾਅ ਜੀ ਕੋਈ ਇੱਥੇ ਸਕੂਲ ਦੇ ਮੂਹਰੇ ਘਰ ਹੈ ਉੱਥੇ ਹੀ ਰਹਿੰਦਾ ਰਿਹਾ ਅਤੇ ਆਪਣੇ ਨਾਲ ਵੀ ਦੂਜਾ ਪ੍ਰੇਮ ਪਿਆਰ ਬਹੁਤ ਸੀ ਚਲੋ ਬਚਪਨ ਦੀ ਯਾਦਾਂ ਛੋਟੀਆਂ ਹੁੰਦੀਆਂ ਥੋੜ੍ਹੀਆਂ ਨਹੀਂ ਬੰਦੇ ਨੂੰ ਬਹੁਤਾ ਕੁਛ ਪਤਾ ਹੁੰਦਾ ਸੁਭਾਅ ਉਹਦਾ ਨਾ ਦੂਜਾ ਖੁਸ਼ ਦਿਲ ਸੁਭਾਅ ਸੀਗਾ ਕਿਸੇ ਨੇ ਮਾਈਂਡ ਨਾਲ ਕਰ ਦਿੰਦਾ ਗੱਲ ਦੀ ਕਿਸੇ ਦੀ ਪੜ੍ਹਨ 'ਚ ਕਿੱਦਾਂ ਦਾ ਸੀ ਪੜ੍ਹਨ 'ਚ ਠੀਕ ਸੀਗੀ ਜੀ ਪਹਿਲੇ ਨੰਬਰ 'ਤੇ ਆਪਾਂ ਸੀਗੇ ਅਤੇ ਦੂਜੇ ਨੰਬਰ 'ਤੇ ਉਹ ਹੁੰਦਾ ਸੀਗਾ ਪਿੱਛਿਓਂ ਕਿ ਮੂਹਰਿਓਂ ਨਹੀਂ ਪਿੱਛੇ ਮੂਹਰਿਓਂ ਲਾ ਲਓ ਚਲੋ ਪਿੱਛੇ ਲਾ ਲਓ ਇੱਕੋ ਹੀ ਗੱਲ ਹੈ ਜੀ ਪੜ੍ਹਨ ਨੂੰ ਪਹਿਲੀ ਤਾਂ 8ਵੀਂ ਤੱਕ ਤਾਂ ਬੰਦਾ ਐਵੇਂ ਨੋਰਮਲੀ ਪੜ੍ਹਦਾ ਹੀ ਹੈ ਜੀ ਇਹ ਤਾਂ ਪਤਾ ਹੀ ਹੈ ਉਸ ਤੋਂ ਬਾਅਦ ਹੀ ਜੋ ਹੁੰਦਾ ਬਾਅਦ 'ਚ ਹੀ ਹੁੰਦਾ ਠੀਕ ਹੈ ਜੀ ਠੀਕ ਆ ਹਾਂਜੀ ਹਾਂਜੀ ਉਹ ਇਕੱਠੇ ਵੀ ਖੇਡਦੇ ਨੇ ਕ੍ਰਿਕਟ ਵਗੈਰਾ ਵੀ ਖੇਡਦੇ ਨੇ ਆਪਾਂ ਇਕੱਠੇ ਹਾਂਜੀ ਅਤੇ ਹੋਰ ਕੋਈ ਕਦੇ ਕੋਈ ਐਲਤ ਕੀਤੀ ਐਲਤਾਂ ਕਰਦਾ ਹੋਵੇ ਕੋਈ ਮਤਲਬ ਕੋਈ ਹੋਰ ਯਾਦ ਜਿਹੜੀ ਇੱਦਾਂ ਦੀ ਕੋਈ ਐਲਤਾਂ ਇੱਕ ਵਾਰੀ ਗਾਣਾ ਗਾਇਆ ਸੀ ਮੈਂ ਗਾਣਾ ਗਾਇਆ ਸੀਗਾ ਹਿੰਦੀ ਫਿਲਮ ਦਾ ਸੀਗਾ ਗਾਣਾ
ਅਕਸ਼ੇ ਕੁਮਾਰ ਦੀ ਰਵੀਨਾ ਟੰਡਰਾ ਇਹਨੇ ਭੰਗੜਾ ਪਾਇਆ ਸੀਗਾ ਉਦੋਂ ਇਹ ਸੀਗਾ ਛੇਵੀਂ ਕਲਾਸ। ਅੱਛਾ ਤੁਸੀਂ ਗਾਣਾ ਗਾਇਆ ਸੀ ਤੇ ਇੰਦੀ ਨੇ ਭੰਗੜਾ ਪਾਇਆ ਸੀ? ਤੂੰ ਚੀਜ਼ ਬੜੀ ਹੈ ਮਸਤ ਮਸਤ ਕੋਈ ਇੱਦਾਂ ਦਾ ਗਾਣਾ ਅਕਸ਼ੇ ਕੁਮਾਰ ਦਾ। ਠੀਕ ਹੈ ਜੀ, ਠੀਕ ਹੈ। ਇਹ ਭੰਗੜਾ ਬਹੁਤ ਪਾਉਂਦਾ ਹੁੰਦਾ ਉਸ ਗਾਣੇ। ਠੀਕ ਹੈ, ਠੀਕ ਹੈ। ਤੇ ਹੁਣ ਮਤਲਬ ਕੋਈ ਇੰਦੀ ਭਾਈ ਨਾਲ ਗੱਲ ਹੋ ਜਾਂਦੀ ਛੇਤੀ ਛੇਤੀ? ਨਹੀਂ ਗੱਲ ਹੋ ਜਾਂਦੀ ਹੈ। ਹਾਂਜੀ ਠੀਕ ਹੈ ਜੀ, ਗੱਲ ਹੋ ਜਾਂਦੀ। ਪਹਿਲਾਂ ਕਵੈਤਰ ਆ ਉਦੋਂ ਵੀ ਗੱਲ ਹੁੰਦੀ, ਹੁਣ ਕੈਨੇਡਾ ਤੋਂ ਵੀ ਉੱਥੋਂ ਵੀ ਗੱਲ ਹੋ ਜਾਂਦੀ। ਠੀਕ ਆ। ਤੇ ਆਪਣੇ ਬਲਜੀਤ ਭਾਜੀ ਹੋਣੀ ਵੀ ਕੈਨੇਡਾ ਉਹਨਾਂ ਦੇ ਕੋਲ ਜਾਂਦੇ ਰਹਿੰਦੇ ਰਹਿੰਦੇ ਆ। ਤੇ ਭਾਜੀ ਹੋਣੀ ਤੁਸੀਂ ਭਾਜੀ ਕਦੋਂ ਲਾਸਟ ਟਾਈਮ ਕਦੋਂ ਮਤਲਬ ਮਿਲੇ ਸੀਗੇ ਉਹਨਾਂ ਨੂੰ? ਮੈਂ ਦਸੰਬਰ ਦੇ ਵਿੱਚ ਆਇਆ ਵਾਪਸ ਜੀ। ਹਾਂਜੀ। ਤੇ ਮੈਂ ਵੀ ਮਿਲਣ ਦਾ ਕਿ 2-4 ਦਿਨ ਪਹਿਲਾਂ ਹੀ ਮਿਲਿਆ ਮੈਂ ਉਹਨਾਂ ਨੂੰ। ਠੀਕ ਆ ਜੀ। ਤੇ ਆਪਣੇ ਜਿਹੜੇ ਕਿਸਾਨਾਂ ਦੇ ਜਿਹੜੇ ਸੀਗਾ ਫੇਵਰ ਦੇ ਵਿੱਚ ਉਹ ਕਰਦੇ ਪਏ ਸੀਗੇ ਆਪਣਾ ਹਨਾ ਐਜੀਟੇਸ਼ਨ। ਠੀਕ ਆ ਜੀ। ਮੈਂ ਉਹਨਾਂ ਨੂੰ ਮਿਲਿਆ, ਚਲੋ ਮਤਲਬ ਆਪਣਾ ਉਹਨਾਂ ਸਾਰਾ ਟਾਈਮ ਸਾਰਾ ਕੁਝ ਛੱਡ ਕੇ ਅੱਜ ਕੱਲ੍ਹ ਤਾਂ ਕਿਸਾਨਾਂ ਦੇ ਉੱਤੇ ਹੀ ਉਹ ਮਤਲਬ ਉਹਨਾਂ ਦਾ ਸਾਰਾ ਫੋਕਸ ਸੀਗਾ ਭਾਜੀ। ਬਹੁਤ ਇਹ ਜੇ ਦੇਖਿਆ ਜਾਵੇ ਨਾ ਹਿੰਦੀ ਇੱਕ ਮਤਲਬ ਇਮੋਸ਼ਨਲ ਬੰਦਾ ਰੱਖ ਲਓ ਜਾਂ ਇੱਕ ਪਾਗਲਪਨ ਰੱਖ ਲਓ ਹਨਾ, ਮਤਲਬ ਜਿਹੜਾ ਕੰਮ ਇੱਥੇ ਹੈ ਨਾ ਬੱਚੇ ਨੂੰ ਕਰਨਾ ਚਾਹੀਦਾ ਉਹ ਇਕੱਲਾ ਹੀ ਮਤਲਬ ਕਰਦਾ ਪਿਆ। ਉੱਥੇ ਤਾਂ ਮਤਲਬ ਹਰ ਬੰਦਾ ਕਹਿੰਦਾ ਵੀ ਮੈਂ 9 ਵਜੇ ਜਾਣਾ ਤੇ ਮੈਂ ਇੱਦਾਂ ਪੈਸੇ ਕਮਾਉਣੇ। ਉਹਨੂੰ ਪੈਸੇ ਪੁੱਛਦਾ ਨਹੀਂ, ਉਹ ਤਾਂ ਮਤਲਬ ਕਿ ਆਪਣਾ ਪੂਰਾ ਜਿੱਦਾਂ ਹੁਣ ਕਿਸਾਨੀ ਦੇ ਵਿੱਚ ਪੂਰਾ ਉਹਦਾ ਫੇਵਰ ਸੀਗਾ ਜੀ ਹਨਾ। ਕੋਈ ਕੰਮ ਨਹੀਂ ਜਾਣਾ ਉਹਨੇ, ਮਤਲਬ ਕਦੀ ਇਸ ਚੌਂਕ ਤੇ ਕਦੇ ਉਸ ਚੌਂਕ ਤੇ ਉਹਨਾਂ ਨੇ ਮਤਲਬ ਐਜੂਕੇਸ਼ਨ ਕਰਦੇ, ਪੂਰੇ ਸਪੋਰਟ ਕਰਦੇ ਸੀਗੇ। ਠੀਕ ਹੈ ਜੀ। ਜਦੋਂ ਹੁਣ ਮਤਲਬ ਅਸੀਂ ਵੀ ਉੱਥੇ ਜਾਂਦੇ ਹਾਂ, ਜੇ ਕੋਈ ਪੁੱਛਦਾ ਵੀ ਕਹਿੰਦੇ ਭਾਅ ਜੀ ਕਿਹੜਾ ਪਿੰਡ ਆ, ਅਸੀਂ ਕਹਿੰਦੇ ਨਰੂੜ, ਕਹਿੰਦੇ ਹਿੰਦੀ ਜਸਵਾਲ ਵਾਲਾ, ਬੜਾ ਮਤਲਬ ਮਾਣ ਮਹਿਸੂਸ ਹੁੰਦਾ। ਬਿਲਕੁਲ ਭਾਅ ਜੀ। ਅਤੇ ਚਲੋ ਅਸੀਂ ਮਤਲਬ ਕਿ ਇੱਥੇ ਵੀ ਜੋਬ ਕਰਦੇ ਹਾਂ, ਸਾਰਾ ਕੁਛ ਆਪਣੇ ਸਾਨੂੰ ਬੜਾ ਸਟੇਟਸ ਆ, ਪਰ ਸਾਨੂੰ ਕੋਈ ਜਾਣਨੇ ਵਾਲੀ ਗੱਲ ਮਤਲਬ ਨਰੂੜ ਪਿੰਡ ਜਾਣਦਾ ਨਹੀਂ ਕੋਈ ਨਾ। ਜਿਵੇਂ ਉਹਦੀ ਗੱਲ ਕਰਦੇ ਹਾਂ ਮਤਲਬ ਕਹਿੰਦੇ ਅੱਛਾ ਕਹਿੰਦੇ ਹਿੰਦੀ ਜਸਵਾਲ ਵਾਲਾ ਪਿੰਡ ਆ ਨਾ, ਤਾਂ ਬੜਾ ਮਤਲਬ ਮਹਿਸੂਸ ਹੁੰਦਾ, ਫਖਰ ਮਹਿਸੂਸ ਹੁੰਦਾ ਭਾਅ ਜੀ। ਸਹੀ ਹੈ ਜੀ, ਸਹੀ ਹੈ। ਅਤੇ ਦੁਬਾਰਾ ਮੈਂ ਫਿਰ ਜੱਸੇ ਭਾਅ ਜੀ ਵੱਲ ਆਉਣਾ, ਅਤੇ ਮੈਂ ਐਕਚੁਲੀ ਮਾਈਕ ਦੇ ਦਾਂ, ਪ੍ਰੋਬਲਮ ਮਾਈਕ ਲਾ ਦਾਂ, ਕਿਉਂਕਿ ਦਿੱਕਤ ਇਹ ਆ ਆਹ ਵਾਲਾ ਮਾਈਕ ਦੇ ਦਿਓ, ਕਿਉਂਕਿ ਇੱਧਰ ਨਾ ਮੁੰਡੇ ਪ੍ਰੈਕਟਿਸ ਕਰਦੇ ਪਏ ਆ ਅਤੇ ਆਪਾਂ ਕੋਲ ਲਾਈਟ ਦਾ ਪ੍ਰਬੰਧ ਹੈ ਨਹੀਂ ਸੀ, ਅਤੇ ਅਸੀਂ ਮਤਲਬ ਵੀਡੀਓ ਅਸੀਂ ਸੋਚਿਆ ਸੀ ਦਿਨੇ ਦਿਨੇ ਵੀਡੀਓ ਕਰਕੇ ਚੱਲ ਜਾਵਾਂਗੇ, ਅਤੇ ਜੱਸੇ ਭਾਅ ਜੀ ਹੁਣੀ ਜੋਬ ਤੋਂ ਲੇਟ ਆਏ ਆ, ਅਤੇ ਤਾਂ ਇਸ ਕਰਕੇ ਉਹ ਮਾਈਕ ਲਾ ਕੇ ਆਪਾਂ ਗੱਲਬਾਤ ਕਰਦੇ ਪਏ ਹਾਂ। ਅਤੇ ਜੱਸੇ ਭਾਅ ਜੀ ਹੋਰ ਕੋਈ ਗੱਲਬਾਤ? ਹੋਰ ਗੱਲਬਾਤ, ਇੱਕ ਵਾਰੀ ਕ੍ਰਿਕਟ ਦਾ ਮੈਚ ਖੇਡਦੇ ਸੀ, ਮੈਨੂੰ ਯਾਦ ਆ ਆਪਾਂ ਆਸਟੇ ਖੇਡਦੇ ਸੀ, ਸਾਡਾ ਕਲੱਬ ਨਾਲ ਮੈਚ ਸੀਗਾ ਕਿਸੇ, ਅਤੇ ਇਹ ਨੌਨ ਸਟ੍ਰਾਈਕ ਐਂਡ 'ਤੇ ਸੀਗਾ, ਮੈਂ ਖੇਡਦਾ ਸੀਗਾ, ਚਲੋ ਉਦੋਂ ਖੇਡੀਦਾ ਸੀ, ਵਧੀਆ ਖੇਡਦੇ ਹੁੰਦੇ ਸੀ, ਚਲੋ ਉਹ ਕਲੱਬਾਂ ਦੇ ਮੁੰਡੇ ਸੀਗੇ, ਉਹਨੇ ਨਾ ਜਦੋਂ ਗੇਂਦ ਮਾਰੀ ਉਹਨੇ ਆ ਕੇ ਮੇਰੇ ਹੱਥ ਮੂੰਹ 'ਚ ਲੰਘ ਗਈ, ਉਹ ਮੇਰੇ ਵੱਲ ਜਿੱਦਾਂ ਅੱਗੇ ਦੇਖਦੇ ਹੁੰਦੇ ਆ ਕੇ ਤਾਂ ਦੇਖਣ ਲੱਗ ਪਏ, ਇਹ ਮੇਰੇ ਵੱਲ ਨੂੰ ਆ ਗਿਆ ਦੇਖਣ, ਮੇਰੇ ਉਹ ਯਾਰ ਤੇਰੇ ਵੱਲ ਦੇਖਦਾ ਇਹਨੂੰ ਫੜ ਲਈਏ ਫਲਾਨਾ ਕਰ ਲਈਏ ਕੁਛ ਇੱਦਾਂ, ਨਹੀਂ ਇੱਦਾਂ ਬਾਕੀ ਨੇ ਕਿਹਾ, ਉਹਨੇ ਅਗਲੀ ਗੇਂਦ ਮੈਨੂੰ ਥੋੜ੍ਹੀ ਦੂਜੀ ਪਾਤੀ, ਮੈਂ ਉੱਥੇ ਚੱਕਰ ਛੱਕਾ ਮਾਰਤਾ, ਇਹਨੂੰ ਬੈਟ ਲੈ ਕੇ ਇੱਦਾਂ ਪੂਰੀ ਗਰਾਊਂਡ 'ਚ ਘੁੰਮਣ ਲੱਗ ਪਿਆ, ਲੈ ਬੱਲੇ ਬੱਲੇ ਹੋ ਗਈ ਆਪਣੀ, ਤਾਂ ਇੱਦਾਂ ਨੂੰ ਬਹੁਤ ਸੀਗਾ, ਇੱਦਾਂ ਕਰੇਜ਼ ਬਹੁਤ ਕਰਦਾ ਹੁੰਦਾ ਗੱਲ, ਇਹਨੇ ਤੁਹਾਡੇ ਨਾਲ ਕਰਨੀ ਫੋਕਸੀ ਦਾ ਇੱਦਾਂ ਸੋਚੀ ਜਾਂਦਾ ਹੁੰਦਾ, ਇੱਦਾਂ ਬਸ ਅੱਖਾਂ ਇਹਦੀਆਂ ਇੱਦਾਂ ਰਹਿੰਦੀਆਂ ਹੁੰਦੀਆਂ ਬਸ, ਇਹਨੂੰ ਕਈ ਵਾਰ ਕਿਹਾ ਕੋਈ ਵੀ, ਪਰ ਪਤਾ ਨਹੀਂ ਉਦੋਂ ਕੀ ਹੁੰਦਾ ਸੀ, ਇੰਨਾ ਨਾ ਪਤਾ ਵੀ ਇੰਨਾ ਇਹਨੇ ਬਣ ਜਾਣਾ। ਹੋਰ ਕੋਈ ਬਾਹਰੋਂ ਆ ਕੇ ਕਦੇ ਕੋਈ ਮਤਲਬ ਇੱਦਾਂ ਦੀ ਕੋਈ ਮਤਲਬ ਕੋਈ ਪਿੰਡ 'ਚ ਕੁਛ ਕੀਤਾ ਹੋਵੇ ਜਿਹੜਾ ਯਾਦਗਾਰ ਹੋਵੇ ਕੋਈ? ਬਾਹਰੋਂ ਇੱਕ ਵਾਰ ਜਦੋਂ ਆਇਆ ਸੀ ਉਦੋਂ ਇੱਥੇ ਤਾਂ ਭੰਗ ਹੁੰਦੀ ਸੀ ਇੱਥੇ ਸਾਡੇ, ਉਹ ਭੰਗ 'ਚ ਫੋਟੋਆਂ ਖਿਚਾਉਂਦਾ ਰਹਿੰਦਾ ਹੁੰਦਾ ਸੀ, ਨਹੀਂ ਉਦੋਂ ਬੜੀਆਂ ਕੀਤੀਆਂ ਨੇ ਫੋਟੋਆਂ, ਕਹਿੰਦਾ ਮੇਰੀ ਭੰਗ 'ਚ ਖਿੱਚ ਫੋਟੋ ਫਾਟੋ, ਭੰਗ 'ਚ ਖਿੱਚ ਬੜੀਆਂ ਖਿਚਾਉਂਦਾ ਹੁੰਦਾ ਫੋਟੋ। ਇੱਕ ਨਾ ਮਤਲਬ ਪਿੱਛੇ ਗੱਲ ਦੱਸੀ ਸੀ ਸਾਨੂੰ ਕਿਸੇ ਨੇ ਵੀ ਜਦੋਂ ਇਹ ਪਤਨੀ ਕੁਵੈਤ ਤੋਂ ਆਇਆ, ਪਤਨੀ ਸਵੇਨ ਤੋਂ ਆਇਆ, ਉਹਨੇ ਉੱਥੇ 4 ਇੱਟਾਂ ਹੀ ਰੱਖ ਕੇ ਲਾਲ ਕੱਪੜਾ ਜਿਹਾ ਪਾਤਾ, ਤਾਂ ਲੋਕ ਮੱਥਾ ਟੇਕੀ ਜਾਂਦੇ ਸੀ ਉਹਨੂੰ, ਹੋਇਆ ਸੀ ਕੁਛ ਇੱਦਾਂ ਦਾ? ਇਹ ਮੇਰੀ ਨੌਲੇਜ 'ਚ ਨਹੀਂ ਗੱਲ, ਹੁਣ ਮੇਰੇ ਸ਼ਾਇਦ ਇਹ ਹੋ ਸਕਦਾ ਉਹਨੇ ਐਕਸਪੈਰੀਮੈਂਟ ਕਰਿਆ ਹੋਵੇ, ਐਕਚੁਅਲੀ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਵੈਸੇ। ਠੀਕ ਆ ਜੀ, ਮਤਲਬ ਕਹਿਣ ਦਾ ਕਿ ਉਹਦੇ ਆਪਣੇ ਆਇਆ ਹੋਏ ਜਹਿਨ ਦੇ ਵਿੱਚ ਮਤਲਬ ਲੋਕ ਇਹਨਾਂ ਚੀਜ਼ਾਂ ਦੇ ਪਿੱਛੇ ਲੱਗੇ ਹੋਏ ਆ। ਅਤੇ ਇੱਕ ਚੀਜ਼ ਭਾਜੀ ਹੋਰ, ਜਿੱਦਾਂ ਨਾ ਮਤਲਬ ਅਸੀਂ ਇੰਦੀ ਭਾਈ ਦੀਆਂ ਫੋਟੋਆਂ ਦੇਖੀਆਂ, ਉਹ ਮਤਲਬ ਉਹ ਜਿਸ ਟਾਈਮ ਦੀ ਤੁਸੀਂ ਗੱਲ ਕਰਦੇ ਆ, ਮੈਨੂੰ ਲੱਗਦਾ ਉਹ ਵੀ ਉਸ ਟਾਈਮ ਦਸਤਾਰ ਬੰਨਦਾ ਸੀ ਨਾ, ਕੇਸ ਰੱਖੇ ਹੋਏ ਸੀਗੇ, ਅਤੇ ਜਿੱਦਾਂ ਹੁਣ ਬਹੁਤ ਲੋਕ ਕਈ ਉਹਨੂੰ ਥੱਲੇ ਕਮੈਂਟ ਕਰ ਦਿੰਦੇ ਆ ਕਿ ਇਹ ਜੀ ਬਈ ਇੱਕ ਖਾਸ ਧਰਮ ਦਾ ਵਿਰੋਧੀ ਆ, ਵੀ ਇਹ ਧਰਮ ਨੂੰ ਟਾਰਗੇਟ ਕਰਦਾ ਹੈ ਨਾ, ਮਤਲਬ ਵੀ ਉਦੋਂ ਕਿੱਦਾਂ ਦਾ ਸੁਭਾਅ ਹੁੰਦਾ ਸੀ? ਇੱਦਾਂ ਦੀ ਕੋਈ ਗੱਲ ਨਾ ਸੁਣਦੀ ਜੀ, ਇੱਦਾਂ ਦੀ ਕੋਈ ਗੱਲ ਹੁੰਦੀ ਕਿਸੇ ਖਾਸ ਧਰਮ ਨੂੰ ਅਟੈਕ ਕਰਨਾ ਜਾਂ ਦੂਜਾ ਕਰਨਾ, ਇੱਦਾਂ ਦੀ ਕੋਈ ਨਾ ਸੁਣਦੀ, ਨਹੀਂ ਹੁੰਦੀ, ਕਿਉਂਕਿ ਉਹ ਦੱਸਦਾ ਰਹਿੰਦਾ ਵੀ ਮਤਲਬ ਅਸੀਂ ਨਹੀਂ, ਉਹ ਤਾਂ ਜੋ ਹੁਣ ਤੁਹਾਨੂੰ ਪਤਾ ਹੀ ਆ, ਲੋਕ ਜਿਹੜੇ ਵਿਰੋਧ ਕਰਨਾ ਹੀ ਉਹਨੂੰ ਤਾਂ ਕਰੀ ਜਾਣਾ ਵੈਸੇ, ਜਿਹਨੇ ਬੰਦੇ ਨੇ ਆਪਣਾ ਕੰਮ ਕਰਨਾ ਜਿਹੜਾ ਇੱਦਾਂ ਕੰਮ ਕਰਨ ਡਿਆ, ਉਹ ਜਦੋਂ ਸਾਡੇ ਉਹਨਾਂ ਦੇ ਘਰ ਦੇ ਕੋਲ ਮੰਦਰ ਹੁੰਦਾ ਸੀ ਉੱਥੇ ਵੀ ਜਾਂਦਾ ਰਿਹਾ ਜੀ, ਸਤਿਕਾਰ ਕਰਦਾ ਹੁੰਦਾ ਸੀ ਹਰੇਕ ਚੀਜ਼ ਦਾ, ਹਨੇ ਮਸਜਿਦਾਂ ਦਾ, ਚਲੋ ਉੱਥੇ ਨੇੜੇ ਤੇੜੇ, ਚਲੋ ਹੈ ਨਹੀਂ ਉਦੋਂ ਇਹ ਨਹੀਂ ਵੀ ਕਿਸੇ ਨੂੰ ਬੁਰਾ ਭਲਾ ਬੋਲ ਦੇਣਾ, ਉਹਨੇ ਕਿਸੇ ਨੂੰ ਬੁਰਾ ਭਲਾ ਬੋਲਦਾ, ਹਰੇਕ ਥਾਂ 'ਤੇ ਜਾਂਦਾ, ਹਰੇਕ ਨੂੰ ਮੰਨਦਾ ਹੁੰਦਾ ਜੀ, ਖੁਸ਼ਮਜਾਇਆ ਬੰਦਾ, ਨਾ ਕਿਸੇ ਨੇ ਲੜਨਾ ਝਗੜਨਾ, ਜੋ ਬੰਦਾ ਬੋਲ ਗਿਆ ਕੋਈ ਉਹਨੇ ਨੈਵਰ ਮਾਈਂਡ
7 ਕੁ ਸਾਲ ਦੇ ਪੜਦੇ ਹੁੰਦੇ ਸੀ 13 ਕੁ ਸਾਲ ਦੀ ਹੋਣੀ ਤੇ ਤੁਸੀਂ ਗਾਣਾ ਗਾਇਆ ਇੰਦੀ ਨੇ ਭੰਗੜਾ ਪਾਇਆ ਉਹ ਗਾਣੇ ਦਾ ਮਤਲਬ ਪਤਾ ਸੀ ਉਦੋਂ ਤੁਹਾਨੂੰ ਨਹੀਂ ਕੁਛ ਨਹੀਂ ਬੱਚੇ ਹੁੰਦੇ ਸੀ ਤਾਂ ਸਾਨੂੰ ਪਤਾ ਨਹੀਂ ਮਤਲਬ ਕੋਈ ਨਹੀਂ ਇੱਧਰ ਸੌਂਗ ਚੱਲਦਾ ਹੁੰਦਾ ਸੀ ਉਹ ਪਸੰਦ ਕਰਦਾ ਹੁੰਦਾ ਸੀ ਆਪਾਂ ਮੈਂ ਗਾਉਂਦਾ ਹੁੰਦਾ ਸੀ ਉਦੋਂ ਮਾੜਾ ਮੋਟਾ ਠੀਕ ਆ ਮਾੜਾ ਮੋਟਾ ਗਾਉਣਾ ਆ ਗਿਆ ਆਪਾਂ ਚਲੋ ਨੇਚਰ ਹੁੰਦੀ ਸੀ ਉਦੋਂ ਮਾੜਾ ਮੋਟਾ ਚਲੋ ਉਦੋਂ ਪਤਾ ਨਾ ਸੀ ਕੀ ਪਰ ਗੱਲ ਚੇਤੇ ਆ ਮੈਨੂੰ ਉਦੀ ਹੈ ਨਾ ਤਾਂ ਠੀਕ 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 ਬਾਕੀ ਰੇਡੀਓ ਤੇ ਜਿਹੜੀ ਗੱਲ ਰੇਡੀਓ ਮਿਰਚੀ ਤਾਂ ਉਹ ਕਵੈਤ ਹੁੰਦਾ ਜਦੋਂ ਸਪੇਨ ਤੇ ਕਵੈਤ ਉਦੋਂ ਰੇਡੀਓ ਮਿਰਚੀ ਦੀ ਗੱਲ ਕਰਦਾ ਹੁੰਦਾ ਜੀ ਨਹੀਂ ਇੱਥੇ ਛੁੱਟਾ ਹੁੰਦਾ ਵੀ ਕਰਦਾ ਰਹਿੰਦਾ ਇੱਥੇ ਬਹੁਤ ਕਰਦਾ ਹੁੰਦਾ ਜੀ ਇੱਥੇ ਬਹੁਤ ਤੁਸੀਂ ਵੀ ਨਾਲ ਹੁੰਦੇ ਨਹੀਂ ਮੈਂ ਨਾ ਸੁਦੋਂ ਉਹ ਉਦੋਂ ਸੀਗਾ ਪੜ੍ਹਦਾ 11ਵੀਂ ਤੇ 12ਵੀਂ ਚ ਉਦੋਂ ਮੇਰਾ ਬਹੁਤ ਉਦੋਂ ਨੂੰ ਹੈ ਨਾ ਸੀ ਮੈਂ ਖੇਲਣ ਕੋਈ ਇੱਦਾਂ ਦੀ ਮਤਲਬ ਕਦੇ ਕੋਈ ਅਮਰੂਦ ਤੋੜੇ ਹੋਣ ਕਦੇ ਕੋਈ ਭੈਣੋ ਕੋਈ ਫਰੂਟ ਪਿੰਡੋ ਤੋੜਿਆ ਹੋਵੇ ਕਿਸੇ ਦਾ ਛੋਟੇ ਹੁੰਦਿਆਂ ਨੇ ਕੋਈ ਇੱਦਾਂ ਦੀ ਚੀਜ਼ ਅਮਰੂਦ ਇੱਥੇ ਸਾਡੇ ਬਾਗ ਹੁੰਦਾ ਸੀ ਇਹਨਾਂ ਦਾ ਇੱਥੋਂ ਤੋੜਨ ਜਾਂਦੇ ਹੁੰਦੇ ਸੀ ਇਹਨਾਂ ਦਾ ਕਹਿੰਦੇ ਆਪਾਂ ਇਹਨਾਂ ਦਾ ਮਨੀ ਹੋਣਾ ਇਹਨਾਂ ਦਾ ਬਾਗੂ ਦਾ ਕਿਹਨਾਂ ਦਾ ਇਹਨਾਂ ਦਾ ਬੱਗੇ ਇਹਨਾਂ ਦੇ ਇਹਨਾਂ ਦੇ ਆਪਾਂ ਅਮਰੂਦ ਉੱਦਾਂ ਲੈਣ ਜਾਂਦੇ ਹੁੰਦੇ ਸੀ ਰੁਪਈਏ ਕਿਤੇ ਕਿਤੇ 10-12 ਤਾਂ ਅਮਰੂਦ ਉੱਦੇ ਪਾਉਂਦੇ ਹੁੰਦੇ ਸੀ ਜਾਂ ਅੰਗੂਰ ਉਹਨਾਂ ਦੇ ਤੋੜਦੇ ਹੁੰਦੇ ਸੀ ਸ਼ੇਵ ਸਿੰਘ ਦੇ ਘਰ ਹੁੰਦਾ ਸੀ ਉਹਨਾਂ ਦੇ ਅੰਗੂਰ ਤੋੜਦੇ ਹੁੰਦੇ ਜਾ ਕੇ ਕੱਟੀ ਬਸ ਅੱਜ ਕ੍ਰਿਕਟ ਖੇਲਦੇ ਰਹੇ ਆ ਬਸ ਰੋਲੀ ਰੂਲੀ ਬਹੁਤ ਪਾਉਂਦਾ ਹੁੰਦਾ ਸੀ ਪਿੱਛੇ ਖੜਾ ਵਿਕਟ ਕੀਪਿੰਗ ਕਰਦਾ ਹੁੰਦਾ ਸੀ ਪਿੱਛੇ ਖੜਾ ਬਹੁਤ ਰੋਲੀ ਰੂਲੀ ਬਹੁਤ ਪਾਉਂਦਾ ਹੁੰਦਾ ਸੀ ਕਾਹ ਸੀਗਾ ਇਹ ਮਤਲਬ ਮੈਨੂੰ ਤਾਂ ਮੈਂ ਵੱਡਾ ਸੀਗਾ ਮੈਨੂੰ ਜਾਣਦਾ ਨਹੀਂ ਸੀ ਮੈਂ ਤਾਂ ਤੁਹਾਨੂੰ ਕਾਲ ਕੀਤੀ ਚੱਕੀ ਨਹੀਂ ਤਾਂ ਮੁੜ ਕੇ ਫਿਰ ਇਹਨੇ ਉਹਦੀ ਕਲਾਸ ਕਲੂਸ ਲਾਈ ਫਿਰ ਮੈਂ ਫੋਨ ਚੱਕ ਲਿਆ ਕਰਾਂ ਨਾ ਫੋਨ ਬਾਹਰ ਜਾ ਕੇ ਬੜਾ ਬਣ ਗਿਆ ਦੂਜਾ ਹੋ ਗਿਆ ਫਿਰ ਉਹ ਮੇਰਾ ਫੋਨ 'ਤੇ ਗੱਲ ਕਰ ਦਿੰਦਾ ਸੀ ਠੀਕ ਆ ਬਾਕੀ ਇੱਧਰ ਜੂਨ ਭੋਜਨ ਦੀ ਨੌਕਰੀ 'ਚ ਬੰਦਾ ਵਿਅਸਤ ਹੋ ਜਾਂਦਾ ਬਾਕੀ ਹੁਣ ਗੱਲਬਾਤ ਹੁੰਦੀ ਰਹਿੰਦੀ ਹੁਣ ਤਾਂ ਠੀਕ ਹੈ ਹੋਰ ਕੋਈ ਮਤਲਬ ਹਿੰਦੀ ਨੂੰ ਸੁਨੇਹਾ ਕੋਈ ਮਤਲਬ ਜਦ ਜਿਹੜੀ ਚੀਜ਼ ਤੁਹਾਨੂੰ ਹਿੰਦੀ 'ਚ ਮਾੜੀ ਲੱਗਦੀ ਹੋਵੇ ਨਹੀਂ ਮਾੜੀ ਤਾਂ ਕੋਈ ਨਹੀਂ ਆਪਾਂ ਨੂੰ ਲੱਗੀ ਕਦੀ ਆਦਤ ਬੰਦੇ ਨੂੰ ਜ਼ਿਆਦਾ ਕਰਦੇ ਆ ਬੰਦੇ ਨੂੰ ਉੱਦਾਂ ਕੋਈ ਨਹੀਂ ਉਹਨੂੰ ਮਾੜੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਭਾਜੀ ਉਹ ਸੱਚ ਦੀ ਗੱਲ ਕਰਦਾ ਠੀਕ ਹੈ ਜੀ ਮਾੜਾ ਸਮਝਣਾ ਚੰਗਾ ਸਮਝਣਾ ਉਹ ਲੋਕਾਂ ਦੀ ਆਪਣੀ ਹੈਗੀ ਵਿਊ ਨੇ ਸੋਚ ਹੈ ਪਰ ਉਹ ਜਿਹੜੀ ਗੱਲ ਉਹ ਸੱਚ ਦੀ ਕਰਦਾ ਹੈ ਨਾ ਇਹ ਗੱਲ ਹੈਗੀ ਹੈ ਹਿੰਦੀ ਜੇ ਉਹ ਕੁਛ ਅੱਜ ਕੁਛ ਮਤਲਬ ਅੱਜ ਕੱਲ੍ਹ ਜੋ ਕੁਛ ਵੀ ਕਰ ਰਿਹਾ ਜਿੱਦਾਂ ਫਾਰਮਰ ਪ੍ਰੋਟੈਸਟ ਦੇ ਨਾਲ ਲੱਗ ਕੇ ਜਾਂ ਫਿਰ ਜਿਹੜਾ ਮੋਦੀ ਦੇ ਜਿਹੜੀਆਂ ਉਹਦਾ ਸੱਚ ਦਿਖਾਉਂਦਾ ਹੈ ਨਾ ਜਾਂ ਸਾਰਾ ਕੁਛ ਸੱਚ ਦਿਖਾਉਂਦਾ ਉਹਦੇ ਤੋਂ ਮਤਲਬ ਤੁਹਾਨੂੰ ਕਿੱਦਾਂ ਫੀਲ ਹੁੰਦਾ ਸਾਨੂੰ ਸਭ ਤੋਂ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਜੀ ਇਸ ਵੇਲੇ ਜੋ ਕਰ ਰਿਹਾ ਜੀ ਸਾਰੀ ਦੁਨੀਆ ਨੂੰ ਵੀ ਇਸ ਵੇਲੇ ਮੋਦੀ ਦੀਆਂ ਦੂਜੀਆਂ ਮਾੜੀਆਂ ਨੀਤੀਆਂ ਕਰੇ ਤੁਹਾਨੂੰ ਵੀ ਪਤਾ ਹੈ ਬਿਲਕੁਲ ਬਿਲਕੁਲ ਕੀ ਹੋਣ ਡਿਆ ਕੀ ਆਪਣੇ ਕਿਸਾਨ 4 ਮਹੀਨੇ ਹੋ ਕੇ ਬੈਠੇ ਉੱਥੇ ਸਹੀ ਹੈ ਜੀ ਬੱਚਿਆਂ ਤੋਂ ਦੂਰ ਕਿਸੇ ਨੂੰ ਪਰਿਵਾਰ ਤੋਂ ਦੂਰ ਆਪਣੇ ਤੋਂ ਜਾ ਕੇ ਕੀ ਕਰਨ ਡੇ ਉਹ ਨਾ ਜੀ ਉਹ ਤਾਂ ਚਲੋ ਆਵਾਜ਼ ਉਠਾ ਰਿਹਾ ਸਭ ਤੋਂ ਵਧੀਆ ਬੈਸਟ ਗੱਲ ਹੈ ਚਲੋ ਆਪਾਂ ਨਹੀਂ ਉਠਾ ਸਕਦੇ ਉਹ ਆਵਾਜ਼ ਉਠਾ ਰਿਹਾ ਜੀ ਠੀਕ ਹੈ ਭਾਜੀ ਇਸ ਟਾਈਮ ਸੀਗਾ ਜੀ ਸਾਡੇ ਨਾਲ ਜੱਸਾ ਭਾਜੀ ਅਤੇ ਜਿਹੜੇ ਪਿੰਡ ਨਰੂਰ ਤੋਂ ਜਿਹਨਾਂ ਨੇ ਹਿੰਦੀ ਭਾਜੀ ਦੇ ਨਾਲ ਮਤਲਬ ਸਕੂਲ ਦੇ ਵਿੱਚ ਪੜ੍ਹਦੇ ਰਹੇ ਆ ਅਤੇ ਇਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਆ ਅਤੇ ਭਾਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਹਾਂਜੀ ਤੁਸੀਂ ਆਏ ਸਾਡੇ ਪਿੰਡ ਹੋਰ ਬਹੁਤ ਕੋਈ ਹਿੰਦੀ ਨੂੰ ਗੱਲ ਕਹਿਣੀ ਹੋਵੇ ਬਸ ਇਹੀ ਕਹਿੰਦੇ ਕੰਮ ਡਟਿਆ ਰਿਹਾ ਇਸ ਕੰਮ 'ਚ ਤੁਸੀਂ ਪੂਰਾ ਜੋ ਕਰ ਰਹੇ ਹਾਂ ਆਪਾਂ ਤੇਰੇ ਨਾਲ ਹਾਂ ਜੋ ਸਾਡੀ ਮਦਦ ਦੀ ਲੋੜ ਹੋਊਗੀ ਉਹ ਆਪਾਂ ਤੇਰੇ ਨਾਲ ਹਰ ਵੇਲੇ ਤੇਰੇ ਨਾਲ ਖੜੇ ਹਾਂ ਇੱਕ ਉਹਨਾਂ ਨੇ ਰੀਸੈਂਟਲੀ ਹੁਣ ਸਾਰੇ ਪ੍ਰੋਵਿੰਸਾਂ 'ਚ ਜਾ ਕੇ ਮਤਲਬ ਕਿਸਾਨਾਂ ਦੇ ਸਪੋਰਟ ਦੇ ਵਿੱਚ ਕਰਿਆ ਸੀਗਾ ਉਹ ਬਹੁਤ ਮਤਲਬ ਸ਼ਲਾਘਾਯੋਗ ਹੈ ਜੀ ਹਾਂ ਉਹ ਪੂਰਾ ਕੈਨੇਡਾ ਮੇਰੇ ਖਿਆਲ ਨਾਲ ਘੁੰਮਿਆ ਪੂਰੇ ਕੈਨੇਡਾ ਦੇ ਵਿੱਚ ਘੁੰਮਿਆ ਜੀ ਵਿਨੀਪੈਗ ਵਗੈਰਾ ਉੱਧਰ ਮਤਲਬ ਸਾਰੀਆਂ ਜਿਹੜੀਆਂ ਅੰਟਾਰੀਓ ਸਾਰੇ ਸਟੇਟਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਸਪੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਮਤਲਬ ਕੀਤਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਗਏ ਆ ਜਿਹੜਾ ਉਹਨਾਂ ਕਿਸਾਨਾਂ ਦੇ ਵਿੱਚ ਸਪੋਰਟ ਦੇ ਵਿੱਚ ਉਹ ਸਾਰੀਆਂ ਗੱਲਾਂ ਦਾ ਸ਼ਲਾਘਾਯੋਗ ਹੈ ਜੀ ਅਤੇ ਮਤਲਬ ਕਿ ਜਿਹੜਾ ਉਹਨਾਂ ਦਾ ਇਸ ਨਾਲ ਧੰਨਵਾਦ ਵੀ ਆ ਕਿ ਇੱਦਾਂ ਹੀ ਕਰਨਾ ਚਾਹੀਦਾ ਸੱਚ ਦੇ ਨਾਲ ਇੱਦਾਂ ਹੀ ਕਰਨਾ ਚਾਹੀਦਾ ਠੀਕ ਹੈ ਜੀ ਅਤੇ ਮਿਹਰਬਾਨੀ ਭਾਅ ਜੀ ਬਹੁਤ ਬਹੁਤ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਇੱਥੇ ਆਉਣ ਦਾ ਜੀ ਹਾਂਜੀ ਓਕੇ ਭਾਅ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿੱਦਾਂ